ਬਹੁਤ ਲੋਕ ਬਹੁਤ ਆਡੀਅנס ਯਾਰ ਜਿਗਰੀ ਦੀ ਐਸੀ ਸੀ ਜਿਹਨੂੰ ਯਾਰ ਜਿਗਰੀ ਤੱਕ ਵੀ ਹਜੇ ਪਤਾ ਨਹੀਂ ਸੀਗਾ ਵੀ ਮੇਰਾ ਤੇ ਡੈਡ ਦਾ ਕੀ ਰਿਲੇਸ਼ਨ ਉਹਨਾਂ ਨੇ ਸਾਡਾ ਟੀਵੀ ਦੇਖਣ ਦਾ ਸਟਾਈਲ ਬਹੁਤ ਸੇਮ ਹੈ ਡੈਡਾਂ ਵਾਂਗ ਕਰਕੇ ਆਂ ਦੇ ਦੋਨੋਂ ਜਣੇ ਹਮਦੋਂ ਤੋਂ ਹੁਣ ਇਦਾਂ ਹੁੰਦੀਆਂ ਆ ਕਹਿੰਦੇ ਪਿਓ ਪੁੱਤ ਦੀਆਂ ਰਲਦੀਆਂ ਕਈ ਹੈਬਟਾਂ ਉਹ ਤੋਂ ਪੱਗ ਦਾ ਸਟਾਈਲ ਸੇਮ ਸੇਮ ਜੱਟੀ ਫਿਰ ਤੁਰਨ ਦਾ ਸਟਾਈਲ ਉਹ ਵੀ ਸਾਡਾ ਕਾਫੀ ਹੱਦ ਤੱਕ ਸੇਮ ਹੈ ਫਸਟ ਇਅਰ ਦੇ ਵਿੱਚ ਸੀਧਾ ਰੈਪੀ ਨੇ ਮੈਨੂੰ ਕਿਹਾ ਸੀਗਾ ਵੀ ਆਪਾਂ ਫਿਰਦਾ ਇਦਾਂ ਮੇਰੇ ਦਿਮਾਗ 'ਚ ਹੈਗਾ ਸੀਰੀਜ਼ ਬਣਾਣਾ ਪਰ ਤੇ ਕਰਾਉਂਦੇ ਜੀ ਸੈਕੰਡ 3rd ਇਅ ਯਸੀ ਆਪ ਹੀ ਚੱਕਦੇ ਸੀ ਕਿਉਂਕਿ ਉੱਚ ਤਾਂ ਕੁਝ ਸੀਗਾ ਹੀ ਨਹੀਂ ਇਵਨ ਯਾਰ ਜਿਗਰੀ ਦਾ ਪਹਿਲਾ ਐਪੀਸੋਡ ਮੈਨ ਲੱਗਦਾ ਰੈਬੀ ਨੇ ਐਜ਼ ਆਪਣਾ ਫਾਈਨਲ ਸਬਮਿਸ਼ਨ ਸਬਮਿਟ ਕਰਵਾਇਆ ਸੀ ਯੂਨੀਵਰਸਿਟੀ ਦੇ ਵਿੱਚ ਮੈਂ ਸੈਕੰਡ ਕਰਾਇਆ ਸੀ ਸੈਕੰਡ ਐਪੀਸੋਡ ਸਾਡਾ ਕਮਰਸ਼ੀਅਲ ਕੰਮ ਸੀ ਅਸਾਈਨਮੈਂਟ ਅਸਾਈਨਮੈਂਟ ਵੀ ਦਿੱਤੀ ਆ ਉਹਦੀ ਜਿਹੜਾ ਬਾਈ ਸਾਡਾ ਉਹ ਦਿਖਾਇਆ ਨਾ ਜੀ ਦਿਖਾਇਆ ਫੌਜੀ ਵਾਲਾ ਉਹਦਾ ਘਰ ਆ ਉਦੋਂ ਮਨੀ ਨੇ ਬਾਹਰ ਵੀ ਜਾਣਾ ਸੀ ਸਾਰੇ ਟੱਬਰ ਨੇ ਬਾਹਰ ਜਾਣਾ ਸੀ ਸਾਨੂੰ ਥੋੜਾ ਜਿਹਾ ਉਹ ਸੀਗਾ ਵੀ ਯਾਰ शूट ਵੀ ਅਸੀਂ ਨਵੇੜਨਾ ਛੇਤੀ ਕਿਉਂਕਿ ਇਹਨਾਂ ਨੇ ਬਾਹਰ ਜਾਣਾ ਫਿਰ ਉਦੋਂ ਅਸੀਂ ਕਾਫੀ ਖ ਇੱਕ ਠੇ ਠੇ ਕੰਮ ਕਰਦੇ ਫਿਰ ਇੱਕ ਸੀਜ਼ਨ ਦੇ ਜਿੰਨੇ ਪੀਜੀ ਵਾਲੇ ਸੀ ਇਹਨੇ ਸਾਰੇ ਨਵੇ ਲਓ সিলਵਰ ਸਪੂਨ ਹਮੇਸ਼ਾ ਕਹਿੰਦੇ ਨੇ ਇੱਕ بیس ਤੁਹਾਡੇ ਫਾਦਰ ਸਾਹਿਬ ਦਾ ਥੱਲੇ ਸੀਗਾ ਉਹਨਾਂ ਨੇ ਉਸ ਚੀਜ਼ ਨੂੰ ਚੱਕ ਕੇ ਉੱਤੇ ਲੈ ਕੇ ਆਂਦਾ ਜ਼ਿੰਮੇਵਾਰੀ ਕਿੰਨੀ ਵੱਧ ਜਾਂਦੀ ਹੈ ਬਾਈ ਉਸ بیس ਨੂੰ ਹੋਰ ਉੱਤੇ ਲੈ ਕੇ ਜਾ ਐਕਚੁਅਲੀ ਨਾ ਇਹ ਕਈ ਵਾਰੀ ਅਸੀਂ ਡਿਸਕਸ਼ਨਸ ਕਰਦੇ ਹੁੰਨੇ ਆ ਇਹ ਗੱਲਾਂ ਬਾਰੇ ਨਾ ਅੱਜ ਜਿਹੜਾ ਕਹਿ ਵੀ ਦਿੱਤਾ ਕਿਸੇ ਨੇ ਕੋਈ ਚੱਕਰ ਨਹੀਂ ਤਾਂ ਮੈਂ ਹੁਣ ਸੋਚਿਆ ਹੋਇਆ ਵੀ ਮੈਂ ਅੱਗੇ ਪ੍ਰੋਜੈਕਟ ਹੀ ਆ ਦੇਣੇ ਆ ਜਿਵੇਂ ਹੁਣ ਯਾਰ ਜਿਗਰੀ ਵੇਲੇ ਵੀ ਪਹਿਲੇ ਹੀ ਸੀਗੇ ਨਾ ਤਾਂ ਮੈਂ ਚਾਹਨਾ ਵੀ ਹਮੇਸ਼ਾ ਕੋਈ ਵੀ ਬਲੱਖਣ ਚੀਜ਼ ਦੇਣੀ ਆ ਦੀ ਬਈ ਇਹ ਕਈ ਲੋਕ ਕਹਿੰਦੇ ਨਾ ਯਾਰ ਮੈਂ ਤਾਂ ਆਪਣੇ ਕਮਰੇ ਜਾ ਕੇ ਬੈਠਿਆ ਉਸ ਕਰੈਕਟਰ ਦੇ ਵਿੱਚ ਵੜਨਾ ਸੀ ਫੀਲ ਕੀਤਾ ਫੀਲ ਕੀਤਾ ਹੈ ਨਾ ਮੈਨੂੰ ਤਾਂ ਬਈ 2 ਮਹੀਨੇ ਲੱਗ ਗਏ ਉਹ ਚੋਂ ਨਿਕਲਣ ਉਹ ਵੀ ਮੈਨੂੰ ਬਹੁਤ ਜਲੂਸ ਗੱਲਾਂ ਲੱਗਣ ਤੁਹਾਨੂੰ ਕੀ ਲੱਗਦਾ ਵੀ ਆ ਮੇਰਾ ਚੰਗਾ ਯਾਰ ਇਹ ਯਾਰ ਬੰਦਾ ਕਹਿੰਦਾ ਕਿਨੂੰ ਹਰ ਇੱਕ ਨੂੰ ਬੰਦਾ ਯਾਰ ਕਹਿ ਸਕਦਾ ਦੇਖੋ ਮੇਰੀ ਲਾਈਫ ਦੇ ਵਿੱਚ ਇੰਨਿਆਂ ਨੂੰ ਮੈਂ ਯਾਰ ਕਹਿਣਾ ਉਹ ਸਾਰੇ ਪ੍ਰੈਜ਼ੈਂਟ ਟੈਂਸ ਚ ਕੋਈ ਵੀ ਉਹ ਨਹੀਂ ਹੈਗਾ ਵੀ ਉਹ ਯਾਰ ਇੱਕ ਹੁੰਦਾ ਸੀ ਉਹ ਕੋਈ ਨਹੀਂ ਇਹ ਫੀਕਨੈਸ ਕਿਉਂ ਆ ਰਹੀ ਆ ਜਾਣ ਕੇ ਦਿਖਾਉਣ ਦੇ ਮਾਰੇ ਵੀ ਮੈਂ ਟਾਡਾਂ ਮੇਰਾ ਮੇਰੇ ਫਲਾਣਾ ਫਾਲੋਅਰ ਹੋ ਜਾਣਗੇ ਜਾਂ ਮੈਂ ਬੜਾ ਸੋਹਣਾ ਲੱਗਦਾ ਮ ਐਟੀਟਿਊਡ ਆ। ਟਰਈ ਬੰਦੇ ਤਾਂ ਮਨ ਲਗਾਦਾ ਜਾਣ ਕੇ ਕਰਦੇ ਨੇ। ਕੱਲ ਅਨੀਤਾ ਮੈਡਮ ਬੈਠੇ ਸੀਗੇ ਕਹਿੰਦੇ ਮੈਨੂੰ ਨਾ ਪੱਲਾ ਭਾਜ ਤੋਂ ਕਹਿੰਦੀ ਹੱਸਾ ਕਹਿੰਦੇ ਗੋਲਕ ਬੂਗ ਨਹੀਂ ਤੋਂ ਬਾਅਦ ਨਾ ਤੈਨੂੰ ਵੱਡਾ ਲਾਂਚ ਨਹੀਂ ਦਿੱਤਾ ਉਹਨਾਂ ਪਰ ਮੈਨੂੰ ਇਹ ਚੀਜ਼ ਇਦਾਂ ਲੱਗਦੀ ਹੈ ਕਿ ਮੈਂ ਤਾਂ ਇੰਜੋਏ ਕੀਤਾ ਸਾਰੀ ਜਰਨੀ ਤੇ ਹੁਣ ਕਰ ਵੀ ਰਹੇ ਆ। ਲੋਕ ਕਹਿਣ ਲੱਗ ਜਾਂਦੇ ਵੀ ਨਹੀਂ ਯਾਰ ਹਜੇ ਆਡੀਅנס ਰੈਡੀ ਨਹੀਂ। ਹਜੇ ਇਹ ਚੀਜ਼ ਨਹੀਂ ਹੈਗੀ। ਹਜੇ ਇਹ ਸਮੇਂ ਤੋਂ ਪਹਿਲਾਂ ਦੀ ਫਿਲਮ ਸੀ। ਮੈਨੂੰ ਲੱਗਦਾ ਤੁਹਾਡਾ ਪ੍ਰੋਡਕਟ ਰਾਈਟ ਹੋਣਾ ਚਾਹੀਦਾ। ਟਾਈਮ ਤੁਹਾਡਾ ਆਪੇ ਰਾਈਟ ਹੁੰਦਾ। ਸੱਚਕਾਲੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਪੋਡਕਾਸਟ ਵੇਖ ਰਿਹਾ ਹੂੰ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਘਰ ਦੇ ਵਿੱਚ ਅਸੀਂ ਦਸਤਕ ਦਿੱਤੀ ਹੈ ਉਮੀਦ ਕਰਦਾ ਕਿ ਜਿਵੇਂ ਤੁਸੀਂ ਸਾਡੇ ਪੁਰਾਣੇ ਪੋਡਕਾਸਟਾਂ ਨੂੰ ਬਹੁਤ ਪਿਆਰ ਕੀਤਾ ਬਹੁਤ ਭਰਮਾ ਹੁੰਗਾਰਾ ਦਿੱਤਾ ਸਾਡੇ ਆਉਣ ਵਾਲੇ ਪੋਡਕਾਸਟ ਨੂੰ ਵੀ ਓਨਾ ਹੀ ਭਰਮਾ ਹੁੰਗਾਰਾ ਜ਼ਰੂਰ ਦਿਓਗੇ ਸਿਰਫ ਇੱਕ ਨਿੱਕੀ ਜੀ ਕੋਸ਼ਿਸ਼ ਰਹਿੰਦੀ ਹੈ ਵਿਊਜ਼ ਤੋਂ ਹਟ ਕੇ ਵਿਊਜ਼ ਭਾਵੇਂ ਘਟ ਹੋ ਜਾਣ ਪਰ ਜਿਹੜੇ ਕਮੈਂਟ ਹੁੰਦੇ ਨੇ ਮੈਨੂੰ ਕਮੈਂਟ ਬਹੁਤ ਜ਼ਿਆਦਾ ਇਹ ਚਾਹ ਹੁੰਦੀ ਆ ਬੜੀ ਮਨ ਦੇ ਵਿੱਚ ਇੱਛਾ ਹੁੰਦੀ ਆ ਕਿ ਪੋਜ਼ਿਟਿਵ ਆਉਣ ਕਿਉਂਕਿ ਇਸ 네ਗੇਟਿਵ ਔਰ ਇਹ ਦੇ ਵਿੱਚ ਇਸ 네ਗੇਟਿਵ এনवायरमेंट ਦੇ ਵਿੱਚ ਜਦ ਆਪਾਂ ਕੋਈ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਨਾ ਮਿਲਦੀ ਬਹੁਤ ਔਖੀ ਹੈ ਪਰ ਜਦ ਮਿਲਦੀ ਹੈ ਫਿਰ ਉਸ ਚੀਜ਼ ਦਾ ਸਕੂਨ ਬਹੁਤ ਜ਼ਿਆਦਾ ਮਿਲਦਾ ਹੁਣ 100 ਦੇ ਵਿੱਚ ਜੇ ਮੈਨੂੰ ਇੱਕ ਪੋਜ਼ਿਟਿਵ ਕਮੈਂਟ ਵੀ ਆ ਜਾਂਦਾ ਤਾਂ ਮੈਂ ਉਸ ਨੂੰ ਆਪਣੇ ਲਈ 100 ਦੇ ਬਰਾਬਰ ਹੀ ਸਮਝਦਾ ਕਿ ਮੇਰੇ ਲਈ ਕਿਸੇ ਨੇ ਕੋਈ ਚੀਜ਼ ਲਿਖੀ ਅੱਜ ਦਾ ਪੋਡਕਾਸਟ ਕੁਝ ਐਸਾ ਹੀ ਪੋਜ਼ਿਟਿਵਿਟੀ ਵਾਲਾ ਹੋਣਾ ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਅਜੇਵੇਂ ਪਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਜੇ ਤੁਸੀਂ ਸਾਡੇ ਲਈ ਕੱਢੇ ਅੱਜ ਸਾਡੇ ਪੋਡਕਾਸਟ ਤੇ ਕਲਿੱਕ ਕਰਕੇ ਸਾਨੂੰ ਸੁਣਨ ਲੱਗ ਗਏ ਹੋ ਤਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਨਾ ਭਈ ਅਸੀਂ ਵੀ ਤੁਹਾਨੂੰ ਫਿਰ ਪੂਰਾ ਐਂਟਰਟੇਨ ਕਰੀਏ ਅੱਜ ਮੇਰੇ ਨਾਲ ਉਹ ਕਿਰਦਾਰ ਬੈਠਾ ਹੈ ਕਿ ਜਿਸ ਨੇ ਜਦ ਇੰਡਸਟਰੀ ਦੇ ਵਿੱਚ ਸਟੈਪ ਇਨ ਕੀਤਾ ਨਾ ਜਾਨੀ ਆਇਆ ਆਇਆ ਤਾਜ਼ਾ ਤਾਂ ਮੈਨੂੰ ਲੱਗਦਾ ਕਾਲਜ ਲਾਈਫ ਦੇ ਵਿੱਚ ਜਿੰਨੇ ਕਿ ਮੁੰਡੇ ਪੜ੍ਹਦੇ ਸੀਗੇ ਜਿਵੇਂ ਕਿ ਮੈਂ ਉਸ ਟਾਈਮ ਤੇ ਤਕਰੀਬਨ ਮੈਨੂੰ ਲੱਗਦਾ ਮੈਂ ਸ਼ਾਇਦ ਲਾਸਟ ইয়ার ਦੇ ਵਿੱਚ ਹੀ ਪਤਾ ਨਹੀਂ ਪਾਸ ਆਊਟ ਕਰ ਗਿਆ ਸੀ ਤਾਂ ਉਹਦੀ ਇੱਕ ਵੈਬ ਸੀਰੀਜ਼ ਆਈ ਸੀ ਪੰਜਾਬ ਦੀ ਪਹਿਲੀ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਬਈ ਉਹਨੇ ਯਾਰ ਪੜਥੂ ਪਾਤਾ ਆਈ ਕਾਦੀ ਮੈਂ ਕਹਨਾ ਤਬਾਹੀ ਠਾਤੀ ਸਾਰੇ OTT ਪਲੇਟਫਾਰਮ ਤੋਂ ਬਾਅਦ ਉਸ ਤੋਂ ਬਾਅਦ ਤਾਂ ਨੇਰੀਆਂ ਪੈ ਗਈਆਂ ਐਂ ਵਿਛਗੀਆਂ ਵੀ ਫਿਲਮਾਂ ਤੇ ਫਿਲਮਾਂ ਸੀਰੀਜ਼ ਤੇ ਸੀਰੀਜ਼ ਪਰ ਉਹ ਹੁੰਦੀ ਨੇ ਵੀ ਜਿਹੜੀ ਇੱਕ ਸ਼ੁਰੂਆਤ ਕਰਨੀ ਹੁੰਦੀ ਆ ਉਹ ਵਿਲੱਖਣ ਜੀ ਹੁੰਦੀ ਆ ਤੇ ਹੁੰਦੀ ਔਖੀ ਆ ਤੇ ਸ਼ੁਰੂਆਤ ਅਕਸਲ ਦੇ ਵਿੱਚ ਉਹਨਾਂ ਦੀ ਬੜੀ ਮੁਸ਼ਕਲ ਹੋਈ ਸੀ ਅੱਜ ਮੇਰੇ ਨਾਲ ਵੀਰਾ ਪੁਖਰਾਜ ਪੱਲਾ ਹੋਣਗੇ ਬਹੁਤ ਗੱਲਾਂ ਨੇ ਮੈਂ ਪਰਸਨਲੀ ਪੁੱਛਣਾ ਚਾਹੁੰਨਾ ਆ ਕਿਉਂਕਿ ਪੋਡਕਾਸਟ ਹੈ ਬਈ ਇਹ ਵਿੱਚ ਗੱਲਾਂ ਲੰਬੀਆਂ ਹੋ ਜਾਣਗੀਆਂ ਬਾਕੀ ਇਸ਼ਕ ਮਜਾਜ਼ੀ ਗੱਲਾਂ ਵੀ ਹੋਣਗੀਆਂ ਬਹੁਤ ਗੱਲਾਂ ਨੇ ਵੀਰੇ ਦਾ ਸਵਾਗਤ ਕਰਦੇ ਮੇਰੇ ਸੱਸੀ ਗੱਲ ਸਰ ਜੀ ਕਲ ਗੁਰਪ੍ਰੀਤ ਵੀਰੇ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਰੇ ਵੀਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਸਿਹਤ ਕਿਵੇਂ ਆ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਪਹਿਲੀ ਗੱਲ ਤਾਂ ਜਿਵੇਂ ਆਫ ਦਾ ਰੈਕਡ ਵੀ ਗਿਆ ਔਨ ਕੈਮਰਾ ਵੀ ਗਿਆ ਸਨ ਤੁਹਾਡੀ ਲੁੱਕ ਬਹੁਤ ਖੂਣੀ ਸੋਹਣੀ ਲੱਗ ਰਹੀ ਅੱਜ ਉਹ ਮੈਨੂੰ ਸਿਗਾ ਵੀ ਉਹ ਤਾਜ਼ਾ ਤਾਜ਼ਾ ਗਾਣਾ ਆ ਫਿਲਮ ਦਾ ਹੂੰ ਮੁੰਡਾ ਬਾਣੀਆਂ ਦਾ ਪੱਗ ਬੰਨਦਾ ਜਿੱਪੀ ਬਾਈ ਹੋਣਾ ਨੇ ਗਾਇਆ ਸੋ ਮੈਨੂੰ ਸਿਗਾ ਚਲੋ ਅੱਜ ਇਦਾਂ ਦਾ ਉਤਾਰ-ਤਾਰ ਲਈ ਨਹੀਂ ਬਹੁਤ ਸੋਹਣੇ ਲੱਗ ਰਹੇ ਹੋ ਬਾਈ ਥੈਂਕ ਯੂ ਅੱਛਾ ਰੈਗੂਲਰ ਬੇਸਿਸ ਤੇ ਪੱਗ ਬੰਨਣੀ ਪਸੰਦ ਕਰਦੇ ਹੋ ਐਸੇ ਅ ਜਦੋਂ ਬਾਈ ਜੀ ਘਰੇ ਫੰਕਸ਼ਨਸ ਹੁੰਦੇ ਨੇ ਮੋਸਟਲੀ ਉਦੋਂ ਬੰਨ ਨਹੀਂ ਲਈਦੀ ਹੈ ਫੰਕਸ਼ਨਸ ਹੋ ਗਏ ਕਈ ਵਾਰੀ ਖੰਡਪੜ ਸਾਹਿਬ ਦਾ ਆਰੰਭ ਹੁੰਦਾ ਘਰੇ ਜਾਂ ਭੋਗ ਵੇਲੇ ਹੋ ਗਿਆ ਉਦੋਂ ਤਕਰੀਬਨ ਬੰਨ ਨਹੀਂ ਲਈਦੀ ਖੁਦ ਬੰਨਦੇ ਹੋ ਖੁਦ ਕਿੰਨਾ ਟਾਈਮ ਲਾਉਨੇ ਆ ਅੱਜ ਤਾਂ ਲੱਗਿਆ ਮੈਨੂੰ ਖਾਸਾ ਅੱਜ ਰੀਜ ਲਾ ਕੇ ਚਾਰ ਨਾ ਨਾ ਰੀਜ ਨਹੀਂ ਅੱਜ ਕਦੀ ਲੜ ਵੱਡਾ ਆ ਜਾ ਕਰੇ ਕਦੀ ਛੋਟਾ ਆ ਜਾ ਕਰੇ ਮੈਨੂੰ ਲੱਗਦਾ ਅੱਜ ਟੋ ਘਟ ਚਾਰ ਪੰਜ ਵਾਰ ਤਾਂ ਮੈਂ ਟਾਕੇ ਦਵਾਰਾ ਬੰਨੀ ਆ ਉਹ ਬਲੀ ਅੱਜ ਮਸਾ ਹੈ ਅੱਜ ਤੇ ਖਿਜਿਆ ਨਹੀਂ ਬੰਦਾ ਫੇਰ ਖਿਜ ਜਾਂਦਾ ਬੰਦਾ ਫਿਰ ਪਰ ਸਿਗਾ ਮੈਨੂੰ ਵੀ ਫਿਰ ਲੇਟ ਵੀ ਹੋ ਗਿਆ ਅੱਜ ਪਹਿਲਾਂ ਸਵੇਰੇ ਸ਼ੁਰੂਆਤ ਗੁਰਦੁਆਰਾ ਸਾਹਿਬ ਸਿੰਘ ਸ਼ੀਦਾ ਤੋਂ ਕਰਨੀ ਸੀ ਹੂੰ ਤੇ ਐਤਵਾਰ ਕਰਕੇ ਰਸ਼ ਵੀ ਬਹੁਤ ਹੁੰਦਾ ਪਰ ਬਹੁਤ ਨੰਦਾ ਹੈ ਜੀ ਅੱਜ ਜਾ ਕੇ ਕੀ ਬਾਤ ਅੱਛਾ ਭਾਈ ਜਿਵੇਂ ਨਾ ਅੱਜ ਤੁਹਾਡੀ ਲੋਕਾਂ ਨਾ ਜੇ ਮੈਂ ਦੇਖਾਂ ਤਾਂ ਤਕਰੀਬਨ ਪੂਰੀ ਤੁਹਾਡੇ ਫਾਦਰ ਸਾਹਿਬ ਵਰਗੀ ਲੱਗ ਰਹੀ ਹੈ ਮੈਨੂੰ ਸਾਡੀ ਟੀਮ ਨੇ ਵੀ ਮੈਨੂੰ ਨਾ ਆਫ ਦਾ ਕੈਮਰਾ ਕਿਹਾ ਜੀ ਕਿ ਵੀਰੇ ਦੀ ਨਾ ਪੂਰਾ ਜਿਵੇਂ ਚਲੋ ਹੁਣ ਤਾਂ ਫਾਦਰ ਸਾਨ ਵਾਲਾ ਉਹ ਤਾਂ ਹੈ ਹੀ ਹੈ ਚੀਜ਼ ਜੀ ਪਰ ਵੈਸੇ ਵੀ ਜਿਵੇਂ ਆਪਾਂ ਨਾ ਮੜਾ ਜਿਆ ਤੁਹਾਨੂੰ ਅੱਖ ਨੀਵੀਂ ਜੇ ਕਰਕੇ ਦੇ ਦੇਣਾ ਬਰੀਕ ਜੀ ਕਰਕੇ ਦੇਖੀ ਤੇ ਐ ਲੱਗਦਾ ਸ਼ਾਇਦ ਜਸਵਿੰਦਰ ਬਾਜੀ ਬੈਠੇ ਆ। ਅ ਐਕਚੁਅਲੀ ਇਦਾਂ ਵੀ ਆ ਵੀਰੇ ਕਿ ਪੱਗ ਦਾ ਸਟਾਈਲ ਵੀ ਮੇਰਾ ਉਦਾਂ ਦਾ ਹੀ ਆ। ਹਾਂ ਸੇਮ ਉਹੀ ਜਿਵੇਂ ਗੋਲ ਜੀ ਸ਼ੇਪ ਦੇ ਵਿੱਚ ਉਹ ਬੰਦ ਨੇ ਉਦਾਂ ਹੀ। ਮੈਂ ਬੰਨ ਲ ਨਾ ਹੁੰਦਾ। ਸੋ ਪਰ ਉਦਾਂ ਮਹਿੰਦਰਾ ਤਾਂ ਚਲੋ ਥੋੜਾ ਬਹੁਤਾ ਰਹਿੰਦੇ ਰਹੇਗਾ ਹੀ ਆ ਰਹਿੰਦੇ ਰਹਿੰਦੇ। ਅੱਛਾ ਵੀਰੇ ਆਪਾਂ ਸ਼ੁਰੂਆਤ ਕਰਦੇ ਆ ਪੋਡਕਾਸਟ ਦੇ ਵਿੱਚ। ਤੁਸੀਂ ਵੈਸੇ ਬੇਸਿਕਲੀ ਪੋਡਕਾਸਟ ਸੁਣਨੇ ਪਸੰਦ ਕਰਦੇ ਹੋ? ਹਾਂ ਕਾਫੀ। ਮੈਂ ਤਕਰੀਬਨ ਜਦੋਂ ਜਿਮ ਕਰ ਰਿਹਾ ਹੁਣ ਮੈਂ ਘਰੇ ਬਣਾਇਆ ਹਾ ਜਿਮ ਅੱਛਾ ਸੋ ਮੈਂ ਘਰੇ ਹੀ ਕਰਦਾ ਅੱਛਾ ਮੈਂ ਬਾਹਰ ਜਾਣਾ ਫਿਰ ਮੈਨੂੰ ਐ ਹੁੰਦਾ ਵੀ ਚਲੋ ਇੱਕ ਚਲੋ ਬਾਹਰ ਜਾਣਾ ਵੀ ਓਕੇ ਆ ਪਰ ਮੈਂ ਹੁਣ ਆਪਦੀ ਇੱਕ ਪੱਕੀ ਹੈਬਿਟ ਬਣਾਈ ਲਈ ਘਰੇ ਭਾਵੇਂ ਲੇਟ ਹੋ ਜਾਈਏ ਪ੍ਰੋਮੋਸ਼ਨਾਂ ਤੋਂ ਸ਼ੂਟਿੰਗਾਂ ਤੋਂ ਜਦੋਂ ਮਰਜੀ ਇੱਕ ਤੁਹਾਡੇ ਕੋਲ ਆਪਦੀ ਥਾਂ ਹੈਗੀ ਆ ਭਾਵੇਂ 12 ਵਜੇ ਲਾਓ ਜਾ ਕੇ 1 ਵਜੇ ਲਾਓ 2 ਵਜੇ ਲਾਓ ਜਦੋਂ ਮਰਜੀ ਟਾਈਮ ਸਪੈਂਡ ਕਰ ਸਕਦੇ ਸੋ ਉਦੋਂ ਮੈਂ ਗਾਣੇ ਨਹੀਂ ਸੁਣਦਾ ਜਿਮ ਵੇਲੇ ਉਦੋਂ ਮੈਂ ਪੋਡਕਾਸਟ ਲਉਣਾ ਹਰ ਵਾਰੀ ਰੋਮਨ ਨਵੇਂ ਲੱਭਦਾ ਰਹਿਣਾ ਵੀ ਕਿਹੜਾ ਪੋਡਕਾਸਟ ਸੁਣਾਇਆ ਕਿਦਾਂ ਸੁਣਾ ਕਿਉਂਕਿ ਇੱਕ ਤਾਂ ਨੌਲੇਜ ਵਾਲੀਆਂ ਗੱਲਾਂ ਤਾਂ ਚਲੋ ਹੁੰਦੀਆਂ ਹੀ ਨੇ ਪਰ ਉਦਾਂ ਵੀ ਤੁਹਾਨੂੰ ਇੱਕ ਫੀਲ ਜਦੋਂ ਮੈਨੂੰ ਬਹੁਤ ਵਾਰੀ ਇਦਾਂ ਦੀ ਫੀਲਿੰਗ ਹੁੰਦੀ ਹੈ ਵੀ ਯਾਰ ਮੈਂ ਮੈਨੂੰ ਲੱਗਦਾ ਨਾਲ ਹੀ ਸ਼ਹਿਰ ਡਰਾਈਵਿੰਗ ਰੂਮ ਚ ਨਾਲ ਬਹਿ ਕੇ ਇਹਨਾਂ ਨਾਲ ਗੱਲਾਂ ਮਾਰ ਰਿਹਾ ਜਾਂ ਇਹਨਾਂ ਦੀਆਂ ਗੱਲਾਂ ਸੁਣ ਰਿਹਾ ਜਿਨ੍ਹਾਂ ਨਾਲ ਹੀ ਲਾਇਆ ਹੁੰਦਾ ਮੈਂ ਰਿਲੇਟ ਕਰ ਲੈਂਦੇ ਹਾਂ ਹਾਂ ਇਹ ਕਿੰਨੇ ਟਾਈਮ ਤੋਂ ਹੋ ਰਹੀ ਹੈ ਇਹ ਚੀਜ਼ ਪੋਡਕਾਸਟ ਵਾਲੀ ਮੈਨੂੰ ਲੱਗਦਾ ਭਾਈ ਤਕਰੀਬਨ ਸਾਲ ਸਾਲ ਤੋਂ ਤੁਸੀਂ ਸੁਣ ਰਹੇ ਹਾਂ ਤੇ ਹਰ ਇੱਕ ਪੋਡਕਾਸਟਰ ਨੂੰ ਸੁਣਦੇ ਹੋ ਕਿ ਤੁਸੀਂ ਕਿ ਮੇਨ ਮੇਨ ਪੋਡਕਾਸਟ ਨਹੀਂ ਮੈਨੂੰ ਐ ਹੁੰਦਾ ਵੀ ਜਿਹਦਾ ਵੀ ਮੈਂ ਲੱਭਦਾ ਰਹਿਣਾ ਹੁੰਦਾ ਜਿਵੇਂ ਤੁਹਾਡਾ ਬਿੰਨੂ ਬਾਈ ਹੁਣਾ ਵਾਲਾ ਸੁਣਿਆ ਮੈਂ ਤੇ ਕਈ ਵਾਰੀ ਅਨਮੋਲ ਬਾਈ ਦਾ ਵੀ ਕਈ ਵਾਰੀ ਆ ਜਾਂਦਾ ਉਹਦੇ ਵਿੱਚ ਹੈਨਾ ਸੋ ਜਿਹੜੇ ਵੀ ਵਧੀਆ-ਵਧੀਆ ਹੈਗੇ ਨਾ ਮੈਨੂੰ ਆਉਂਦੇ ਰਹਿੰਦੇ ਨੇ ਆਪਣੇ ਆਪ ਤੇ ਉਹ ਫਿਰ ਸੁਣੀ ਜਾਂਦੇ ਆ ਬਾਲ ਨਾ ਕੀ ਬਾਤ ਹੈ ਅੱਛਾ ਸ਼ੁਰੂਆਤ ਕਰਦੇ ਆ ਵੀਰੇ ਜੀ ਆਲਰੇਡੀ ਕਹਿੰਦੇ ਜੋ ਇਸ ਇੰਡਸਟਰੀ ਦੇ ਵਿੱਚ ਚੱਲ ਰਿਹਾ ਨਾ ਜਿਵੇਂ ਕਹਿੰਦੇ ਵੀ ਇੱਕ ਸਿਲਵਰ ਸਪੂਨ ਹਮ 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 ਹਮੇਸ਼ਾ ਕਹਿੰਦੇ ਨੇ ਜੀ ਵੀ ਇੱਕ ਬੰਦੇ ਨੇ ਆਪਣੇ ਖੂਨ ਪਸੀਨੇ ਦੀ ਮਿਹਨਤ ਕਰਕੇ ਪਸੀਨਾ ਡੋਲ ਕੇ ਆਪਣਾ ਇੱਕ ਨਾਮ ਬਣਾਇਆ ਹੁੰਦਾ ਜੀ ਉਸ ਨਾਮ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਆ ਹਮ ਕਿਉਂਕਿ ਜਿਹੜੇ ਉਸ ਦੀ ਅਗਲੀ ਜਿਹੜਾ ਫਿਊਚਰ ਆ ਅਗਲੀ ਪੀੜ੍ਹੀ ਆ ਅਗਲਾ ਜਿਹੜਾ ਦਾ ਵੰਸ਼ਾ ਹਮ ਉਸ ਨੂੰ ਉਸ ਮਕਾਮ ਤਾਂ ਮਿਲ ਜਾਂਦਾ ਹੈ ਉਹ নো ਡਾਊਟ ਕਿਉਂਕਿ ਉਸ ਉਹਦਾ ਬੇਸ ਉਹ ਬਣ ਗਿਆ ਇੱਕ ਬੇਸ ਥੋੜੇ ਫਾਦਰ ਸਾਹਿਬ ਦਾ ਥੱਲੇ ਸੀਗਾ ਉਹਨਾਂ ਨੇ ਉਸ ਚੀਜ਼ ਨੂੰ ਚੱਕ ਕੇ ਉੱਤੇ ਲੈ ਕੇ ਆਂਦਾ ਹੂੰ 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 ਜ਼ਿੰਮੇਵਾਰੀ ਕਿੰਨੀ ਕੁ ਵਾਜ ਜਾਂਦੀ ਹੈ ਭਾਈ ਉਸ ਬੇਸ ਨੂੰ ਹੋਰ ਉੱਤੇ ਲੈ ਕੇ ਜਾਣ ਦੀ ਆ ਜ਼ਿੰਮੇਵਾਰੀ ਤਾਂ ਦੇਖੋ 100% ਹੈਗੀ ਹੋਈ ਹੈਗੀ ਆ ਜੀ ਐਕਚੁਅਲੀ ਨਾ ਇਹ ਕਈ ਵਾਰੀ ਅਸੀਂ ਡਿਸਕਸ਼ਨਸ ਕਰਦੇ ਹੁੰਨੇ ਆ ਇਹ ਗੱਲਾਂ ਬਾਰੇ ਨਾ ਵੀ ਜਿਵੇਂ ਸਿਲਵਰ ਸਪੂਨ ਦੀ ਗੱਲ ਹੋ ਗਈ ਆ ਉਹ ਹੋ ਗਈ ਹਾਲਾਂਕਿ ਮੈਨੂੰ ਕੋਈ ਉਤੋਂ ਉਹ ਚੀਜ਼ ਲੱਗਦਾ ਵੀ ਨਹੀਂ ਹੈਗਾ ਵੀ ਕੋਈ ਚੱਕਰ ਨਹੀਂ ਹੈਗਾ ਵੀ ਜੇ ਕਹਿ ਵੀ ਦਿੱਤਾ ਕਿਸੇ ਨੇ ਕੋਈ ਚੱਕਰ ਨਹੀਂ ਹੈ ਬਟ ਹੈਗੀ ਉਹ ਗੱਲ ਇਦਾਂ ਆ ਕਿ ਹੁਣ ਭਾਵੇਂ ਜਿਹੜਾ ਮਰਜੀ ਬੰਦਾ ਹੈ ਨਾ ਵੀ ਜਿਹਦਾ ਜੋ profession ਆ ਅੱਗੋਂ ਡਿਪੈਂਡ ਕਰਦਾ ਵੀ ਉਹਦਾ ਜਵਾਕ ਕੁਝ ਚਾਹੁੰਦਾ ਉਹ profession ਅੱਗੋਂ ਕਰਨਾ ਕਿ ਨਹੀਂ ਕਰਨਾ ਚਾਹੁੰਦਾ ਹੈ ਨਾ ਹੁਣ ਮੇਰੇ ਕੇਸ ਚ ਸੀਗਾ ਮੈਂ ਚਾਹੁੰਦਾ ਸੀ ਸੋ ਇੱਕ ਤਾਂ ਮੇਰੀ ਸ਼ੁਰੂਆਤ ਇਹਦੇ ਚ ਕਾਫੀ अर्ਲੀ ਹੋ ਗਈ ਸੀ ਕਿਉਂਕਿ ਮੈਂ ਲੀਡ ਫਿਲਮਾਂ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਮੈਂ ਅ ਕੈਰੈਕਟਰ ਆਰਟਿਸਟ ਫਿਲਮਾਂ ਕੀਤੀਆਂ ਨੇ ਐਜ਼ ਅ ਕੈਰੈਕਟਰ ਆਰਟਿਸਟ ਸਭ ਤੋਂ ਪਹਿਲਾਂ ਮੈਂ ਕੀਤੀ ਸਟੂਪਿਡ 7 ਉਹ ਸੀਗੀ ਪਾਲੀ ਭੁਪਿੰਦਰ ਸਿੰਘ ਜੀ ਦੀ ਬਹੁਤ ਵੱਡੇ ਨਾਟਕ ਕਰਨੇ ਮੋਗੇ ਤੋਂ ਹੂੰ ਉਹਨਾਂ ਦੀ ਫਿਲਮ ਸੀ ਉਹਨਾਂ ਨੇ 7 8 ਸਕੂਲ ਦੇ 11ਵੀਂ 12ਵੀਂ ਦੇ ਜਵਾਕ ਲੈ ਕੇ 10ਵੀਂ 11ਵੀਂ ਦੇ ਤੇ ਉਹਨਾਂ ਦੇ ਲਾਈਫ ਸਟਾਈਲ ਦੇ ਉੱਤੇ ਬਣਾਈ ਸੀ ਮੂਵੀ ਸਭ ਤੋਂ ਪਹਿਲੀ ਫਿਲਮ ਸੀ ਉਹ ਮੇਰੀ ਪ੍ਰੋਫੈਸ਼ਨਲੀ ਉਸ ਤੋਂ ਪਹਿਲਾਂ ਛਣਕਾਟਿਆਂ 'ਚ ਤਾਂ ਕਈ ਵਾਰੀ ਕੀਤਾ ਸੀਗਾ ਮੈਂ ਪਰ ਪ੍ਰੋਫੈਸ਼ਨਲੀ ਜੇ ਮੈਂ ਗੱਲ ਕਰਾਂ ਤੇ ਉਦੋਂ ਮੈਂ ਸੀਗਾ ਪਲੱਸ ਪਲੱਸ 2 ਦੇ ਵਿੱਚ 12ਵੀਂ ਸੀ ਉਦੋਂ ਉਹ ਕਰਕੇ ਹਟਿਆ ਤੇ ਇਹ ਇਹ ਮੈਂ ਕੀਤੀ ਵੀ ਅਡਿਸ਼ਨ ਦੇ ਨਾਲ ਸੀਗੀ ਇਹ ਫਿਲਮ ਅੱਛਾ ਜਿਹੜੀ ਇਹ ਵਾਲੀ ਸੀਗੀ ਇਹਦੇ ਜੀ ਮੈਨੂੰ ਮੇਰਾ ਤੁਸੀਂ ਲਾ ਲਓ ਜਿਗਰੀ ਲਾ ਲਓ ਜਾਂ ਮੇਰਾ ਆੜੀ ਲਾ ਲਓ ਭਰਾ ਲਾ ਲਓ ਕਰਨ ਸੰਧਾਰ ਗਿਆ ਜਿਹੜਾ ਉੱਥੇ ਟਕਰਿਆ ਯਾਰ ਜਿਗਰੀ ਦੇ ਵਿੱਚ ਵੀ ਮੇਰੇ ਨਾਲ ਸੀਗਾ ਸੋ ਇਹ ਵੀ ਮੈਨੂੰ ਉੱਥੇ ਮਿਲਿਆ ਸੀਗਾ ਉਸੇ ਫਿਲਮ ਦੇ ਵਿੱਚ ਹੀ ਸੀ ਇਹ। ਕੀ ਬਾਕੀ? ਦੋਨੋਂ ਇਕੱਠੇ ਸੀ ਉਹਦੇ 'ਚ। ਮਿਲਨ ਗਾਬਾ ਵੀ ਸੀ ਉਹਦੇ 'ਚ। ਓਕੇ। ਜਿਹੜਾ ਬਾਈ ਸਿੰਘ ਜੀ ਜੀ ਜੀ। ਫਿਰ ਉਸ ਤੋਂ ਬਾਅਦ ਸੈਕੰਡ ਮੌਕਾ ਮਿਲਿਆ ਜੀ ਮੈਨੂੰ ਆਰਐਸਵੀਪੀ ਫਿਲਮ ਸੀਗੀ ਨੀਰੂ ਬਾਜਵਾ ਜੀ। ਹਾਂ ਬ੍ਰਦਰ ਦਾ ਕਰੈਕਟਰ ਕੀਤਾ ਸੀ ਉਹਦੇ 'ਚ ਮੈਂ। ਫਿਰ ਹੌਲੀ ਹੌਲੀ ਵੱਧ ਗਿਆ ਜੀ ਵਿਸਾਖੀ ਲਿਸਟ ਆ ਗਈ। ਵਿਸਾਖੀ ਲਿਸਟ ਤੋਂ ਬਾਅਦ ਮੇਰੇ ਹਿਸਾਬ ਨਾਲ ਗੋਲਖੋਗਨੀ ਬੈਂਕ ਤੇ ਬਟੂ ਆ ਗਈ ਹੈ ਨਾ ਉਹਦੇ ਵਿੱਚ ਇੱਕ ਬਿਲਕੁਲ ਸਿਚੁਏਸ਼ਨਲ ਕਾਮਿਕ ਕਰੈਕਟਰ ਸੀਗਾ ਫਿਰ ਟੋਟਲੀ ਡਿਫਰੈਂਟ ਸੀ ਹਾਂ ਫਿਰ ਅਫਸਰ ਆ ਗਈ ਹਾਂ ਅਫਸਰ ਤੋਂ ਬਾਅਦ ਫਿਰ ਅੱਛਾ ਇਹ ਤਾਂ ਚੱਲ ਹੀ ਰਹੀਆਂ ਸੀਗੀਆਂ ਸਾਈਡ ਬਾਈ ਸਾਈਡ ਮੈਂ ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਫਿਲਮ ਮੇਕਿੰਗ ਦੇ ਵਿੱਚ ਐਡਮਿਸ਼ਨ ਲੈ ਲਿਆ ਸੀ ਉੱਥੇ ਰੈਬੀ ਹੋਣੀ ਮਿਲਦੇ ਨੇ ਤਾਂ ਉਹਨਾਂ ਨਾਲ ਅਸੀਂ ਪਹਿਲਾਂ ਤਾਂ ਬਣਾਈਆਂ ਖਾਸੀ ਸਾਰੀਆਂ ਸ਼ਾਰਟ ਫਿਲਮਾਂ ਉਹ ਸਾਡੇ ਪ੍ਰੋਜੈਕਟਸ ਵੀ ਹੁੰਦੇ ਸੀ ਤੇ ਸਾਡਾ ਕੀੜਾ ਵੀ ਹੁੰਦਾ ਸੀ ਉਹ ਕੱਢੀ ਜਾਂਦੇ ਹੁੰਦੇ ਸੀ ਕਿ ਵੀ ਸਾਰਾ ਕੁਝ ਅਸੀਂ ਆਪ ਕਰਾਂਗੇ ਕਾਸਟਿੰਗ ਤੋਂ ਲੈ ਕੇ ਮੇਕਅਪ ਤੋਂ ਲੈ ਕਿੰਨੀ ਆਰੀ ਕਿੰਨੀ ਆਰੀ ਆਪਣੀ ਸ਼ਾਰਟ ਫਿਲਮਸ ਦੇ ਵਿੱਚ ਅਸੀਂ ਮੇਕਅਪ ਕਰਦੇ ਰਹੇ ਆ ਆਪ ਹੀ ਹਾਂ ਅੱਛਾ ਜਾਂ ਜੇ ਸਪੋਜ਼ ਕਰੋ ਇਧਰਲੇ ਪਾਸੇ ਕੋਈ ਹੋਰ ਐਕਟਰ ਬੈਠਾ ਮੈਂ ਬਹੁਤ ਵਾਰੀ ਕੀਤਾ ਅੱਛਾ ਤੁਸੀਂ ਵੀ ਕੀਤਾ ਹਾਂ ਤੇ ਪਲੱਸ ਉਹਦੇ ਵਿੱਚ ਸਾਊਂਡ ਦਾ ਕੰਮ ਹੋ ਗਿਆ ਜਾਂ ਹੋਰ ਚੀਜ਼ਾਂ ਹੋ ਗਿਆ ਇੱਕ ਅਸੀਂ ਮੈਨੂੰ ਯਾਦ ਆ ਵਨ ਟੈਕ ਸ਼ਾਰਟ ਫਿਲਮ ਸਾਡੀ ਉਹ ਕਾਫੀ ਥਾਵਾਂ ਤੇ ਉਹਨੂੰ ਅਵਾਰਡ ਮਿਲੇ ਸੀਗੀ ਉਸ ਫਿਲਮ ਨੂੰ ਉਹਦਾ ਨਾਂ ਸੀ 30 ਦਾ ਸੇਵਾ ਬਹੁਤ ਹੀ ਬਣਾਈ ਸੀ ਉਹ 6.5 ਮਿੰਟ ਦੀ ਸ਼ਾਰਟ ਫਿਲਮ ਸੀਗੀ ਓਕੇ ਸਿੰਗਲ ਟੇਕ ਵਾਹ ਇੱਕ ਟੇਕ ਦੇ ਵਿੱਚ ਸੀਗੀ ਉਹ ਤੇ ਉਹ ਉਹਦੇ ਤੇ ਸੀਗੀ ਆਪਣੇ ਅ ਕੁੜੀਆਂ ਦੇ ਉੱਤੇ ਸੀਗੀ ਉਹ ਤੇ ਉਹਦੇ ਚ ਮੈਨੂੰ ਯਾਦਾ ਅਸੀ ਉਹ ਸ਼ਾਰਟ ਫਿਲਮ ਕਰਕੇ ਅਸੀਂ ਹైదరాబాద్ ਵੀ ਗਏ ਅਵਾਰਡ ਲੈਣ ਪੈਕ ਦੇ ਵਿੱਚੋਂ ਵੀ ਮਿਲਿਆ ਚੰਡੀਗੜ੍ਹ ਤੇ ਮਤਲਬ ਖਾਸ ਹੀ ਪਾਸਿਆਂ ਉਹਦੀ ਮਤਲਬ ਮਤਲਬ ਅਵਾਰਡਸ ਵਾਲੇ ਪਾਸੇ ਉਹ ਜਾਨੀ ਉਦਾਂ ਕਮਰਸ਼ੀਅਲ ਹੀ ਨਹੀਂ ਹੋਇਆ ਹੁੰਦਾ ਕਮਰਸ਼ੀਅਲੀ ਫਿਰ ਕਿਉਂਕਿ ਜਦੋਂ ਅਸੀਂ ਫਸਟ ਉਹਦੇ ਚ ਸੀਗੇ ਨਾ ਫਸਟ ਇਅਰ ਦੇ ਵਿੱਚ ਸੀ ਤਾਂ ਰੈਬੀ ਨੇ ਮੈਨੂੰ ਕਿਹਾ ਸੀਗਾ ਵੀ ਆਪਾਂ ਇਦਾਂ ਇਦਾਂ ਮੇਰੇ ਦਿਮਾਗ 'ਚ ਹੈਗਾ ਸੀਰੀਜ਼ ਬਣਾਉਣੀ ਆ ਕਰਦੇ ਕਰਾਉਂਦੇ ਜੀ ਸੈਕੰਡ 3rd ਇਅਰ ਦੇ ਵਿੱਚ ਅਸੀਂ ਬਣਾਣੀ ਸ਼ੁਰੂ ਕੀਤੀ ਉਹ ਬਣਾਉਂਦੇ ਗਏ ਉੱਚ ਕਾਫੀ ਪ੍ਰੋਬਲਮਸ ਆਈਆਂ ਕਿਉਂਕਿ ਲਾਈਟਾਂ ਵੀ ਅਸੀਂ ਆਪ ਹੀ ਚੱਕਦੇ ਸੀ ਕਿਉਂਕਿ ਉੱਚ ਤਾਂ ਕੁਝ ਸੀਗਾ ਹੀ ਨਹੀਂ ਤੇ ਇਵਨ ਯਾਰ ਜਿਗਰੀ ਦਾ ਪਹਿਲਾ ਐਪੀਸੋਡ ਮੈਨ ਲੱਗਦਾ ਰੈਬੀ ਨੇ ਐਜ਼ ਆਪਣਾ ਫਾਈਨਲ ਸਬਮਿਸ਼ਨ ਸਬਮਿਟ ਕਰਵਾਇਆ ਸੀ ਯੂਨੀਵਰਸਿਟੀ ਦੇ ਵਿੱਚ ਮੈਂ ਸੈਕੰਡ ਕਰਾਇਆ ਸੀ ਸੈਕੰਡ ਐਪੀਸੋਡ ਮਤਲਬ ਉਹ ਸਾਡਾ ਕਮਰਸ਼ੀਅਲ ਕੰਮ ਅਸੀਂ ਅਸਾਈਨਮੈਂਟ ਅਸਾਈਨਮੈਂਟ ਵੀ ਦਿੱਤੀ ਆ ਉਹਦੀ ਵਾਹ ਫਸਟ ਸੈਕੰਡ ਐਪੀਸੋਡਾਂ ਦੀ ਤੇ ਸ਼ੋਅ ਕਰਦੇ ਕਰਾਉਣ ਦੇ ਬਾਕੀ ਸਟੋਰੀ ਤਾਂ ਸਾਰਿਆਂ ਨੂੰ ਪਤਾ ਹੀ ਆ ਯਾਰ ਜਿਗਰੀ ਦੀ ਬਟ ਗੱਲ ਆ ਜਾਂਦੀ ਹੈ ਹੁਣ ਉਹਦੀ ਸਿਲਵਰ स्पून ਵਾਲੇ ਹੈ ਨਾ ਕੱਲ ਅਨੀਤਾ ਮੈਡਮ ਬੈਠੇ ਸੀਗੇ ਅਸੀਂ ਸਾਡੀ ਪ੍ਰੈਸ ਕਾਨਫਰੰਸ ਚੱਲ ਰਹੀ ਸੀਗੀ ਇਹਦੀਆਂ ਤੇਰੀਆਂ ਵੇਰੀਆਂ ਹੀਰਾ ਫੇਰੀਆਂ ਹੁੰਦੀ ਮੈਨੂੰ ਕਹਿੰਦੇ ਕਹਿੰਦੇ ਮੈਨੂੰ ਨਾ ਭੱਲਾ ਭਾਈ ਤੋਂ ਕਹਿੰਦੀ ਇੱਕ ਬੜਾ ਉਹ ਆ ਗੁੱਸਾ ਸ਼ਿਕਾਇਤ ਹੈ ਇਸ ਸ਼ਿਕਾਇਤ ਹੈ ਇਸ ਗੱਲ ਦੀ ਮੈਂ ਕਿਹਾ ਕੀ ਕਹਿੰਦੇ ਗੋਲਕ ਬੁਗਨੀ ਤੋਂ ਬਾਅਦ ਨਾ ਤੈਨੂੰ ਵੱਡਾ ਲਾਂਚ ਨਹੀਂ ਦਿੱਤਾ ਉਹਨਾਂ ਨੇ ਮਤਲਬ ਜਿਵੇਂ ਜਿਆਦਾ ਟਰੈਕਟਰਾਂ ਦੇ ਹੁੰਦੇ ਨੇ ਹੈਨਾ ਵੱਡੇ ਪਰ ਮੈਨੂੰ ਇਹ ਚੀਜ਼ ਇਦਾਂ ਲੱਗਦੀ ਹੈ ਕਿ ਮੇਰੇ ਲਈ ਤਾਂ ਬਹੁਤ ਮੈਂ ਤਾਂ ਇੰਜੋਏ ਕੀਤਾ ਸਾਰੀ ਜਰਨੀ ਨੂੰ ਤੇ ਹੁਣ ਕਰ ਵੀ ਰਿਹਾ ਕਿਉਂਕਿ ਮੇਰਾ ਮੰਨਣਾ ਇਹ ਹੈ ਇਵਨ ਭਾਵੇਂ ਹੁਣ ਜਿਵੇਂ ਆਪਾਂ ਕਰੀ ਵੀ ਜਾਂਦੇ ਆ ਹੈਨਾ ਹਾਲਾਂਕਿ ਜਿਹੜੀ ਆ ਫਿਲਮ ਹੈ ਤੇਰੀਆਂ ਮੇਰੀਆਂ ਹੈਰਾਫਰੀ ਇਹ ਟੈਕਨੀਕਲੀ ਮੇਰੀ ਲੀਡ ਦੀ ਪਹਿਲੀ ਫਿਲਮ ਸੀ ਜਿਹੜੀ ਸ਼ੂਟ ਹੋਈ ਸੀ ਅੱਛਾ ਇਹ ਪਹਿਲੀ ਫਿਲਮ ਹੋਣੀ ਸੀਗੀ ਮੇਰੀ ਲੀਡ ਵਾਲੇ ਮਰ ਇਹ ਕੁਝ ਕਾਰਨ ਸੇ ਗਏ ਉਹਦੇ ਕਰਕੇ ਲੇ ਹੋ ਗਈ ਹੈ ਨਾ ਫਿਰ ਵਿੱਚ ਕੋਵਿਡ ਆ ਗਿਆ ਹੈ ਨਾ ਫਿਰ ਵਿੱਚ ਥੋੜਾ ਜਿਹਾ ਰੀਸ਼ੂਟ ਕੀਤਾ ਅੱਛਾ ਉਸ ਟਾਈਮ ਦੀ ਸ਼ੂਟ ਕੀਤੀ ਹੋਈ ਹੈ ਜੀ ਤੇ ਬਟ ਫਿਰ ਵੀ ਇਹਨਾਂ ਨੇ ਜਿਵੇਂ ਵਿੱਚ ਐਡ-ਆਨਸ ਕਰਕੇ ਕਾਫੀ ਕਾਫੀ ਚੀਜ਼ਾਂ ਇਹਦੀਆਂ ਇਦਾਂ ਦੀਆਂ ਕਰਤੀਆਂ ਵੀ ਲੁੱਕ ਸਾਰੀ ਫਰੈਸ਼ੀ ਲੱਗ ਰਹੀ ਹੈ ਫਿਲਮ ਦੀ ਹੈ ਨਾ ਹੂੰ ਤੇ ਉਸ ਤੋਂ ਬਾਅਦ ਤਾਂ ਫਿਰ ਲੀਡ ਕਈ ਆ ਗਈਆਂ ਹੈ ਨਾ ਪਰ ਇਹ ਜਾਣੀ ਮੇਰੀ ਟੈਕਨੀਕਲ ਪਹਿਲੀ ਸੀਗੀ ਇਹ ਫਿਲਮ ਜਿਹੜੀ ਲੀਡ ਸੀਗੀ ਲਿਖਾ ਪੜੀ ਦੇ ਵਿੱਚ ਪਹਿਲੀ ਇਹ ਹਾਂ ਤੇ ਇਹਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ ਜਿਵੇਂ ਹੁਣ ਵੀ ਮੈਨੂੰ ਇਹ ਚੀਜ਼ ਆ ਵੀ ਯਾਰ ਜੋ ਮੈਂ ਸੋਚ ਰਿਹਾ ਹਾਂ ਹੁਣ ਵੀ ਅੱਗੇ ਮੈਂ ਕੀ ਕਰਨਾ ਚਾਹੁੰਦਾ ਅੱਗੇ ਮੈਂ ਇਹ ਚੀਜ਼ਾਂ ਸੋਚ ਰਿਹਾ ਵੀ ਜਿੰਨਾ ਵੀ ਕੰਟੈਂਟ ਮੈਂ ਦੇਣਾ ਚਲੋ ਨੋ ਡਾਊਟ ਆਪਾਂ ਕਮਰਸ਼ੀਅਲ ਚੀਜ਼ ਆਪਾਂ ਨੂੰ ਬਣਾਉਣੀ ਪੈਂਦੀ ਹੈ ਹੈਨਾ ਪ੍ਰੋਡਿਊਸਰਸ ਨੇ ਵੀ ਆਪਣੇ ਬਸ ਤੋਂ ਸੇਫ ਹੋਣਾ ਹੈਨਾ ਰੋਮ-ਕਾਮ ਹੋ ਗਿਆ ਜਾਂ ਕਾਮੇਡੀ ਆਊਟਰ ਆਊਟ ਕਾਮੇਡੀ ਹੋ ਗਈ ਸੇਫ ਜਨਰਸ ਨੇ ਇਹ ਇਹ ਚੱਲਦੇ ਨੇ ਇਹ ਬਟ ਜੋ ਮੇਰਾ ਵੀ ਜੋ ਮੇਰਾ ਪਰਸਨਲ ਜੋ ਮੈਨੂੰ ਵਧੀਆ ਲੱਗਦੀ ਹੈ ਚੀਜ਼ ਮੈਨੂੰ ਆਡ ਅਡਿਓਨਰਸ ਪਸੰਦ ਨੇ ਐਕਸਪਲੋਰ ਕਰਨਾ ਜਿਵੇਂ ਟ੍ਰੇਲਰ ਹੋ ਗਿਆ ਅੱਛਾ ਜਾਂ ਮਿਸਟਰੀ ਹੋਗੀ ਸਸਪੈਂਸ ਹੋ ਗਿਆ ਹੈਨਾ ਆ ਵਾਲੇ ਜਿਹੜੇ ਯੋਨਰ ਨੇ ਮੈਨੂੰ ਕਾਫੀ ਵਧੀਆ ਲੱਗਦੇ ਨੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਪੈਸ਼ਲ ਚੱਬਿਸ ਫਿਲਮ ਸੀ ਮੰਡੇਸਡੇ ਸੀਗੀ ਉਹ ਯੋਨਰ ਨੇ ਜਿਹੜੇ ਉਹ ਮੈਨੂੰ ਬਹੁਤ ਪਸੰਦ ਨੇ ਜਿਵੇਂ ਪੰਜਾਬੀ ਦੇ ਵਿੱਚ ਲਾਲੋ ਜੱਟ ਜੇ ਇਮਪੋਰਟ ਸੀਗੀ ਕਿੱਡ ਵਧੀਆ ਸੀਗੇ ਹਨਾ ਸੋ ਇਦਾਂ ਦੇ ਜੀ ਆਨਰਸ ਮੈਨੂੰ ਬਹੁਤ ਵਧੀਆ ਲੱਗਦੇ ਨੇ ਐਕਸਪਲੋਰ ਕਰਨੇ ਹੁਣ ਇੱਕ ਅਸੀਂ ਬਣਾ ਵੀ ਰਹੇ ਹਾਂ ਉਹਦਾ ਹਜੇ ਨਾਮ ਡਿਸਾਈਡ ਨਹੀਂ ਕੀਤਾ ਤੇ ਉਹਦਾ ਮੈਂ ਜ਼ਰੂਰ ਅੱਗੇ ਜਾ ਕੇ ਬਸ ਥੋੜੀ ਦੇਰ ਤੱਕ ਉਹਦਾ ਜ਼ਿਕਰ ਕਰਾਂਗੇ ਉਸ ਪ੍ਰੋਜੈਕਟ ਦਾ ਵੀ ਤਾਂ ਮੈਂ ਹੁਣ ਸੋਚਿਆ ਹੋਇਆ ਵੀ ਮੈਂ ਅੱਗੇ ਪ੍ਰੋਜੈਕਟ ਹੀ ਆ ਦੇਣੇ ਆ ਜਿਵੇਂ ਹੁਣ ਯਾਰ ਜਿਗਰੀ ਵੇਲੇ ਵੀ ਵੀ ਪਹਿਲਾਂ ਹੀ ਸੀਗੇ ਨਾ ਤਾਂ ਮੈਂ ਚਾਹਣਾ ਵੀ ਹਮੇਸ਼ਾ ਕੋਈ ਵੀ ਵਿਲੱਖਣ ਚੀਜ਼ ਦੇਣੀ ਆ ਤੁਸੀਂ ਤਾਂ ਟਰਾਈ ਕਰੋ ਉਹਦੇ ਚ ਪਹਿਲੇ ਹੀ ਹੋਉਂ ਤੁਸੀਂ ਵਾਹ ਹੈਨਾ ਸੋ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਉਹਦੇ 'ਚ ਮੈਨੂੰ ਇਹ ਚੀਜ਼ ਲੱਗਦੀ ਹੈ ਵੀ ਜਿਵੇਂ ਹੁਣ ਇਹ ਮੈਂ ਤੁਹਾਨੂੰ ਤਾਂ ਦੱਸਿਆ ਪਹਿਲਾਂ ਵੀ ਆਪਾਂ ਗੱਲ ਇਹਦੇ ਤੇ ਆ ਜੀ ਸਿਲਵਰ ਸਪੂਨ ਵਾਲੇ ਹੁਣ ਗੱਲ ਇਦਾਂ ਹੈ ਬਾਈ ਜੀ ਕਿ ਸਿਲਵਰ ਸਪੂਨ ਦੇ ਵਿੱਚ ਕੀ ਹੁੰਦਾ ਵੀ ਹਾਂ ਤੁਹਾਨੂੰ ਜਿਹੜਾ ਮੌਕਾ ਹੁੰਦਾ ਨਾ ਪਹਿਲਾਂ ਉਹ ਨਹੀਂ ਮਤਲਬ ਤੁਹਾਨੂੰ ਲਾਈਨਾਂ 'ਚ ਲੱਗਣਾ ਪੈਂਦਾ ਜਾਂ ਤੁਹਾਨੂੰ ਉਹ ਚੀਜ਼ਾਂ ਕਰਨੀਆਂ ਪੈਂਦੀਆਂ ਵੀ ਵੀ ਗੁੱਡੇ ਸੌਣੇ ਪੈਂਦੇ ਹਾਲਾਂਕਿ ਕਸਾਏ ਅਸੀਂ ਇਹਦੇ 'ਚ ਵੀ ਨੇ ਹੁਣ ਵੀ ਕਸਾਏ ਨੇ ਜਦੋਂ ਯਾਰ ਜਿਗਰੀ ਬਿੜੇ ਅਸੀਂ ਬਹੁਤ ਥਾਵਾਂ ਤੇ ਭੱਜੇ ਫਿਰਿਆ ਹਨਾ ਬਟ ਜਿਹੜੀ ਆ ਚੀਜ਼ ਆ ਚਲੋ ਇੱਕ ਵਾਰੀ ਤੁਹਾਨੂੰ ਮੌਕਾ ਮਿਲ ਗਿਆ ਹੈਨਾ ਉਸ ਤੋਂ ਬਾਅਦ ਦਿਖਾਉਣਾ ਤਾਂ ਤੁਸੀਂ ਆਪਦਾ ਹੀ ਆ ਟਿਕ ਤਾਂ ਤੁਸੀਂ ਆਪਦੇ ਦਮ ਤੇ ਹੀ ਸਾਖਦੇ ਹੋ ਬਿਲਕੁਲ ਹੈਨਾ ਬਿਲਕੁਲ ਇੱਕ ਵਾਰੀ ਮੂਰੇ ਆ ਜਾਓਗੇ ਹੱਦ ਦੋ ਵਾਰੀ ਆ ਜਾਓਗੇ ਉਹ ਥੋੜਾ ਟੈਲੈਂਟ ਹੈ ਉਹਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਜੀ ਤਾਂ ਉਹ ਤੇ ਜਿਹੜੀ ਗੱਲ ਹੈਗੀ ਆ ਉਹਨਾਂ ਦੀ ਜਿਵੇਂ ਉਹਨਾਂ ਦਾ ਪਲੱਸ ਪੁਆਇੰਟ ਜਾਂ ਐਕਸ ਫੈਕਟਰ ਲਾ ਲਓ ਜਾਂ ਜਿਹਦੇ ਕਰਕੇ ਉਹ ਜਾਣੇ ਜਾਂਦੇ ਨੇ ਉਹ ਕਾਮੇਡੀ ਆ ਹਾਂ ਡੈਡ ਦਾ ਬਿਲਕੁਲ ਤਾਂ ਮੈਨੂੰ ਹਾਲਾਂਕਿ ਕਾਮੇਡੀ ਬਹੁਤ ਵਧੀਆ ਲੱਗਦੀ ਆ ਬਟ ਮੈਨੂੰ ਜ਼ਿਆਦਾ ਚੀਜ਼ਾਂ ਵਧੀਆ ਲੱਗਦੀਆਂ ਨੇ ਗ੍ਰੇ ਕੈਰੈਕਟਰਸ ਥ੍ਰਿਲਰ ਹਾ ਥ੍ਰਿਲਰ ਹੋ ਗਏ ਗ੍ਰੇ ਕੈਰੈਕਟਰਸ ਹੋ ਗਏ ਤੇ ਮੈਂ ਚਾਹਨਾ ਵੀ ਜਿਹੜੀਆਂ ਜਿਵੇਂ ਆਪਣੇ ਸੇਫ ਜਨਰਸ ਨੇ ਰੋਮਾਂਟਿਕ ਕਾਮੇਡੀ ਹੋਗੀ ਜਾਂ ਕੱਲੀ ਕਾਮੇਡੀ ਹੋਗੀ ਕਾਮੇਡੀ ਹੋਗੀ ਮੈਂ ਚਾਹਨਾ ਵੀ ਇਹ ਵਾਲੇ ਜਿਹੜੇ ਜਨਰਸ ਨੇ ਥ੍ਰਿਲਰ ਹੋ ਗਏ ਸਸਪੈਂਸ ਹੋ ਗਿਆ ਮਿਸਟਰੀ ਹੋਗੀ ਮਰਡਰ ਮਿਸਟਰੀ ਹੋਗੀ ਆ ਚੀਜ਼ਾਂ ਜਿਹੜੇ ਆ ਜਨਰਸ ਨੇ ਇਹਦੇ ਵਿੱਚ ਵੀ ਜਾਏ ਇਹ ਪੰਜਾਬ ਦੇ ਵਿੱਚ ਇਹ ਵੀ ਕਮਰਸ਼ial ਵੱਜਣ ਲੱਗ ਜਾਣ ਹੂੰ ਤੋਂ ਅਗਰ ਉਹਨਾਂ ਟਾਈਮ ਦੇ ਵਿੱਚ ਹੋ ਸਕਦਾ ਮੈਨੂੰ ਲੱਗਦਾ ਜੀ ਐਕਚੁਅਲੀ ਗੱਲ ਪਤਾ ਕੀ ਹੁੰਦੀ ਹੈ ਬਾਈ ਕਈ ਲੋਕ ਕਹਿਣ ਲੱਗ ਜਾਂਦੇ ਵੀ ਨਹੀਂ ਯਾਰ ਹਜੇ ਆਡੀਅנס ਰੈਡੀ ਨਹੀਂ ਹਮ ਹਜੇ ਇਹ ਚੀਜ਼ ਨਹੀਂ ਹੈਗੀ ਹਜੇ ਇਹ ਸਮੇਂ ਤੋਂ ਪਹਿਲਾਂ ਦੀ ਫਿਲਮ ਸੀ ਇਹ ਸਮੇਂ ਤੋਂ ਪਹਿਲਾਂ ਦਾ ਕੰਟੈਂਟ ਸੀ ਵੀ ਹਜੇ ਇਹ ਟਾਈਮ ਨਹੀਂ ਆਇਆ ਹਾਂ ਮੈਨੂੰ ਲੱਗਦਾ ਤੁਹਾਡਾ ਪ੍ਰੋਡਕਟ ਰਾਈਟ ਹੋਣਾ ਚਾਹੀਦਾ ਟਾਈਮ ਤੁਹਾਡਾ ਆਪੇ ਰਾਈਟ ਹੁੰਦਾ ਹਮ ਪ੍ਰੋਡਕਟ ਜੇ ਤੁਹਾਡਾ ਰਾਈਟ ਆ ਤੁਸੀਂ ਸਾਰਾ ਕੁਝ ਰਾਈਟ ਕੀਤਾ ਹੈ ਨਾ ਟਾਈਮ ਤਾਂ ਫਿਰ ਬਾਬਾ ਲਿਆਂਦਾ ਜੇ ਤੁਹਾਡਾ ਪ੍ਰੋਡਕਟ ਰਾਈਟ ਹੈ ਸੱਚ ਸੋ ਜੇ ਆਪਾਂ ਇਹ ਚੀਜ਼ ਮੰਨ ਕੇ ਚੱਲੀਏ ਮੈਨੂੰ ਐਂ ਲੱਗਦਾ ਵੀ ਮੈਂ ਇਸ ਗੱਲੋਂ ਫੇਰ ਵੀ ਬlesed ਰਿਆਂ ਜਾਂ ਇਸ ਗੱਲੋਂ ਫੇਰ ਵੀ ਲੱਕੀ ਰਿਆਂ ਕਿ ਕੋਈ ਬਹੁਤਾ ਕਦੇ ਮੈਨੂੰ ਕੰਪੈਰੀਜ਼ਨ ਦੇਖਣ ਨੂੰ ਮਿਲਿਆ ਨਹੀਂ ਹੈਗਾ ਵੀ ਮੈਨੂੰ ਲੋਕਾਂ ਨੇ ਕਿਹਾ ਹੋਵੇ ਜਾਂ ਫਾਦਰ ਸਾਹਿਬ ਹੋਣਾ ਨਾਲ ਕਿਉਂਕਿ ਜੇ ਕਰ ਵੀ ਲੈਣਗੇ ਉਹ ਕੰਪੈਰੀਜ਼ਨ ਬਣਦਾ ਨਹੀਂ ਕਿਉਂਕਿ ਜਿੱਡੇ ਆਪਣੀ ਉਮਰ ਆ ਉਹਨਾਂ ਐਕਸਪੀਰੀਅੰਸ ਉਹਨਾਂ ਦਾ ਸੱਚ ਪਰ ਤੁਹਾਡੀ ਵੀ ਇੱਕ ਖਾਸियत ਹੈ ਕਿਉਂਕਿ ਮੈਂ ਚਲੋ ਇਦਾਂ ਹੁੰਦਾ ਹੈ ਅਪਾ ਔਨ ਦਾ ਰੈਕਡਰ ਉਨ ਬੈਠੇ ਆ ਪੋਡਕਾਸਟ ਚੱਲ ਰਿਹਾ ਪਰ ਜਿਹੜੀ ਚੀਜ਼ ਮੈਂ ਪਰਸਨਲੀ ਫੀਲ ਕੀਤੀ ਹੈ ਉਹ ਤੁਹਾਡੀ ਮਿਹਨਤ ਆ ਬਈ ਜੀ ਇੱਕ ਸਟਾਰਟਅਪ ਮਿਲਿਆ ਵੱਖਰੀ ਗੱਲ ਆ ਜੀ ਇੱਕ ਨਾਮ ਹੋਣਾ ਇੱਕ ਆਲਰੇਡੀ ਇੱਕ ਸੈਲਿਬ੍ਰਿਟੀ ਦੇ ਘਰੇ ਜਨਮ ਲੈਣਾ ਉਹਦਾ ਬੇਟਾ ਹੋਣਾ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਪਰ ਉਸ ਤੋਂ ਬਾਅਦ ਉਸ ਦੀ ਬਾਗਡੋਰ ਨੂੰ ਸੰਭਾਲਣਾ ਉਹ ਤਾਂ ਤੁਹਾਡੀ ਖੁਦ ਦੀ ਤੁਹਾਡੇ ਖੁਦ ਦੇ ਕਰਮ ਨੇ ਤੁਹਾਡੀ ਖੁਦ ਦੀ ਮਿਹਨਤ ਹੈ ਡੈਫੀਨੇਟ ਹੁਣ ਆਲਰੇਡੀ ਤੁਹਾਨੂੰ ਇੱਕ ਥਾਲੀ ਦੇ ਵਿੱਚ ਪਰੋਸ ਕੇ ਰੋਟੀ ਦੇਤੀ ਉਹ ਖਾਣੀ ਤੁਸੀਂ ਤੋੜ ਕੇ ਖੁਦ ਹੈ ਹਾਂ ਜੇ ਤੁਸੀਂ ਤੁਸੀਂ ਉਹ ਤੁਸੀਂ ਉਹ ਐਫਰਟ ਹੀ ਨਹੀਂ ਕਰੋਗੇ ਤੋੜ ਕੇ ਬੁਰਕੀ ਖਾਣ ਵਾਲੇ ਹਨਾ ਉਸ ਉਸ ਚੀਜ਼ ਨੂੰ ਯੂਟਿਲਾਈਜ਼ ਕਰਨ ਵਾਲੇ ਤਾਂ ਤੁਸੀਂ ਉਸ ਚੀਜ਼ ਨੂੰ ਕੇ ਵਧਾਈ ਨਹੀਂ ਸਕਦੇ ਮੈਂ ਕੱਲ ਕਿਸੇ ਨੂੰ ਦੱਸ ਰਿਹਾ ਸੀ ਇੰਟਰਵਿਊ ਤੇ ਉਦੋਂ ਮੇਰੇ ਲਈ ਵੈਸੇ ਬੜੀ ਹੈਰਾਨੀ ਵਾਲੀ ਗੱਲ ਸੀਗੀ ਹੂੰ ਬਹੁਤ ਲੋਕ ਬਹੁਤ ਆਡੀਅנס ਯਾਰ ਜਿਗਰੀ ਦੀ ਐਸੀ ਸੀਗੀ ਹੂੰ ਜਿਹਨੂੰ ਯਾਰ ਜਿਗਰੀ ਤੱਕ ਵੀ ਹਜੇ ਪਤਾ ਨਹੀਂ ਸੀਗਾ ਵੀ ਮੇਰਾ ਤੇ ਡੈਡ ਦਾ ਕੀ ਰਿਲੇਸ਼ਨ ਉਹਨਾਂ ਨੇ ਹਾਂ ਉਹਨਾਂ ਨੇ ਐਜ਼ ਐਨ ਸਾਰੇ ਐਕਟਰਸ ਹੀ ਦੇਖੇ ਸੀਗੇ ਮਤਲਬ ਬਹੁਤ ਆਡੀਅנס ਇਦਾਂ ਦੀ ਸੀਗੀ ਜਿਨ੍ਹਾਂ ਨੂੰ ਪਤਾ ਨਹੀਂ ਪਤਾ ਨਹੀਂ ਸੀ ਵੀ ਹਾਂ ਪਿਓ ਪੁੱਤ ਨੇ ਹਾਂ ਮੈਨੂੰ ਮੈਸੇਜ ਮੈਸੇਜ ਬਹੁਤ ਦੇਰ ਬਾਅਦ ਆਣੇ ਹਾਂ ਹੁਣ ਤਾਂ ਚਲੋ ਪਤਾ ਹੀ ਆ ਸਾਰਿਆਂ ਨੂੰ ਪਰ ਜਿਵੇਂ ਉਦੋਂ ਉਦੋਂ ਕਿਉਂਕਿ ਉਦੋਂ ਬਾਈ ਜੀ ਇਦਾਂ ਸੀਗਾ ਕਿ ਮੈਂ ਕੈਰੈਕਟਰ ਆਰਟਿਸਟ ਸੀਗਾ ਹਾਂ ਕਰੈਕਟਰ ਰੋਲਸ ਕਰਦਾ ਹੁੰਦਾ ਸੀਗਾ ਹੈਨਾ ਉਦੋਂ ਨੋ ਡਾਊਟ ਤੁਹਾਡਾ ਇੱਕ ਅੱਧਾ ਕਿਸੇ ਫਿਲਮ ਦੇ ਵਿੱਚੋਂ ਚੀਜ਼ ਤੁਹਾਡੀ ਵਧੀਆ ਨਿਕਲ ਜਾਂਦੀ ਹੈ ਹੈਨਾ ਜਾਂ ਕਿਸੇ ਨੇ ਪਸੰਦ ਆ ਗਈ ਕਿਸੇ ਨੂੰ ਪਰ ਉਦੋਂ ਇਦਾਂ ਹੈ ਵੀ ਤੁਹਾਨੂੰ ਇੱਕੋ ਤਾਂ ਮਿੱਡੀ ਲਾਈਮ ਲਾਈਟ ਨਹੀਂ ਮਿਲਦੀ ਕਰੈਕਟਰ ਆਰਟਿਸਟ ਦੇ ਵਿੱਚ ਹਾਂ ਜੇ ਤੁਸੀਂ ਗੱਲ ਕਰੋਂ ਜਿਵੇਂ ਡੈਡ ਹੋਣਾ ਦੀ ਜਾਂ ਜਿੰਨੇ ਵੀ ਆਪਣੇ ਥੰਮ ਨੇ ਵੱਡੇ ਵੱਡੇ ਪੰਜਾਬੀ ਫਿਲਮਾਂ ਦੇ ਹੈਨਾ ਉਹ ਤਾਂ ਫਿਰ ਉਸ ਕਿਹੜੀ ਸਦੀਆਂ ਤੋਂ ਲੱਗਿਆ ਹੋਣਾ ਹੈ ਹੈਨਾ ਸੱਚ ਸੱਚ ਬਟ ਜਿੰਨੇ ਜਿੰਨੇ ਕ ਮੇਰੇ ਸਕਰੀਨ ਟਾਈਮ ਸਗੇ ਤੇ ਪਲਸ ਕਿਉਂਕਿ ਮੈਂ ਸ਼ੁਰੂ professionally ਜੇ ਆਪਾਂ ਗੱਲ ਕਰੀਏ 2012 ਤੋਂ ਸ਼ੁਰੂ ਕੀਤਾ ਸੀ ਹੈਨਾ ਅੱਜ 2024 ਚੱਲ ਰਿਹਾ ਉਹੀ 12 ਸਾਲ ਹੋ ਗਏ 12 ਸਾਲ ਹੋ ਗਏ ਤਾਂ ਇਨੇ ਟਾਈਮ ਦੇ ਵਿੱਚ ਮੈਨੂੰ ਇਹੀ ਹੈ ਵੀ ਮੈਂ ਜੇ ਚੱਲ ਵੀ ਰਿਆਂ ਹੈਨਾ ਜੇ ਜੇ ਜਿਵੇਂ ਹੌਲੀ 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 ਕਰਕੇ ਚੱਲ ਰਿਆਂ ਤੇ ਪਲਸ ਹੁਣ ਜੇ ਹੁਣ ਜਾ ਕੇ ਇਨ ਸਾਲਾਂ ਬਾਅਦ ਹੌਲੀ ਹੌਲੀ ਕੈਰੈਕਟਰ ਆਰਟਿਸਟ ਕਰਕੇ ਸ਼ਾਰਟ ਫਿਲਮਾਂ ਕਰਕੇ ਵੈਬ ਸੀਰੀਜ਼ ਕਰਕੇ ਫਿਰ ਲੀਡ ਵੱਲ ਨੂੰ ਆਇਆ ਤਾਂ ਮੈਨੂੰ ਲੱਗਦਾ ਉਹਦੇ ਚ ਤੁਹਾਡਾ ਵਧੀਆ ਵੀ ਤੁਹਾਨੂੰ ਇੰਨੇ ਟਾਈਮ ਦਾ ਐਕਸਪੀਰੀਅੰਸ ਮਿਲਿਆ ਵੀ ਤੁਸੀਂ ਜੇ ਮੈਨੂੰ ਲੱਗਦਾ ਇਹ ਸਗੋਂ ਡੈਡ ਦਾ ਸਭ ਤੋਂ ਵਧੀਆ ਡਿਸੀਜਨ ਸੀ ਇਹ ਹੈ ਵੀ ਮੈਨੂੰ ਕੈਰੈਕਟਰ ਆਰਟਿਸਟ ਵੱਲ ਹੋਰ ਪੁਸ਼ ਕਰਨਾ ਹੋਰ ਪੁਸ਼ ਕਰਨਾ ਕੈਰੈਕਟਰ ਆਰਟਿਸਟਾਂ ਵੱਲ ਉਹਦਾ ਰੀਜ਼ਨ ਬਹੁਤ ਕੀ ਥੇ ਨਹੀਂ ਉਹਦਾ ਰੀਜ਼ਨ ਇਹ ਵੀ ਹੈ ਨਾ ਭਾਈ ਜੇ ਹੁਣ ਮੈਨੂੰ ਸਿੱਧਾ ਹੀ ਉਹ ਲੀਡ ਦੇ ਦਿੰਦੇ ਮੇਰੇ ਤੋਂ ਚੱਕ ਹੀ ਨਹੀਂ ਹੋਣੀ ਸੀ ਫਿਲਮ ਹੂੰ ਮੈਂ ਕਿਵੇਂ ਚੱਕ ਲੰਦਾ ਉਹ ਜਦੋਂ ਮੈਨੂੰ ਕੈਰੈਕਟਰ ਆਉਂਦਾ ਇਨੀ ਐਕਸਪੀਰੀਅੰਸ ਹੈਗਾ ਪਤਾ ਨਹੀਂ ਹੈਨਾ ਵੈਸੇ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਗੱਲ ਕਰ ਰਹੇ ਸੀਗੇ ਹੁਣ ਫਿਲਮਾਂ ਹੋ ਗਈਆਂ ਵੈਬ ਸੀਰੀਜ਼ ਹੋ ਗਈਆਂ ਹੂੰ ਯਾਰ ਚਿਗਰੀ ਨੂੰ ਬਾਈ ਕਿਉਂ ਪਸੰਦ ਕੀਤਾ ਲੋਕਾਂ ਨੇ ਕੀ ਰੀਜ਼ਨ ਕਰ ਲਿਆ ਬਾਈ ਇੱਕ ਤਾਂ ਰਿਲੇਟ ਕਰ ਲਿਆ ਇੱਕ ਕਾਲਜ ਲਾਈਫ ਸੀ ਕਾਲਜ ਲਾਈਫ ਆ ਵੀ ਹੋਸਟਲ ਲਾਈਫ ਸੀ ਪੀਜੀ ਲਾਈਫ ਸੀ ਹੈਨਾ ਮਿਕਸਚਰ ਜਿਆ ਸੀ ਮਿਕਸਚਰ ਜਿਆ ਸੀ ਹੈਨਾ ਜਵਾਨੀ ਦਾ ਹਰੇਕ ਬੰਦਾ ਕਿਸੇ ਨਾ ਕਿਸੇ ਕੈਰੈਕਟਰ ਚ ਆਪਦੇ ਆਪ ਨੂੰ ਲੱਭ ਲੈਂਦਾ ਸੀ ਹਾਂ ਤਕਰੀਬਨ ਜਿਵੇਂ ਅਸੀਂ ਅਸੀਂ ਉਹ ਟਾਈਮ ਕੋਲੇ ਸੀ ਨਾ ਬਈ ਜੀ ਜਿਹੜਾ ਆਈ ਸੀ ਸੀਰੀਜ਼ ਮੈਂ ਕਹਾਂ ਮੈਂ ਲਾਸਟ ਈਅਰ ਦੇ ਵਿੱਚ ਸੀਗਾ ਪਤਾ ਨਹੀਂ ਪਾਸ ਆਊਟ ਹੋ ਗਿਆ ਸੀ ਮੈਨੂੰ ਯਾਦ ਨਹੀਂ ਪਰ ਮੈਨੂੰ ਯਾਦ ਆ ਕਿ ਜਿਹੜੇ ਕਿਰਦਾਰ ਉਸ ਵੈਬ ਸੀਰੀਜ਼ ਦੇ ਵਿੱਚ ਸੀਗੇ ਜੀ ਬਈ ਮੈਨੂੰ ਲੱਗਦਾ ਹਰ ਇੱਕ ਬੰਦਾ ਸਾਡੇ ਟੋਲੇ ਵਿੱਚ ਵੀ ਸੀ ਹਮ ਅਸੀਂ ਹਰ ਇੱਕ ਬੰਦੇ ਨੂੰ ਜਦੋਂ ਉਹ ਕਿਰਦਾਰ ਨੂੰ ਦੇਖਦੇ ਥੋੜੇ ਕਿਰਦਾਰੋਂ ਦੇਖਦੇ ਸੀ ਇਹ ਤਾਂ ਯਾਰ ਆਹਾ ਆ ਉਹ ਰੂਪ ਦੇ ਕਿਰਦਾਰੋਂ ਦੇਖਦੇ ਸੀ ਉਹ ਯਾਰ ਉਹ ਤਾਂ ਆਹਾ ਆ ਯਾਨੀ ਉਹ ਹਰ ਇੱਕ ਕਿਰਦਾਰ ਨੂੰ ਅਸੀਂ ਨਾ ਰਿਲੇਟ ਕਰ ਲਿਆ ਵੀ ਆ ਸਾਡੇ ਦੀ ਤੋਰੀ ਫਿਰਦੇ ਨੇ ਉਹ ਇਸ ਕਰਕੇ ਸਾਨੂੰ ਥੋੜੀ ਹੋਰ ਅਟਰੈਕਟਿਵ ਲੱਗੀ ਯਾਰ ਦੇਖਣ ਵਾਲੀ ਚੀਜ਼ ਹੈ ਉਹ ਇਹੀ ਰੀਜ਼ਨ ਸੀ ਬਈ ਜਿਹੜਾ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਵੀ ਕੀ ਰੀਜ਼ਨ ਸੀ ਕਿਉਂ ਉਹ ਜਿਆਦਾ ਲੋਕਾਂ ਨੂੰ ਪਸੰਦ ਆਈ ਹੈ ਉਹਦੇ ਚ ਹੀਰੋਇਸਮ ਨਹੀਂ ਸੀ ਉਹਦੇ ਚ ਹਰ ਬੰਦਾ ਕੈਰੈਕਟਰ ਸੀ ਕੈਰੈਕਟਰ ਸੀ ਜਿਹੜੀ ਲੋਕਾਂ ਨੂੰ ਮੈਨੂੰ ਜਿਹੜੀਆਂ ਫਿਲਮਾਂ ਵੀ ਪਸੰਦ ਨੇ ਬਾਈ ਜਾਂ ਜਿਹੜੀਆਂ ਮੈਂ ਹੁਣ ਵੀ ਹੁਣ ਵੀ ਆ ਜਿਹੜੀ ਮੇਰੀ ਜਿਹਦਾ ਮੇਰਾ ਸ਼ੂਟ ਚੱਲ ਰਿਹਾ ਹੈ ਜਿਹੜੀ ਫਿਲਮ ਦਾ ਮੈਂ ਕੈਰੈਕਟਰ ਆ ਬਾਈ ਉਹਦੇ ਖੜਜੋ 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 ਕਿਤੇ ਜਾਣ ਦੀ ਲੋੜ ਨਹੀਂ ਪੋਡਕਾਸਟ ਤੁਹਾਡਾ ਬਿਲਕੁਲ ਇੱਥੀ ਆ ਬਸ ਇੱਕ ਛੋਟੀ ਜਿਹੀ ਜਾਣਕਾਰੀ ਸਾਂਝ ਕਰਨ ਵਾਸਤੇ ਤੁਹਾਡੇ ਵਿੱਚ ਹਾਜ਼ਰ ਹੋਇਆ ਕਿ ਅਸੀਂ ਇੱਕ ਨਵਾਂ ਚੈਨਲ ਕ੍ਰੀਏਟ ਕੀਤਾ ਹੈ ਕੁਦਰਤ ਕਲਿੱਪਸ ਕਰਤੀ ਉਸ ਦਾ ਲਿੰਕ ਜਿਹੜਾ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਆ ਤੁਸੀਂ ਉਸ ਚੈਨਲ ਨੂੰ ਅੱਜ ਹੀ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਵੱਡੇ ਪੋਡਕਾਸਟ ਦੇ ਵਿੱਚੋਂ ਛੋਟੀ-ਛੋਟੀਆਂ ਤੇ ਬੜੀਆਂ ਘੈਂਟ-ਘੈਂਟ ਜੀਆਂ ਵੀਡੀਓਜ਼ ਤੇ ਕਲਿੱਪਸ ਅਸੀਂ ਕੱਟ ਕੇ ਉਸ ਚੈਨਲ ਤੇ ਅਪਲੋਡ ਕਰਿਆ ਕਰਾਂਗੇ। ਤੁਸੀਂ ਉਸ ਚੈਨਲ ਨੂੰ ਵੀ ਇੰਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਇਸ ਚੈਨਲ ਨੂੰ ਦਿਓ। ਬਾਕੀ ਤੁਹਾਡੀ ਵੀਡੀਓ, ਤੁਹਾਡਾ ਪੋਡਕਾਸਟ ਤੁਹਾਡੇ ਵਿੱਚ ਹਾਜ਼ਰ ਹੈ। ਆਓ ਵੇਖੀਏ। ਹਾਂ, ਨੋ ਡਾਊਟ ਤੁਸੀਂ ਕਹਿ ਸਕਦੇ ਹੋ ਵੀ ਚਲੋ ਲੀਡਿੰਗ ਕਰ ਰਿਹਾ ਪਰ ਮੈਂ ਕਰੈਕਟਰ ਮੰਨ ਕੇ ਜਲਦਾ ਆਪਣੇ ਆਪ ਨੂੰ। ਹੋ ਸਕਦਾ ਇਸ ਫਿਲਮ ਦੇ ਵਿੱਚ ਮੇਰੇ ਤੋਂ ਭਾਵੇਂ ਲੀਡ ਵੱਜਦਾ ਹੋਵੇ ਪਰ ਮੇਰੇ ਤੋਂ ਵੱਧ ਸਕਰੀਨ ਟਾਈਮ ਕਿਸੇ ਹੋਰ ਦਾ ਹੋਵੇ। ਮੈਨੂੰ ਉਹਦੇ ਤੋਂ ਕੋਈ ਪ੍ਰੋਬਲਮ ਨਹੀਂ। ਜਦ ਤੱਕ ਤੁਸੀਂ ਆਪ ਦਾ ਕੈਰੈਕਟਰ ਪੂਰਾ ਠੋਕੇ ਨਿਭਾ ਰਹੇ ਹੋ ਤੁਹਾਨੂੰ ਆਪ ਦੇ ਆਪ 'ਚ ਬਲੀਵ ਹੈ ਤੇ ਪਲੱਸ ਸ਼ਕਲ ਆਪਦੀ ਸ਼ੀਸ਼ੇ 'ਚ ਦੇਖ ਕੇ ਤੁਹਾਨੂੰ ਲੱਗ ਰਿਹਾ ਕਨਵਿੰਸ ਹੋ ਰਹੇ ਹੋ ਤੁਸੀਂ ਹਾਂ ਵੀ ਯਾਰ ਇਹ ਜਿਹੜਾ ਕੈਰੈਕਟਰ ਮੈਂ ਪਲੇ ਕਰ ਰਿਹਾ ਲੱਗ ਰਿਹਾ ਹੈ ਮੈਨੂੰ ਲੱਗਦਾ ਆਡੀਅנס ਕਨੈਕਟ ਹੁੰਦੀ ਹੈ ਡੈਫੀਨੇਟਲੀ ਹੁੰਦੀ ਹੈ ਯਾਨੀ ਟਾਈਮ ਤੇ ਡਿਪੈਂਡ ਨਹੀਂ ਕਰਦਾ ਵੀ ਤੁਹਾਨੂੰ ਕਿੰਨਾ ਟਾਈਮ ਸਕਰੀਨ ਤੇ ਰੱਖਿਆ ਜਾ ਰਿਹਾ ਹੈ ਆ ਤੁਸੀਂ ਤੁਹਾਡਾ ਬਹੁਤ ਵੱਡਾ ਰੋਲ ਆ ਅਗਰ ਤੁਸੀਂ ਛੋਟੇ ਟਾਈਮ ਦੇ ਵਿੱਚ ਵੀ ਤੁਸੀਂ ਆਪਣੇ ਰੋਲ ਨੂੰ ਨਿਭਾ ਗਏ ਉਹਦੇ ਚ ਕਿੰਨਾ ਕ ਕਰੈਕਟਰ ਸੀ ਮੇਰਾ ਕਿਤੇ ਗੋਲਗੋ ਗੋਲਗਾ ਹਾਂ ਹਰੇਕ ਨੂੰ ਯਾਦ ਆ ਉਹ ਬਾਈ ਉਹ ਹਾਂ ਉਹ ਫੋਨ ਵਾਲੀ ਚੀਜ਼ਾਂ ਹੈਨਾ ਉਹ ਵਿੱਚ ਵਿੱਚ ਟੋਕਣਾ ਉਹ ਹਰ ਇੱਕ ਬੰਦੇ ਨੂੰ ਯਾਦ ਆ ਉਹ ਉਹ ਉਹਦੇ ਚ ਕੁਝ ਸੀਗੇ ਮਤਲਬ ਹਾਲਾਂਕਿ ਸਕਰੀਨ ਟਾਈਮ ਮੋਸਟਲੀ ਕਿੰਨੇ ਐਕਟਰ ਸੀਗੇ ਮਲਟੀ ਸਟਾਰਰ ਫਿਲਮ ਸੀਗੀ ਉਹ ਬਿਲਕੁਲ ਬਹੁਤ ਸਿੱਕ ਲਗਾ ਮਲਟੀ ਸਟਾਰਰ ਤਾਂ ਇੱਕ ਟਾਈਮ ਲਾਈਨ ਦੀ ਸੀ ਦੂਜੀ ਟਾਈਮ ਲਾਈਨ ਚ ਮਨਿੰਦਰ ਬਾਈ ਹੋਣੀ ਸੀਗੇ ਹਮ ਹੈਨਾ ਕਿੱਡੀ ਮਲਟੀ ਸਟਾਰਰ ਸੀਗੀ ਪਰ ਫੇਰ ਵੀ ਫੇਰ ਵੀ ਮਤਲਬ ਯਾਦ ਰੱਖਿਆ ਲੋਕਾਂ ਨੇ ਉਹ ਮਤਲਬ ਮੇਰੇ ਹਿਸਾਬ ਨਾਲ ਇਹੀ ਹੈ ਵੀ ਜੇ ਤੁਸੀਂ ਕਰੈਕਟਰ ਦੇ ਵਿੱਚ ਵੜ ਜਾਂਦੇ ਹੋ ਮਤਲਬ ਐ ਨਹੀਂ ਹੈਗਾ ਉਹ ਵੀ ਨਹੀਂ ਮੈਨੂੰ ਗੱਲ ਵਧੀਆ ਲੱਗਦੀ ਬਾਈ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਨਾ ਹਮ ਵੀ ਆ ਯਾਰ ਮੈਂ ਤਾਂ ਫਿਰਨਾ ਥੋੜੀ देर ਦੂਏ ਕਮਰੇ ਜਾ ਕੇ ਬੈਠਿਆ ਉਸ ਕਰੈਕਟਰ ਦੇ ਵਿੱਚ ਵੜਨਾ ਸੀ ਉਹ ਫੀਲ ਕੀਤਾ ਫੀਲ ਕੀਤਾ ਹੈਨਾ ਮੈਨੂੰ ਤਾਂ ਭਾਈ 2 ਮਹੀਨੇ ਲੱਗ ਗਏ ਉਹ ਚੋਂ ਨਿਕਲਣ ਉਹ ਵੀ ਮੈਨੂੰ ਬਹੁਤ ਬੋਰਿੰਗ ਲੱਗਦੀ ਹੈ ਜਲੂਸ ਗੱਲਾਂ ਲੱਗਦੀਆਂ ਉਹਦਾ ਰੀਜ਼ਨ ਇਹ ਹੈ ਭਾਈ ਫਿਰ ਤੁਸੀਂ ਪ੍ਰੋਫੈਸ਼ਨਲ ਕਰਦੇ ਹੋ ਫਿਰ ਹਮ ਐਕਟਰ ਦਾ ਐਕਟਰ ਦਾ ਮਤਲਬ ਹੀ ਇਹ ਹੈ ਵੀ ਆਪਾਂ ਦੋਨੋਂ ਜਾਨੇ ਬੈਠੇ ਇਧਰੋਂ ਕੈਮਰਾ ਹੋਇਆ ਤੇ ਆਹ ਔਨ ਹੋ ਗਿਆ ਸਿਚੁਏਸ਼ਨ ਦੇ ਦੱਸਤੀ ਤੁਸੀਂ ਐਕਟ ਕਰੋ ਫਿਰ ਤਾਂ ਤੁਸੀਂ ਪ੍ਰੋਫੈਸ਼ਨਲ ਐਕਟਰ ਹੀ ਨਹੀਂ ਹੈਗੇ ਵੀ ਜੇ ਤੁਹਾਨੂੰ ਇਹ ਸਦਿਆਂ ਹੀ ਲੱਗ ਜਾਂਦੀਆਂ ਨੇ ਕਰੈਕਟਰ ਚ ਬੜਨ ਨੂੰ ਕੋਈ ਤਿਕਣ ਨੂੰ ਸੱਚ ਜਿਹੜੇ ਹੁਣ ਏਡੇ ਦਿਗਜ ਕਲਾਕਾਰ ਨੇ ਭਾਵੇਂ ਬਾਲੀਵੁੱਡ ਦੇ ਨੇ ਭਾਵੇਂ ਪੰਜਾਬ ਦੇ ਨੇ ਉਹ ਐਸਾ ਉਹਨਾਂ ਨਾਲ ਤਾਂ ਉਹ ਫਿਲਮਾਂ ਹੀ ਨਾ ਕਰਨ ਵੀ ਦੋ ਦੋ ਮਹੀਨੇ ਦਾ ਉਹਨਾਂ ਦੀ ਤਾਂ ਇਹ ਸਾਲ-ਸਾਲ ਪੈਂਡਿੰਗਾਂ ਚ ਰਹਿਣ ਸਾਲ-ਸਾਲ ਵੀ ਪਲੱਸ ਹੋ ਤਾਂ ਇੱਕ ਫਿਲਮ ਦੇ ਸਾਈਡ ਬਾਈ ਸਾਈਡ ਉਹਨਾਂ ਦੀਆਂ ਦੋ ਹੋਰ ਚੱਲ ਰਹੀਆਂ ਹੁੰਦੀਆਂ ਸੱਚ ਇਕੱਠੀਆਂ ਚੱਲੀ ਆਉਂਦੀਆਂ ਨੇ ਨਾਲੇ ਅੱਛਾ ਜਿਵੇਂ ਆਪਾਂ ਨਾ ਪਿਓ ਪੁੱਤ ਦੀ ਗੱਲ ਕੀਤੀ ਥੁੰਡੇ ਦੇ ਥੋੜੇ ਫਾਦਰ ਸਾਹਿਬ ਦੇ ਮੈਂ ਰਿਸ਼ਤਿਆਂ ਤੇ ਆਉਣਾ ਕਿਉਂਕਿ ਜੋ ਅੱਜ ਕੱਲ ਜਿਵੇਂ ਆਪਾਂ ਯੰਗਸਟਰ ਬੈਠੇ ਆਂ ਹਮ ਆਪਣੀ ਉਮਰ ਦੇ ਹੋਰ ਜਿਹੜੇ ਆਪਾਂ ਨੂੰ ਸੁਣ ਰਹੇ ਨੇ ਇਹ ਆਪਣੇ ਤੋਂ ਛੋਟੇ ਨੇ ਜੀ ਮੈਂ ਇੱਕ ਬਹੁਤ ਚੀਜ਼ ਫੀਲ ਕਰਦਾ ਹਮ ਉਹ ਇਹ ਹੁੰਦੀ ਹੈ ਵੀ ਕਿਤੇ ਨਾ ਕਿਤੇ ਮਾਂ ਪਿਓ ਦਾ ਨਾ ਥੋੜਾ ਬਹੁਤ ਸਤਕਾਰ ਰਿਸਪੈਕਟ ਜਿਹੜੀ ਹੈ ਜੀ ਉਹ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਉੱਤੇ ਤੱਕ ਰਹਿ ਗਈ ਹਮ ਹਾਂ ਜਿਹਦਨ ਅੱਜ ਫਾਦਰਸ ਡੇ ਆਪਣਾ ਹਮ ਅੱਜ ਸਾਰੇ ਪੋਸਟਾਂ ਪਾਣਗੇ ਹੂੰ ਵੀ ਫਾਦਰਜ਼ ਡੇ ਹੈ ਹੈਪੀ ਫਾਦਰਜ਼ ਡੇ ਡੈਡੀ ਮੈਂ ਡੈਡੀ ਨੂੰ ਲੈ ਕੇ ਦਊਗਾ ਮੈਂ ਕਿਤੇ ਖਵਾ ਕੇ ਚਲਦਾ ਜਾਂ ਡੈਡੀ ਨਾਲ ਫੋਟੋ ਪਾਤੀਆਂ ਫਲਾਣਾ ਕਰਤੀਆਂ ਹੂੰ ਪਰ ਜਦੋਂ ਇਹ ਦਿਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹੀ ਪਿਓ ਪਤਾ ਨਹੀਂ ਕਿਉਂ ਬਹੁਤ ਕੌੜਾ ਲੱਗਦਾ ਹੂੰ ਉਹੀ ਪਿਓ ਪਤਾ ਨਹੀਂ ਕਿਉਂ ਬਹੁਤ ਇਹ ਲੱਗਦਾ ਵੀ ਇਹ ਤਾਂ ਬੋਲਦਾ ਹੀ ਬਹੁਤ ਹੈ ਕੌੜਾ ਪੈਂਦਾ ਖਾਣ ਨੂੰ ਪੈਂਦਾ ਹੂੰ ਇਹ ਕਾਰਨ ਕੀ ਮੰਨਦੇ ਹੋ ਵੀ ਆਪਾਂ ਇੰਨਾ ਇੰਟਰਸਟ ਸੋਸ਼ਲ ਮੀਡੀਆ ਤੇ ਕਿਉਂ ਦਿੰਦਾ ਰੀਅਲ ਲਾਈਫ ਨੂੰ ਛੱਡ ਕੇ ਐਕਚੁਅਲੀ ਬਾਈ ਹੁਣ ਆਲੇ ਦੁਆਲੇ ਲਾਈਫ ਘੁੰਮਣਾ ਇਹਦੇ ਲੱਗੀ ਨਾ ਹੁਣ ਤੁਸੀਂ ਜਿਵੇਂ ਆਪਾਂ ਰੀਅਲ ਲਾਈਫ ਦੀ ਗੱਲ ਕਰਦੇ ਆਂ ਰਿਐਲਿਟੀ ਦੇ ਵਿੱਚ ਆਪਾਂ ਜੇ ਹੁਣ ਤੋਂ ਆਪਣੇ ਲਾਸਟ ইਅਰਸ ਦੇ ਵਿੱਚ ਆ ਜੀਏ ਜਿਹੜੇ ਸਕੂਲ ਦੇ ਸੀਗੇ ਹਮ ਹੈਨਾ ਆ ਆ ਉਦੋਂ ਵੀ ਗਏ ਸੀ ਫੇਸਬੁੱਕ ਫੇਸਬੁੱਕ ਹਮ ਚਲਦੀ ਸੀ ਪਰ ਆਪਾਂ ਇਹਨਾਂ ਯੂਜ਼ ਨਹੀਂ ਸੀਗਾ ਉਹਦਾ ਉਹ ਯੂਜ਼ ਟੂ ਨਹੀਂ ਸੀਗਾ ਬਟ ਉਦੋਂ ਐ ਹੁੰਦਾ ਸੀ ਵੀ ਚਲੋ ਸ਼ਾਮ ਨੂੰ ਆ ਕੇ ਚਲਾ ਲਿਆ ਜਾਂ ਹੁਣ ਆਪਣੇ ਹੁਣ ਤਾਂ ਮਤਲਬ ਜਿਵੇਂ ਬਾਇ ਚਾਂਸ ਜਿਵੇਂ ਤੁਸੀਂ ਲਾ ਲਓ ਵੀ ਆਪਣਾ ਹ ਸਾਰਾ ਪੋਡਕਾਸਟ ਖਤਮ ਹੋ ਗਿਆ ਹੈ ਨਾ ਆਪਾਂ ਬੈਠੇ ਆ ਆਪਾਂ ਮਿੰਟ ਕੁ ਬਾਅਦ ਕੱਢ ਲਾਂਗੇ ਫੋਨ ਕੱਢਾਂਗੇ ਮੈਂ ਕਹਿੰਦਾ ਹੁਣ ਵੀ ਕਈ ਵਾਰ ਜੇ ਨੋਟੀਫਿਕੇਸ਼ਨ ਆ ਗਿਆ ਆਪਾਂ ਚੱਕ ਕੇ ਦੇਖਾਂਗੇ ਵੀ ਦੇਖੀ ਕਿਹਦਾ ਮੈਸੇਜ ਮੋਸੇ ਦਾ ਨਹੀਂ ਆਇਆ ਮੈਨੂੰ ਤੁਸੀਂ ਭਾਵੇਂ ਆਪਾਂ ਗੱਲ ਵੀ ਕਰ ਰਹੇ ਆ ਜੇ ਵੱਜ ਗਿਆ ਮੈਂ ਨਾਲ ਹੀ ਆਂ ਦੇਖ ਲੈਣਾ ਵੀ ਇਹਦਾ ਬੜਿਆ ਕੁਝ ਵਾਈਬ੍ਰੇਟ ਜਿਹਾ ਹੋਇਆ ਕੀ ਹੋਇਆ ਹੈਨਾ ਤਾਂ ਆਪਾਂ ਇੱਕ ਤਾਂ ਵੱੜ ਬਹੁਤ ਜ਼ਿਆਦੇ ਗਏ ਨਾ ਚੀਜ਼ਾਂ 'ਚ ਮੈਨੂੰ ਇਹ ਲੱਗਦਾ ਸ਼ਾਇਦ ਫਰ ਪਲੱਸ ਉਹ ਚੀਜ਼ਾਂ ਹਾਲਾਂਕਿ ਐ ਨਹੀਂ ਕਹਿੰਦਾ ਵੀ ਹੋ ਸਕਦਾ ਸ਼ਾਇਦ ਮੈਂ ਵੀ ਕਰਦਾ ਹੋਵਾਂ ਬਟ ਇਹ ਮੈਨੂੰ ਲੱਗਦਾ ਪਾ ਯੂਜ਼ ਟੂ ਜ਼ਿਆਦਾ ਹੋ ਗਏ ਇਸ ਚੀਜ਼ਾਂ ਦੇ ਵੀ ਆਪਾਂ ਵੀ ਬਾਰ ਬਾਰ ਦੇਖਣਾ ਹਾਲਾਂਕਿ ਮੇਰਾ ਸਕਰੀਨ ਟਾਈਮ ਵੀ ਬਹੁਤ ਜ਼ਿਆਦਾ ਹੋਊਗਾ ਜਿੱਥੇ ਤੱਕ ਮੈਨੂੰ ਲੱਗਦਾ ਇੱਕ ਤਾਂ ਚਲੋ ਕਿੰਨਾ ਹੋਊਗਾ ਅੰਦਾਜ਼ਾ ਫੇਰ ਵੀ ਇੱਕ ਅੰਦਾਜ਼ਾ ਵੀ ਮੈਂ ਇੰਨਾ ਟਾਈਮ ਸਕਰੀਨ ਟਾਈਮ ਚਲਾਉਣਾ ਮੈਨੂੰ ਯਾਦ ਆ ਮੇਰਾ ਮਿੱਤਰ ਤੇਜੀ ਉਹਦਾ ਪਤੰਦਰ ਦਾ ਕਈ ਵਾਰ 12-12 ਘੰਟੇ ਦਾ ਵੀ ਹੁੰਦਾ ਵਾਚ ਟਾਈਮ ਮੇਰਾ ਮੇਰੇ ਹਿਸਾਬ ਨਾਲ ਜਦੋਂ ਤਾ ਜੀ ਮੈਂ ਘਰੇ ਹੁੰਦਾ ਹੂੰ ਮੇਰੇ ਹਿਸਾਬ ਨਾਲ ਹੋਊਗਾ ਜੀ 7 ਘੰਟੇ ਦਾ 7 800 ਜ਼ਿਆਦਾ ਜਿਹੜੀ ਐਪਲੀਕੇਸ਼ਨ ਦੇ ਬੈਠਦਾ ਹੂੰ ਇੰਸਟਾ ਇੰਸਟਾ ਵੀ YouTube ਵੀ ਤੇ WhatsApp ਵੀ ਮੈਨੂੰ ਲੱਗਦਾ ਕਿਉਂਕਿ WhatsApp ਤੇ ਫਿਰ ਹੁੰਦਾ ਨਾ ਕੰਮ ਕਰਦੇ ਜਾਂ ਹੋਰ ਹੋਗੀਆਂ ਚੀਜ਼ਾਂ ਸ਼ੂਟ ਤੇ ਮੇਰਾ ਆ ਕੇ ਕੱਟ ਜਾਂਦਾ ਉਦੋਂ ਨਹੀਂ ਮੇਰਾ ਹੁੰਦਾ ਉਹਦੋਂ ਦਾ ਮੇਰਾ ਰਹਿ ਜਾਂਦਾ ਸਾਰਾ ਹੀ ਦੋ ਦੋ ਘੰਟੇ ਪੂਰੇ ਦਿਹਾੜੀ ਦਾ ਹੂੰ ਅੱਛਾ ਪਿਓ ਪੁੱਤ ਦਾ ਰਿਸ਼ਤਾ ਜੀ ਇਹ ਬਹੁਤ ਪਾਕ ਪਵਿੱਤਰ ਰਿਸ਼ਤਾ ਹੈ ਜੀ ਕਿਉਂਕਿ ਪਿਓ ਪੁੱਤ ਦੀ ਯਾਰੀ ਹੂੰ ਪਿਓ ਪੁੱਤ ਦੀ ਯਾਰੀ ਦੀਆਂ ਮਿਸਾਲਾਂ ਆਪਾਂ ਤਾਂ ਸੁਣਦੇ ਆਏ ਆ ਹੂੰ ਵੀ ਯਾਰ ਤਾਂ ਪਿਓ ਹੀ ਇੱਕ ਹੂੰ ਬਾਕੀ ਜਿੰਨੇ ਮਰਜ਼ੀ ਬਣਾ ਲਓ ਦੁਨੀਆ ਤੇ ਇਹ ਤਾਂ ਉਹੀ ਤੁਰੇ ਫਿਰਦੇ ਨੇ ਹੂੰ ਇਕਲੌਤਾ ਯਾਰ ਤੁਹਾਡਾ ਪਿਓ ਆ ਤੁਹਾਡਾ ਜਿਹੜਾ ਤੁਹਾਡੇ ਐਂਡ ਟਾਈਮ ਤੇ ਨਾਲ ਖੜੂਗਾ ਜੀ ਜਿਵੇਂ ਤੁਹਾਨੂੰ ਪੁੱਛਾਂ ਵੀ ਇਕ ਪਿਓ ਪੁੱਤ ਦੀ ਯਾਰੀ ਕਿਵੇਂ ਦੀ ਹੁੰਦੀ ਹੈ ਤੇ ਕਿਵੇਂ ਦੀ ਹੋਣੀ ਚਾਹੀਦੀ ਹੈ ਜੇ ਮੈਂ ਆਪਣੀ ਗੱਲ ਕਰਾਂ ਜਿਵੇਂ ਜੇ ਆਪਾਂ ਆਪਣੀ ਗੱਲ ਦੱਸੀਏ ਤਾਂ ਸਾਡੀ ਸ਼ੁਰੂ ਤੋਂ ਨਾ ਮਤਲਬ ਮੈਨੂੰ ਲੱਗਦਾ ਸਾਡੀ ਵੀ ਕੀ ਹਰੇਕ ਦੀ ਇਦਾਂ ਹੋਊਗੀ ਵੀ ਮਲ ਮੋਸਟ ਆਫ ਦੇ ਬੰਦਿਆਂ ਦੀ ਕਿ ਜਦੋਂ ਆਪਾਂ ਸ਼ੁਰੂ ਤੋਂ ਲੈ ਕੇ ਮਤਲਬ ਹਾਂ ਇੱਕ ਪਿਆਰ ਕਾਬ ਉਹ ਚੀਜ਼ ਰਹਿੰਦੀ ਹੈ ਤੇ ਇੱਕ ਤੁਸੀਂ ਲਾ ਲਓ ਸોર્ટ ਆਫ ਕੀ ਕਹਿੰਦੇ ਹੁੰਦੇ ਨੇ ਉਹਨੂੰ ਡਾਰਕ ਕਹਿ ਸਕਦੇ ਹੋ ਜਾਂ ਜਾਂ ਇੱਕ ਝਾਕਾ ਜਿਹਾ ਲਾ ਲਓ ਹੈਨਾ ਵੀ ਉਹ ਚੀਜ਼ ਤਾਂ ਰਹਿੰਦੀ ਹੀ ਹੈ ਇਸ ਰਿਸ਼ਤੇ ਮੇਰੇ ਹਿਸਾਬ ਨਾਲ ਵੀ ਡਰ ਵਾਲੀ ਡਾਰਕ ਕਹਿ ਲਓ ਜਾਂ ਝਾਕਾ ਕਹਿ ਲਓ ਜਾਂ ਕੁਝ ਮਤਲਬ ਵੀ ਹਾਂ ਉਦਾਂ ਨੋ ਡਾਊਟ ਤੁਸੀਂ ਇੰਨਾ ਟਾਈਮ ਸਪੈਂਡ ਕਿਉਂਕਿ ਜਿਵੇਂ ਡੈਡ ਹੋਣਾ ਦਾ ਇਦਾਂ ਸੀਗਾ ਵੀ ਜਦੋਂ ਮੈਂ ਸਕੂਲ 'ਚ ਹੁੰਦਾ ਸੀਗਾ ਤਾਂ ਮੈਂ ਹਮੇਸ਼ਾ ਉਦੋਂ ਛਣਕਾਟਿਆਂ ਦੇ ਸੈੱਟ ਤੇ ਵੀ ਜਾਂਦਾ ਹੁੰਦਾ ਸੀਗਾ ਫਿਰ ਜਦੋਂ ਮੈਂ ਥੋੜਾ ਜਿਹਾ ਵੱਡੀਆਂ ਕਲਾਸਾਂ 'ਚ ਆਇਆ ਉਦੋਂ ਫਿਰ ਮੈਂ ਫਿਲਮਾਂ ਜਦੋਂ ਸ਼ੁਰੂ ਹੋ ਗਈਆਂ ਫਿਲਮਾਂ ਦੇ ਸੈੱਟ ਤੇ ਜਾਣਾ ਸ਼ੁਰੂ ਹੋ ਗਿਆ ਹੈ ਨਾ ਫਿਰ ਚੀਜ਼ਾਂ ਪੁੱਛਣੀਆਂ ਫਿਰ ਉਹਨਾਂ ਦਾ ਨਾ ਐਕਚੁਅਲੀ ਜੋ ਸਮਝਾਣ ਦਾ ਤੇ ਪਲੱਸ ਉਹਨਾਂ ਦੀਆਂ ਜੋ ਕੁਆਲਿਟੀਆਂ ਨੇ ਜੇ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਮੈਂ ਮੈਂ ਨਾ ਉਹਨਾਂ ਦੀ ਇਦਾਂ ਨਹੀਂ ਹੈਗਾ ਵੀ ਮੈਂ ਇੰਟੈਂਸ਼ਨਲੀ ਉਹ ਚੀਜ਼ ਕਰ ਰਿਹਾ ਜੋ ਉਹ ਕਰਦੇ ਨੇ ਬਟ ਜੋ ਉਹਨਾਂ ਦਾ ਹਿਸਾਬ ਆ ਜੋ ਉਹਨਾਂ ਦਾ ਇੱਕ ਵੇ ਆਫ ਤੁਸੀਂ ਲਾ ਲਓ ਗੱਲ ਕਰਨ ਦਾ ਤਰੀਕਾ ਉਹਨਾਂ ਦਾ ਜਾਂ ਉਹਨਾਂ ਦਾ ਕਿਸੇ ਕੋਈ ਡਿਸਾਈਡ ਕੋਈ ਕਿਸੇ ਚੀਜ਼ ਦੇ ਡਿਸੀਜਨ ਤੇ ਪਹੁੰਚਣਾ ਉਹਨਾਂ ਨੇ ਮੈਨੂੰ ਐ ਲੱਗਦਾ ਹੁੰਦਾ ਕਈ ਵਾਰᱤ ਮੈਂ ਸੋਚਦਾ ਹੁੰਨਾ ਵੀ ਕਰ ਮੈਂ ਵੀ ਉਹੀ ਚੀਜ਼ ਰਿਹਾ ਪਰ ਮੈਂ ਕਰ ਅਨ ਇੰਟੈਂਸ਼ਨਲੀ ਰਿਹਾ ਮੈਂ ਜਾਣ ਕੇ ਸੋਚ ਕੇ ਨਹੀਂ ਕਰ ਰਿਹਾ ਵੀ ਉਹ ਇਦਾਂ ਕਰ ਦਿੰਨੇ ਪਰ ਮੈਂ ਕਰ ਦਿੰਨਾ ਉਹਦਾ ਫਿਰ ਮੈਨੂੰ ਬਾਅਦ ਚ ਯਾਦ ਆਉਂਦਾ ਅੱਛਾ ਵੀ ਇਦਾਂ ਕਰ ਦਿੰਦੇ ਹੁੰਦੇ ਨੇ ਉਹ ਵੀ ਇਦਾਂ ਕਰ ਦਿੰਦੇ ਨੇ ਮਤਲਬ ਮੈਨੂੰ ਲੱਗਦਾ ਅਨ ਇੰਟੈਂਸ਼ਨਲੀ ਮੈਂ ਬਹੁਤ ਪ੍ਰਭਾਵਤ ਹਾਂ ਉਹਨਾਂ ਤੋਂ ਤੁਹਾਡੇ ਫਾਦਰ ਸਾਹਿਬ ਤੋਂ ਕੀ ਬਾਤ ਪ੍ਰਭਾਵ ਬਹੁਤ ਹੈ ਉਹਨਾਂ ਦਾ ਬਟ ਹਾਂ ਕਈ ਚੀਜ਼ਾਂ ਹੁੰਦੀਆਂ ਨੇ ਮਤਲਬ ਬਹੁਤ ਜਾਣਗੇ ਮੈਨੂੰ ਕਹਿ ਦਿੰਦੇ ਜਿਹੜੇ ਮਤਲਬ ਕਲੋਜ਼ ਨੇ ਹੈਨਾ ਜਿਹੜੇ ਰੋਜ਼ ਡੇਡੀ ਨੂੰ ਜਾਂ ਮੈਨੂੰ ਮਿਲਦੇ ਨੇ ਹੈਨਾ ਜਾਂ ਉਹ ਕਹਿ ਦਣਗੇ ਜਿਵੇਂ ਮੈਂ ਬੈਠਾ ਹੋਊਗਾ ਸਾਡਾ ਟੀਵੀ ਦੇਖਣ ਦਾ ਸਟਾਈਲ ਬਹੁਤ ਸੇਮ ਹੈ ਅੱਛਾ ਸਾਈਟ ਟਿੱਡਾ ਹੋ ਕੇ ਆ ਦੇਖਦੇ ਦੋਨੋਂ ਜਾਣੇ ਇਦਾਂ ਉਹ ਲੋਤਾ ਹੁਣ ਇਦਾਂ ਹੁੰਦੀਆਂ ਉਹ ਕਹਿੰਦੇ ਪਿਓ ਪੁੱਤ ਦੀਆਂ ਰਲਦੀਆਂ ਕਈ ਹੈਬਟਾਂ ਉਹ ਤੋਂ ਪੱਗ ਦਾ ਸਟਾਈਲ ਸੇਮ ਸੇਮ ਜੱਟੀ ਹੈ ਫਿਰ ਤੁਰਨ ਦਾ ਤੁਰਨ ਦਾ ਸਟਾਈਲ ਉਹ ਵੀ ਸਾਡਾ ਕਾਫੀ ਹੱਦ ਤੱਕ ਸੇਮ ਹੈ ਵਾਹ ਸੋ ਆ ਮੈਨੂੰ ਇਹ ਲੱਗਦਾ ਵੀ ਮੈਂ ਸੋਚ ਕੇ ਨਹੀਂ ਕਰਦੀ ਬਹੁਤ ਜ਼ਿਆਦਾ ਪਿਆਰ ਕਰਦਾ ਉਹਨਾਂ ਨੂੰ ਪਰ ਇਦਾਂ ਨਹੀਂ ਹੈਗਾ ਹਾਂ ਮੈਂ ਇਦਾਂ ਇਦਾਂ ਵੀ ਨਹੀਂ ਹੈਗਾ ਵੀ ਜਿਵੇਂ ਲੋਕੀ ਕਹਿੰਦੇ ਵੀ ਤੁਸੀਂ ਜਫੀ ਨਹੀਂ ਪਾਉਂਦੇ ਕਰਦੇ ਆ ਨੂੰ ਜਾਂ ਪਾਉਣਿਓ ਮੈਂ ਪਾਉਣਾ ਵੀ ਤੁਸੀਂ ਐਕਸਪ੍ਰੈਸ ਕਰਦੇ ਹੋ ਕਿ ਅੱਜ ਕੱਲ ਮੇਰੇ ਵਿੱਚ ਬਹੁਤ ਹੈ ਮੈਂ ਨ ਆਪਣੇ ਪਿਓ ਨੂੰ ਮੈਂ ਹੁਣ ਪਾਉਣ ਲੱਗ ਗਿਆ ਪਤਾ ਨਹੀਂ ਕਿਉਂ ਪਰ ਮੇਰੇ ਅੰਦਰ ਮੈਂ ਕੌਨਫੀਡੈਂਸ ਨਾਲ ਖੜਾ ਕਰਦਾ એનર્ਜੀ ਇਕੱਠੀ ਕਰਦਾ ਬਾਪੂ ਜੀ ਜਫੀ ਪਾਣਾ ਬਾਪੂ ਆ ਜਾ ਤੇ ਕੋਈ ਪਰ ਇਹ ਪਹਿਲਾਂ ਨਹੀਂ ਸੀ ਹੂੰ ਪਤਾ ਨਹੀਂ ਕਿ ਮਨ ਚ ਆਦਬ ਸਤਕਾਰ ਪੂਰਾ ਇਹ ਜੀ ਗੱਲ ਨਹੀਂ ਪਰ ਇੱਕ ਵੈਸੇ ਝਾਕਾ ਮਨ ਦੇ ਵਿੱਚ ਯਾਰ ਵੀ ਮੈਂ ਡੈਡੀ ਨੂੰ ਲਵ ਯੂ ਕਿਵੇਂ ਕਹਾਂ ਹੂੰ ਕਿਵੇਂ ਕਹਾਂ ਯਾਰ ਹਾਂ ਇਹ ਚੀਜ਼ ਹੁੰਦੀ ਆ ਹਾਂ ਪਰ ਮੈਂ ਕਹਿ ਦਣਾ ਹੁਣਾ ਫਿਰ ਵੀ ਕਈ ਵਾਰੀ ਜਦ ਮੈਂ ਫੋਨ ਜੇ ਕੱਟਣ ਲੱਗੇ ਨਾ ਅੱਛਾ ਪਤਾ ਨਹੀਂ ਸੁਣਿਆ ਹੁਣਾ ਨਹੀਂ ਹੁਣਾ ਹਾਂਜੀ ਚਲੋ ਠੀਕ ਆ ਓਕੇ ਬਾਏ ਓਕੇ ਓਕੇ ਲਵ ਵੀ ਪਤਾ ਵੀ ਪਤਾ ਆ ਮੈਨੂੰ ਲੱਗਦਾ ਕਹਿ ਵੀ ਦਿੱਤਾ ਕਹਿ ਵੀ ਦਿੱਤਾ ਠੀਕ ਹੈ ਪਰ ਇਹ ਹੈ ਚੀਜ਼ ਐ ਹੇ ਰਹੰਦੀ ਹੈ ਨਾ ਹੂੰ ਹੇ ਰਹੰਦੀ ਹੈ ਅਗਰ ਮੈਂ ਤੁਹਾਨੂੰ ਇੱਕ ਸਿੰਪਲ ਡੈਫੀਨੇਸ਼ਨ ਪੁੱਛਾਂ ਵੀ ਪਿਓ ਕੀ ਹੁੰਦਾ ਮੈਨੂੰ ਲੱਗਦਾ ਜੀ ਅ ਪਿਓ ਤਾਂ ਸਾਰਾ ਕੁਝ ਹੀ ਆ ਮਤਲਬ ਤੂੰ ਤੁਹਾਡੇ ਘਰ ਦਾ ਐਸਾ ਪਿਲਰ ਆ ਮੈਨੂੰ ਲੱਗਦਾ ਵੀ ਉਹ ਮਾੜਾ ਜਿਹਾ ਵੀ ਡੋਲਦਾ ਤੁਸੀਂ ਮਤਲਬ ਸੰਭਲਦੇ ਨਹੀਂ ਹੈਗੇ ਵਾਹ ਮਾੜਾ ਜਿਹਾ ਵੀ ਮਤਲਬ ਇੰਨਾ ਕੁ ਵੀ ਮਾੜਾ ਮੋਟਾ ਵੀ ਤਾਂ ਮੇਰੇ ਲਈ ਤਾਂ ਸਾਰਾ ਕੁਝ ਹੈ ਮੈਂ ਤਾਂ ਇਹ ਕਹੂੰਗਾ ਕਦੇ ਫਾਦਰ ਸਾਹਿਬ ਬਿਆਨ ਨਹੀਂ ਜਾਨੀ ਕੀਤਾ ਜਾ ਸਕਦਾ ਹੁੰਦਾ ਕਦੇ ਫਾਦਰ ਸਾਹਿਬ ਨਾਲ ਨੋਕਚੋ ਕੋਈ ਹੈ ਲੜਿਓ ਸੋਚ ਕੇ ਨਹੀਂ ਪਰ ਉਹਦਾ ਮਨ ਦੇ ਵਿੱਚ ਬਲਬਲਾ ਆ ਗਿਆ ਉਬਾਲ ਆ ਗਿਆ ਬੋਲਦਾ ਇਹ ਤਾਂ ਨਹੀਂ ਕਹਿ ਸਕਦੇ ਲੜਨ ਲੜਨ ਵਾਲਾ ਤਾਂ ਨਹੀਂ ਹੈਗਾ ਕੰਮ ਪਰ ਹਾਂ ਉਹ ਚੀਜ਼ਾਂ ਕਈ ਵਾਰੀ ਹੁੰਦੀਆਂ ਜਿਵੇਂ ਕੰਮ ਨੂੰ ਲੈ ਕੇ ਜਾਂ ਕੋਈ ਸੀਨ ਹੈ ਨਾ ਵੀ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਜਾਂ ਉਹਦੇ ਚ ਜਿਹੜੀ ਤੁਸੀਂ ਕਹਿ ਸਕਦੇ ਹੋ ਡਿਬੇਟ ਹੋ ਗਈ ਡਿਬੇਟ ਕਹਿ ਸਕਦੇ ਆ ਲੜਾਈ ਲੜੂਈ ਤਾਂ ਨਹੀਂ ਲੜਿਆ ਨੇ ਹਾਂ ਜਾਂ ਹੋ ਸਕਦਾ ਉਹ ਚੱਕਾ ਹੋਵੇ ਹਾਂ ਜਾਂ ਚੱਕਾ ਜਾਂ ਡਰ ਵੀ ਕਹਿ ਸਕਦੇ ਆ ਹਾਂ ਹੈਗੀ ਆ ਪਰ ਉਹ ਚੀਜ਼ ਹਾਲਾਂਕਿ ਅੱਜ ਤੱਕ ਮੈਨੂੰ ਲੱਗਦਾ ਮੈਨੂੰ ਕੋਈ ਪਈ ਵੀ ਨਹੀਂ ਹੋਣੀ ਨਾ ਝੜਕਾਂ ਛੋਟੇ ਹੁੰਦੇ ਪਈਆਂ ਹੋਣੀਆਂ ਮੈਂ ਤਾਂ ਝੜਕ ਵੀ ਮੈਨੂੰ ਯਾਦ ਨਹੀਂ ਕਦੇ ਕੁੱਟ ਪਈ ਹੈ ਕਦੇ ਵੀ ਨਹੀਂ ਹੋ ਸਕਦਾ ਛੋਟੇ ਹੁੰਦੇ ਪਈ ਹੋਵੇ ਮੈਨੂੰ ਜੀਤਾ ਨਹੀਂ ਪਰ ਪਰ ਉਹ ਗੱਲ ਉਹੀ ਹੈ ਨਾ ਵੀ ਕਦੀ ਹੱਥ ਨਹੀਂ ਲਾਇਆ ਪਰ ਤੁਹਾਨੂੰ ਡਰ ਉਸ ਚੀਜ਼ ਦਾ ਡਰ ਵੀ ਜਿੱਦਣ ਲੱਗ ਗਿਆ ਫੇ ਚੰਗੇ ਲੱਗੂਗਾ ਫਿਰ ਹੱਥ ਲਾ ਲਾ ਦੇਖ ਬੰਦਾ ਵੀ ਹੱਥ ਲੱਗ ਗਿਆ ਮੇਨ ਤਾਂ ਹੂੰ। ਕੀ ਬਾਤ ਹੈ। ਅੱਛਾ ਏਸ ਇੰਡਸਟਰੀ ਦੇ ਵਿੱਚ ਜਿਵੇਂ ਤੁਸੀਂ ਹੁਣ 12 ਸਾਲ ਤੋਂ ਫਿਰ ਜੀ 12 ਸਾਲ ਤੋਂ ਤੁਸੀਂ ਪ੍ਰੋਫੈਸ਼ਨਲੀ ਏਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਨੋ ਡਾਊਟ ਏਸ ਟਾਈਮ ਤੇ ਆਪਣੀ ਜਿਹੜੀ ਇੰਡਸਟਰੀ ਆ ਉਹ ਪੀਕ ਤੇ ਹੈ। ਹੂੰ ਕੋਈ ਮੰਨੇ ਚਾਹੇ ਨਾ ਮੰਨੇ। ਹੂੰ ਪਰ ਜਿਹੜਾ ਆਪਣਾ ਮਿਊਜ਼ਿਕ ਹੈ ਹੂੰ ਉਹ ਇਸ ਟਾਈਮ ਇਸ ਬਲਾਸਟ ਤੇ ਆ ਕਿ ਹਾਲੀਵੁੱਡ ਨੂੰ ਟੱਕਰ ਦੇ ਰਿਹਾ ਹੈ। ਕਿਉਂਕਿ ਆਪਣੇ ਕਈ ਆਰਟਿਸਟ ਨੇ ਦਲਜੀਤ ਬਾਈ ਹੋਗੇ ਜਿਹੜੀ ਸਟੇਜਿਸ ਤੇ ਉਹ ਪਰਫਾਰਮ ਕਰ ਚੁੱਕੇ ਨੇ ਹੂੰ ਹੂੰ ਉਹ ਬਹੁਤ ਆਰਟਿਸਟਾਂ ਦਾ ਸੁਪਨਾ ਆ ਕਿ ਅਸੀਂ ਉਹ ਸਟੇਜ ਤੇ ਕਦੇ ਜਾ ਕੇ ਪਰਫਾਰਮ ਕਰੀਏ ਜੋ ਇੱਕ ਬੂਮ ਆਇਆ ਇੱਕ ਕੋ ਲਖ ਕਿ ਇੱਕ ਟਾਈਮ ਸੀ 노 ਡਾਊਟ ਸਿਨੇਮਾ ਵੀ ਉੱਪਰ ਜਾ ਰਿਹਾ ਸੀ ਹੂੰ ਹੂੰ ਪਰ ਉਸ ਤੋਂ ਬਾਅਦ ਕੋਵਿਡ ਕਰਕੇ ਡਾਊਨ ਗਿਆ ਹੂੰ ਫਿਰ ਉਸ ਤੋਂ ਬਾਅਦ ਬੂਮ ਆਇਆ 뮤직 ਦਾ ਹੂੰ ਹੁਣ ਤੁਸੀਂ ਬਾਲੀਵੁੱਡ ਦੇ ਵੇਖੋ ਤਕਰੀਬਨ ਹਰ ਇੱਕ ਗਾਣਾ ਜਿਹੜਾ ਆ ਆਪਣਾ ਪੰਜਾਬੀ ਆਰਟਿਸਟ ਕਰਿਆ 20 ਪ੍ਰਾ ਕੋਣੀ ਨੇ ਜਾਣੀ ਹੋਣੀ ਨੇ ਆਪਣੇ ਦਲਜੀਤ ਬਾਈ ਹੁਣੀ ਨੇ ਕਿੰਨੇ ਗਾਣੇ ਨੇ ਜਿਹੜੇ ਹੁਣ ਕਾਲਕੀ ਫਿਲਮ ਦੇ ਵਿੱਚ ਦਲਜੀਤ ਬਾਈ ਦਾ ਗਾਣਾ ਆ ਗਿਆ। ਕਿੱਡੀ ਵੱਡੀ ਗੱਲ ਆ ਪ੍ਰਵਾਸ ਦੇ ਨਾਲ। ਹਨਾ ਵੀ ਉਹ ਆਮ ਚੀਜ਼ ਹੀ ਹੋ ਗਈ ਨਾਰਮਲ ਵੀ ਉੜਦੇ ਅੱਛਾ ਹਰੇ ਉਹ ਰੀਜਨਲ ਲੈਂਗੁਏਜ ਨੂੰ ਐਡੇ ਵੱਡੇ ਪੱਧਰ ਤੇ ਲੈ ਗਏ। ਤੁਹਾਨੂੰ ਲੱਗਦਾ ਹਜੇ ਵੀ ਕਈ ਚੀਜ਼ਾਂ ਤੇ ਵਰਕ ਕਰਨ ਵਾਲਾ ਹੈ ਵੀ ਜਿਹੜੀ ਆਪਣੀ ਇੰਡਸਟਰੀ ਨੂੰ ਹੋਰ ਮਜ਼ਬੂਤ ਕਰ ਸਕੇ। ਇਹਦਾ ਏਕਾ ਬਣਾ ਸਕੇ। ਕਿਤੇ ਨਾ ਕਿਤੇ ਜਿਹੜੀ ਮੈਨੂੰ ਪਰਸਨਲੀ ਲੱਗਦੀ ਹੈ ਵੀ ਕਿਤੇ ਨਾ ਕਿਤੇ ਯੂਨਿਟੀ ਦੇ ਵਿੱਚ ਥੋੜੀ ਜਿਹੀ ਫਰਕ ਹੈ। ਦੇਖੋ ਉਹ ਚੀਜ਼ ਤਾਂ ਫੇਰ ਉਹੀ ਗੱਲ ਆ ਵੀ ਜਾਨੀ ਇੰਡੀਵਿਜੂਅਲਸ ਤੇ ਆ ਜਾਂਦੀ ਆ ਉਹ ਚੀਜ਼ ਹੈਨਾ ਵੀ ਹੁਣ ਜੇ ਆਪਾਂ ਕਹਿ ਦਈਏ ਵੀ ਪਰ ਜਿਹੜੀ ਗੱਲ ਆਪਾਂ 뮤직 ਦੀ ਕਹਿੰਨਾ ਹੈ 뮤직 ਤਾਂ ਮਤਲਬ ਮੈਂ ਬਹੁਤ ਮਰੀਦ ਆ 뮤직 ਦਾ ਆਪਣੇ ਪੰਜਾਬ ਦਾ ਖਾਸ ਕਰ ਹੂੰ ਬਹੁਤ ਛੋਟੇ ਹੁੰਦੇ ਆ ਤੁਸੀਂ ਲਾ ਲਓ ਚੌਥੀ ਬੰਜਵੀਂ ਤੋਂ ਮਨ ਮੈਂ ਉਦੋਂ ਤੋਂ ਤੁਸੀਂ ਲਾ ਲਓ ਮੈਂ ਨਾ ਯੂਕੇ ਪੰਜਾਬੀ 뮤직 ਤੋਂ ਬਹੁਤ ਪ੍ਰਭਾਵਿਤ ਸੀ ਛੋਟੇ ਹੁੰਦੇ ਉਹ ਟੋਲ ਆ ਬਹੁਤ ਜਿਆਦੇ ਅੱਛਾ ਮਤਲਬ ਉਸ ਟਾਈਮ ਜਿੰਨੇ ਬੰਦੇ ਸੀਗੇ ਇੱਕ ਬਾਈ ਮੈਨੂੰ ਬਹੁਤ ਘੈਂਟ ਮਿਊਜ਼ਿਕ ਪ੍ਰੋਡਿਊਸਰ ਸੀ ਬਾਈ ਬੀ2 ਹਮ ਤਾਜ ਜੀ T A J ਹਾਈਫਨ E ਤਾਜ ਜੀ ਤੇ B2 ਇਹ ਹੁੰਦੇ ਸੀਗੇ ਹਨਾ ਫਿਰ ਰੀਮਿਕਸਿਸ ਜਿੰਨੇ ਯੂਕੇ ਵਾਲੇ ਬੈਲਿਸਗੂ ਹਣੀ ਹੁੰਦੇ ਸੀਗੇ ਹਮ ਡੀ ਜੇ ਸਹੰਜ ਹੁੰਦਾ ਸੀ ਮਤਲਬ ਉਹ ਇਹ ਜਿੰਨੇ ਬੰਦੇ ਸੀਗੇ ਫਿਰ ਪਲੱਸ ਤੁਸੀਂ ਇਹ ਦੇਖੋ ਬਾਈ 2005 ਚ ਮੈਂ ਪੰਜਵੀਂ ਕਲਾਸ ਚ ਹੁੰਦਾ ਸੀ ਕਦੋਂ ਉਦੋਂ ਆਇਆ ਸੀ ਕੰਗਣਾ ਹਾਂ ਡਾਕਟਰ ਜੂ ਸੁਣਦੇ ਉਸ ਦਾ ਹਾਂ ਮਤਲਬ ਤਬਾਹੀ ਤਾਂ ਉਦੋਂ ਹੀ ਉੱਥੇ ਆਈ ਸੀ ਉਦੋਂ ਦੀ ਪੈ ਹੀ ਰਹੀ ਆ ਬਸ ਉਹ ਤੁਸੀਂ ਐਨ ਲੈ ਲਓ ਉਦੋਂ ਔਰਾ ਛੋਟਾ ਛੋਟਾ ਸੀ ਬਸ ਉਦੋਂ ਉਦੋਂ ਤੁਸੀਂ ਇਹ ਲੈ ਲਓ ਉਦੋਂ ਉਹ ਚੀਜ਼ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਬਈ ਉਦੋਂ ਚੀਜ਼ਾਂ ਆਪਾਂ ਨੂੰ ਇੰਨੀਆਂ ਪਤਾ ਨਹੀਂ ਲੱਗਦੀਆਂ ਸੀ ਜਿਹਾ ਜਦੋਂ ਪਤਾ ਲੱਗਦੀਆਂ ਸੀ ਉਦੋਂ ਦੇਰ ਹੋ ਜਾਂਦੀ ਸੀ ਉਦੋਂ ਉਸ ਚੀਜ਼ ਦਾ ਪ੍ਰਭਾਵ ਘਟ ਜਾਂਦਾ ਸੀ ਜਦ ਤੱਕ ਪਤਾ ਲੱਗਦੀ ਸੀ ਹੁਣ ਮਹਿੰਦੀ ਸਾਹਿਬ ਉਹਨਾਂ ਨੇ ਤਾਂ ਕਾਦੀ ਤੁਣਕ ਤੁਣਕ ਕਰਾਈ ਹੋਈ ਆ ਉੱਥੇ ਆਪਣੇ ਗੋਰਿਆਂ 'ਚ ਹਾਂ ਹੁਣ ਤੱਕ ਹੁੰਦੀ ਆ ਗੋਰਿਆਂ 'ਚ ਬਈ ਬਿਲਕੁਲ ਰੀਲਾਂ ਦੇ ਹਜੇ ਵੀ ਚੱਲਦਾ ਹਜੇ ਵੀ ਚੱਲਦਾ ਹਮ ਹੁਣ ਇਹ ਭਾਵੇਂ ਇਹੇ ਹੋ ਗਏ ਯੂਕੇ ਯੂਕੇ ਵਾਲੇ ਜਿੰਨੇ ਮਿਊਜ਼ਿਕ ਪ੍ਰੋਡਿਊਸਰ ਸੀ ਨਾ 2004 ਇੱਕ ਐਲਬਮ ਸੀ ਮੈਕ ਜੀ ਦੀ ਐਮ ਏ ਸੀ ਹਾਈਫਨ ਜੀ ਹਮ ਉਹਦੇ 'ਚ ਗਾਣਾ ਸੀ ਅੰਬਰਸਰੀਆ ਮੁੰਡਿਆ ਵੇ ਕੱਚੀ ਅੰਕ ਕਲੈਨਾਂ ਤੋੜ ਤੇ ਉਹ ਗਾਣਾ ਸੀਗਾ ਮਿਕਸ ਇਸ਼ਾਰਾ ਜੀ ਦਾ ਹੂੰ ਮਿਕਸਡ ਸੀਗਾ ਹੈਗੀ ਤਾਂ ਆਪਣੀ ਫੋਕ ਫੋਕ ਦੇ ਵਿੱਚ ਹੀ ਆਉਂਦੀ ਹੈਗਾ ਸੰਬਸਰੀਆ ਹੂੰ ਹੈਨਾ ਜੀ ਤੇ ਉਹਦੀ ਮਤਲਬ ਹੁਣ ਉਹ ਇਹ 2002 ਤਿੰਨ ਤੋਂ ਲਾ ਲਓ ਤੁਸੀਂ 2009 10 ਤੱਕ ਹੂੰ ਯੂਕੇ 뮤ਜ਼ਿਕ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਪੰਜਾਬੀ ਯੂਕੇ 뮤జిక్ ਨੇ ਆਪਣੀ ਪੰਜਾਬੀ ਗੀਤਾਂ ਨੂੰ ਉੱਤੇ ਲੈ ਕੇ ਜਾਂਦਾ ਫਿਰ ਜਦੋਂ 2011 12 ਤਨੂ ਮੈਡਸ ਮਨੂ ਚ ਆਇਆ ਲੈਂਬਰ ਹੋਣਾ ਦਾ ਕਿਹੜਾ ਸਿਗਾ ਉਹ ਚਲੋ ਜਿਹੜਾ ਵੀ ਸੀ ਹਨਾ ਵੀ ਉਹ ਗਾਣਾ ਜਦੋਂ ਆਇਆ ਤਾਂ ਉਹ ਬਣਿਆ ਤਾਂ ਯੂਕੇ ਤੋਂ ਹੀ ਸੀ ਉਹ ਜਦੋਂ オリジナル ਉੱਥੇ ਸੀ ਸਾਡੀ ਗਲੀ ਭੁੱਲ ਕੇ ਵੀ ਆਇਆ ਹਨਾ ਤਾਂ ਉਹ ਉਹ ਜਿਵੇਂ ਇਹ ਇਹ ਟਾਈਮ ਬਹੁਤ ਵੱਡਾ ਰਿਹਾ ਇਹਨਾਂ ਦਾ ਤੁਸੀਂ ਕਹਿੰਦਾ ਸਾਦਦੇ ਉਹਨਾਂ ਦਾ ਪੂਰਾ ਹੱਥ ਰਿਹਾ ਯੂਕੇ ਪੰਜਾਬੀ 뮤ਜ਼ਿਕ ਦਾ ਹੁਣ ਗੱਲ ਆ ਗਈ ਬਾਈ ਉਸ ਤੋਂ ਬਾਅਦ ਫਿਰ 2012 13 ਤੋਂ ਬਾਅਦ ਆਪਾਂ ਸੋਸ਼ਲ ਮੀਡੀਆ ਹਾਵੀ ਹੋਣਾ ਸ਼ੁਰੂ ਹੋ ਗਿਆ ਹੈ ਨਾ ਫਿਰ ਕੋਈ ਇੱਕ ਚੀਜ਼ ਜਿੱਥੇ ਮਰਜੀ ਦੁਨੀਆ ਦੇ ਕਿਸੇ ਕੋਨੇ 'ਚ ਹੁੰਦੀ ਆ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦੀ ਹੈ ਹੂੰ ਤਾਂ ਹੁਣ 뮤ਜ਼ਿਕ ਦੇ ਵਿੱਚ ਵੀ ਆਪਣਾ ਇਹੀ ਹੈ ਹੈਨਾ ਹੁਣ ਭਾਵੇਂ ਐਨੀਮਲ ਅਰਗੀ ਫਿਲਮ ਦੇ ਵਿੱਚ ਬੱਬਲ ਅੰਕਲ ਹੁਣ ਕੱਦੇ ਸਟਰਗਲ ਕਰਨ ਲੱਗੇ ਹੋਏ ਨੇ ਦੇਖੋ ਕਦੋਂ ਸੁਣੀ ਹਾਂ ਪਰਮਾਤਮਾ ਸਾਡੇ ਅੰਕਲ ਉਹਨਾਂ ਨੂੰ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਉਹ ਸਾਡੇ ਮੇਰੀ ਸਿਸਟਰ ਉਹਨਾਂ ਦੇ ਵਿਡਿੰਗ ਤੋਂ ਲੈ ਕੇ ਸਾਡੇ ਹਰ ਫੈਮਿਲੀ ਫੰਕਸ਼ਨ ਚ ਜਾ ਕੇ ਗਾ ਕੇ ਜਾਂਦੇ ਨੇ ਉਹ ਹਰ ਫੈਮਿਲੀ ਫੰਕਸ਼ਨ ਚ ਮੇਰੇ ਪੂਆ ਜੀ ਉਹਨਾਂ ਦੇ ਘਰੇ ਵੀ ਇਵਨ ਆਪਣੇ ਵੀ ਤਾਂ ਮਤਲਬ ਉਹ ਐਕਚੁਅਲ ਚ ਉਹਨਾਂ ਦਾ ਜੋ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਉਹ ਅਰਜਨ ਵੈਲੀ ਨੇ ਦਿੱਤਾ ਤੇ ਸੁਪਰ ਡੂਪਰ ਹਟ ਰਿhta ਬਾਈ ਮਤਲਬ ਐਸਾ ਦਿੱਤਾ ਕਿ ਉਹ ਹੀ ਕਹਿੰਦਾ ਵੀ ਦੇਣ ਵਾਲਾ ਜਦ ਵੀ ਦੇਤਾ ਦੇਤਾ ਛੱਪੜ ਫਾੜ ਕੇ ਉਹ ਕੰਮ ਕਰਿਆ ਬਟ ਮਤਲਬ ਆਪਾਂ ਗੱਲ ਮਿਊਜ਼ਿਕ ਦੀ ਕਰ ਰਹੇ ਸੀਗੇ ਦੇਖੋ ਡੈਫੀਨੇਟਲੀ ਚੀਜ਼ ਕਿਤਨਾ ਕਿਤੇ ਤੱਕ ਆ ਗਈ ਨਾ ਨਾਲ-ਨਾਲ ਤਾਂ ਸਿਰਾਈ ਲੱਗ ਗਿਆ ਹੈ ਨਾ ਆਪਣੇ ਮਿਊਜ਼ਿਕ ਵਾਈਜ਼ ਵੀ ਅ ਆਪਣੇ ਪੰਜਾਬੀ ਮਿਊਜ਼ਿਕ ਦਾ ਬਟ ਜਿਵੇਂ ਆਪਾਂ ਗੱਲ ਸਟਰੋਂਗ ਵਾਲੀ ਕਹਿੰਦੇ ਆ ਮੈਨੂੰ ਲੱਗਦਾ ਬਾਈ ਜੀ ਦੇਖੋ ਇਹ ਤਾਂ ਇੰਡੀਵਿਜੂਅਲਸ ਦੀ ਗੱਲ ਆ ਵੀ ਉਹਨਾਂ ਨੂੰ ਸਟਰੋਂਗ ਜਾਂ ਯੂਨਿਟੀ ਜਿਵੇਂ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਬਟ ਮੈਨੂੰ ਲੱਗਦਾ ਵੀ ਕਾਰ ਬਹੁਤ ਘੰਟ ਰਹਿ ਨੇ ਜੋ ਵੀ ਕਰ ਜੋ ਵੀ ਕਰ ਰਹੇ ਨੇ ਮਤਲਬ ਹੁਣ ਕਈ ਕਈ ਚੀਜ਼ਾਂ ਆਪਣੇ ਤੱਕ ਪਹੁੰਚਦੀਆਂ ਵੀ ਨਹੀਂ ਹੈਗੀਆਂ ਵੀ ਕਈ ਜਿਵੇਂ ਹੁਣ ਬੇਸਿਕਲੀ ਆਪਾਂ ਤਾਂ ਪੰਜਾਬੀ ਜ਼ੁਬਾਨ ਦੀ ਗੱਲ ਕਰ ਰਹੇ ਹਾਂ ਹੁਣ ਆਪਣੇ ਤੋਂ ਕਿਤੇ ਜ਼ਿਆਦਾ ਪੰਜਾਬੀ ਜ਼ੁਬਾਨ ਪਾਕਿਸਤਾਨ ਚ ਬੋਲੀ ਜਾਂਦੀ ਹੈ ਬਪਣੇ ਤਾਂ ਕਿੰਨੇ ਪਰਸੈਂਟ ਨੇ ਹੂੰ ਬਹੁਤ ਘੱਟ ਬੋਲਦੇ ਨੇ ਪੰਜਾਬੀ ਵੀ ਹਿੰਦੀ ਬੋਲਣ ਲੱਗ ਗਏ ਹਾਂ ਉਹ ਉੱਥੇ ਤਾਂ ਬਹੁਤ ਬਹੁਤ ਵੱਡੀ ਪਰਸੈਂਟੇਜ ਬੋਲਦੀ ਹੈ ਪੰਜਾਬੀ ਪਲੱਸ ਕੋਕ ਸਟੂਡੀਓ ਜਿਹੜਾ ਪਾਕਿਸਤਾਨ ਦਾ ਉਹ ਟਾਈਟ ਟੋਟਲ ਟੇਡ ਪੰਜਾਬੀ ਬਹੁਤ ਉੱਚਾ ਬਹੁਤ ਤਕੜਾ ਹੈ ਸੱਚ ਹੈ ਸੋ ਪੰਜਾਬੀ ਲੈਂਗੁਏਜ ਤਾਂ ਭਾਜੀ ਮਤਲਬ ਇਹ ਤਾਂ ਛਾਰੀ ਹੈ ਜੀ ਸਾਰੇ ਪਾਸੇ ਭਾਵੇਂ ਹੁਣ ਗਿੱਪੀ ਬਾਈ ਉਹਨਾਂ ਦੀ ਕੈਰੀਰ ਜੱਟਾ ਦੇਖ ਲਓ ਹੂੰ ਮਾਰ ਗਈ ਮਾਲ ਮੈਨੂੰ ਮੈਨੂੰ ਲੱਗਦਾ ਜਿਤ ਤੱਕ ਮੈਨੂੰ ਲੱਗਦਾ ਸ਼ਾਇਦ ਇਹ ਵੀ ਚੱਲੂਗੀ ਇਸੇ ਰਾਤ ਤੇ ਜਟਨ ਜੁਲੀਅਟ ਵੀ ਇਹ ਵੀ ਆ ਗਈ ਬਿਲਕੁਲ ਆਈ ਰਹੀ ਹੈ ਬਿਲਕੁਲ ਅੱਛਾ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦਾ ਨਾ ਕਿਸੇ ਨਾ ਕਿਸੇ ਚੀਜ਼ ਤੋਂ ਡਰਦਾ ਬਖਰਾਜ ਬਈ ਹਮ ਇੱਕ ਡਰ ਮੰਨ ਦੇ ਵਿੱਚ ਹੁੰਦਾ ਕਿਸੇ ਨੂੰ ਨੇਰੇ ਦਾ ਹੁੰਦਾ ਕਿਸੇ ਨੂੰ ਕਿਸੇ ਚੀਜ਼ ਤੋਂ ਡਰ ਹੁੰਦਾ ਕਿਸੇ ਨੂੰ ਕਿਸੇ ਚੀਜ਼ ਦਾ ਫੋਬੀਆ ਹੁੰਦਾ ਕਹਿੰਦੇ ਨੇ ਜੀ ਕਈ ਵਾਰ ਕਿਸੇ ਨੂੰ ਕਿਸੇ ਨੂੰ ਕਿਸੇ ਬੰਦੇ ਨੂੰ ਕਿਸੇ ਪਰਸਨ ਨੂੰ ਖੋਣ ਦਾ ਡਰ ਹੁੰਦਾ ਹਮ ਜਿਵੇਂ ਆਪਾਂ ਜਦ ਛੋਟੇ ਹੁੰਦੇ ਸੀ ਆਪਾਂ ਨੂੰ ਤਾਂ ਇੱਕ ਪੈਨਸਲ ਦੇ ਨਾਲ ਮੁਹੱਬਤ ਹੋ ਜਾਂਦੀ ਸੀ ਇੱਕ ਪੈਨਸਲ ਦੇ ਨਾਲ ਇਸ਼ਕ ਹੋ ਜਾਂਦਾ ਸੀ ਵੀ ਯਾਰ ਇਹ ਮੇਰੇ ਤੋਂ ਪਰੇ ਨਾ ਹੋ ਜਾਈ ਤੇ ਜਦੋਂ ਟੁੱਟ ਜਾਂਦੀ ਸੀ ਜਾਂ ਉਹਨੂੰ ਕੁਝ ਹੋ ਜਾਂਦਾ ਸੀਗਾ ਤਾਂ ਦਿਲ ਟੁੱਟ ਜਾਂਦਾ ਸੀ ਖਤਮ ਹੋ ਜਾਂਦਾ ਸੀ ਵੀ ਯਾਰ ਅੰਗ ਅੰਗ ਸ਼ਾਇਦ ਪਰੇ ਹੋ ਗਿਆ ਜਿਵੇਂ ਤੁਹਾਨੂੰ ਪੁੱਛਾ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਨੂੰ ਖੋਣ ਦਾ ਡਰ ਹੈ ਕਿਸੇ ਚੀਜ਼ ਦਾ ਡਰ ਹੈ ਵੀ ਯਾਰ ਆਹ ਪਰਸਨ ਮੇਰੀ ਜ਼ਿੰਦਗੀ ਚੋਂ ਨਾ ਜਾਵੇ ਬਸ ਮੈਂ ਖਤਮ ਹੋ ਜਾਵਾਂ ਮੇਰਾ ਸਾਰਾ ਟੱਬਰ ਮੈਨੂੰ ਲੱਗਦਾ ਮੈਨੂੰ ਸੁਣ ਕੇ ਹੀ ਇਫੈਕਟ ਹੋਣ ਲੱਗ ਜਾਂਦਾ ਤਾਂ ਬਲੀਵ ਮੈਂ ਇਮੇਜਿਨ ਹੀ ਨਹੀਂ ਕਰ ਸਕਦਾ ਬਾਈ ਮੇਰੇ ਮਾਪਿਓ ਮੇਰੀ ਵਾਈਫ ਦਾਦੀ ਇਵਨ ਮੇਰਾ ਡੌਗ ਤੁਸੀਂ ਹਰ ਇੱਕ ਨਾਲ ਰਿਲੇਟ ਆਪਣੇ ਆਪ ਨੂੰ ਕਰਦੇ ਹੋ ਪੂਰਾ ਹੈਗਾ ਬਾਈ ਮੈਂ ਐਕਚੁਅਲੀ ਮੈਂ ਮੈਨੂੰ ਲੱਗਦਾ ਮੈਂ ਇਮੋਸ਼ਨਲ ਜ਼ਿਆਦਾ ਹਾਂ ਮੈਂ ਅੱਛਾ ਮੈਂ ਇਮੋਸ਼ਨਲ ਕਿਵੇਂ ਖੁੱਲ ਕੇ ਰੋਣ ਵਾਲੇ ਕਿ ਨਹੀਂ ਰੋਣਾ ਵੀ ਕੈਸਾ ਹੁੰਦਾ ਸ਼ਾਇਦ ਪਰ ਜਿਵੇਂ ਮੈਂ ਜੁੜ ਛੇਤੀ ਜਾਂਦਾ ਹਾਲਾਂਕਿ ਮੈਂ ਮੇਰੀ ਆਦਤ ਹੈ ਮੈਂ ਹੈਗਾ ਐਕਸਟਰੋਵਰਟ ਨਹੀਂ ਹੈਗਾ ਮੈਂ ਹੈਗਾ ਇੰਟਰੋਵਰਟ ਹਾਂ ਮਤਲਬ ਬਹੁਤਾ ਬਹੁਤਾ ਨਹੀਂ ਮਤਲਬ ਜਿਵੇਂ ਤੁਸੀਂ ਲਾਲੋਪੀਰ 10 15 ਜਣੇ ਬੈਠੇ ਨੇ ਤੇ ਮੈਂ ਆ ਕੇ ਵਿੱਚ ਬੈਠਾਂ ਐਨੀਆਂ ਮੈਂ ਹਾ ਹਾ ਇਹ ਸ਼ੁਰੂ ਕਰ ਦੂੰਗਾ ਜਾਂ ਮੈਂ ਕੋਈ ਗੱਲ ਬਾਤ ਅਨਲੈਸ ਮੈਨੂੰ ਜਾਣਦੇ ਮਤ ਮਿਲਣੀ ਚਾਹੀਦੀ ਹੋਣ ਬੰਦੇ ਹੈ ਨਾ ਫੇਰ ਤਾਂ ਗੱਲ ਅੱਡਾ ਬਟ ਉਦਾਂ ਉਦਾਂ ਮਤਲਬ ਫਿਰ ਜਦੋਂ ਮੈਂ ਖੁੱਲਦਾ ਜਾਂ ਮੈਂ ਫਿਰ ਹੁੰਦਾ ਫਿਰ ਮੈਂ ਉਹ इमोਸ਼ਨਲੀ ਅਟੈਚ ਹੁੰਨਾ ਉਸ ਬੰਦੇ ਨਾਲ ਜਿਹਦੇ ਨਾਲ ਮੈਂ ਕੋਈ ਵੀ ਗੱਲ ਕਰ ਸਕਦਾ ਹੈ ਨਾ ਹੁਣ ਬੇਸਿਕਲੀ ਤਾਂ ਉਹੀ ਹੋ ਗਈ ਨਾ ਵਾਈਬ ਹੀ ਹੋ ਗਈ ਨਾ ਹੁਣ ਜਿਵੇਂ ਇਸ ਸਟੂਡੀਓ ਦੀ ਇੱਕ ਵਾਈਬ ਆ ਹੂੰ ਬਿਲਕੁਲ ਹੁਣ ਉਹ ਇੱਕ ਪੁਆਇੰਟ ਤੇ ਆ ਕੇ ਬੈਠੀ ਆ ਤੁਹਾਡੀ ਵੀ ਉੱਥੇ ਆ ਮੇਰੀ ਵੀ ਉੱਥੇ ਆ ਤਾਂ ਹੀ ਆਪਣੀਆਂ ਇੰਨੀਆਂ ਗੱਲਾਂ ਜਾਂ ਗੱਲਾਂ ਚੱਲ ਰਹੀਆਂ ਨੇ ਸੱਚ ਹੈ ਬਸ ਉਹੀ ਗੱਲ ਆ ਬਈ ਇਹ ਅੱਛਾ ਜਿਵੇਂ ਤੁਸੀਂ ਦੱਸਿਆ ਤੁਹਾਡਾ ਵੀ 파ਟਨਰ ਆ ਇੱਕ ਲਾਈਫ 파ਟਨਰ ਅੱਜ ਕੱਲ ਜਿਵੇਂ ਇਹ ਹਰ ਇੱਕ ਬੰਦਾ ਰਿਲੇਟ ਕਰ ਸਕਦੇ ਆ ਇਸ ਚੀਜ਼ ਨੂੰ ਹਰ ਇੱਕ ਬੰਦਾ ਚਾਹੁੰਦਾ ਕਿ ਮੇਰਾ ਲਾਈਫ 파ਟਨਰ ਬੈਸਟ ਹੋਵੇ ਮੇਰਾ ਲਾਈਫ 파ਟਨਰ ਪਰਫੈਕਟ ਹੋਵੇ ਉਹਦੇ ਵਿੱਚ ਕੋਈ ਕਮੀ ਨਾ ਹੋਵੇ ਜੀ ਪਰ ਤੁਹਾਨੂੰ ਲੱਗਦਾ ਪਰ 파ਟਨਰ ਦੇ ਵਿੱਚ ਕੁਝ ਕਮੀਆਂ ਹੋਣੀਆਂ ਵੀ ਜ਼ਰੂਰੀ ਨੇ ਭਾਜੀ ਕਮੀ ਤਾਂ ਹਰ ਬੰਦੇ ਚ 파ਟਨਰ ਨੂੰ ਲੱਗਦਾ ਹੋਊਗਾ ਮੇਰੇ 파ਟਨਰ ਚ ਹਮ ਕਮੀ ਤਾਂ ਹਰ ਬੰਦੇ ਚ ਹੀ ਆ ਪਰ ਮੈਨੂੰ ਲੱਗਦਾ ਉਹ ਉਹਨੂੰ ਉਸ ਕਮੀ ਨੂੰ ਪੂਰਾ ਕਰਦੇ ਕਰਦੇ ਮੈਨੂੰ ਲੱਗਦਾ ਤੁਸੀਂ ਸਵਾਦ ਖੋਦਿੰਨੇ ਹੋ ਲਾਈਫ ਦਾ ਵੀ ਉਹਨੂੰ ਠੀਕ ਕਰਦੇ ਕਰਦੇ ਮੈਨੂੰ ਲੱਗਦਾ ਜੇ ਤੁਸੀਂ ਐਡਜਸਟ ਕਰ ਲਓ ਉਸ ਚੀਜ਼ ਨਾਲ ਤਾਂ ਬਹੁਤ ਸੌਖੀ ਲੰਘ ਜਾਂਦੀ ਆ ਹਾਂ ਤੁਹਾਡੀ ਲਾਈਫ ਵੀ ਤੁਹਾਡੀ ਦਿਹਾੜੀ ਵੀ ਸਹੀ ਸਹੀ ਗੱਲ ਕਿਉਂਕਿ ਉਹ ਹੀ ਹੈ ਨਾ ਕਿਉਂਕਿ ਜੇ ਇੱਕ ਦੋ ਬੰਦੇ ਬਹਿਸ ਕਰ ਲੈਣ ਹੈ ਹਮ ਇੱਕੋ ਗੱਲ ਨੂੰ ਲੈ ਕੇ ਹੁਣ ਬਹਿਸ ਦੇ ਟਾਈਮ ਤੇ ਦੋਹਾਂ ਦਾ ਪਰਾ ਇੱਥੇ ਹੈ ਤਾਂ ਉਸ ਟਾਈਮ ਦੋਨਾਂ ਨੂੰ ਨਹੀਂ ਲੱਗੂਗਾ ਉਹਨੂੰ ਲੱਗੂਗਾ ਇਹੀ ਗੱਲ ਤਾਂ ਇਹਨੂੰ ਲੱਗੂਗਾ ਇਹ ਗੱਲ ਤਾਂ ਉਹਨਾਂ ਨੂੰ ਉਸ ਟਾਈਮ ਰਿਅਲਾਈਜੇਸ਼ਨ ਬਹੁਤ ਔਖੀ ਹੈ ਹੈਵੀ ਹਾਂ ਮੈਂ ਗਲਤਾਂ ਬਿਲਕੁਲ ਇਦਾ ਹੁੰਦਾ ਕਿਉਂਕਿ ਹਰ ਇੱਕ ਬੰਦਾ ਉਹ ਟਾਈਮ ਦੋ ਹੀ ਪੀਕ ਤੇ ਨੇ ਪਾਰਾ ਦੋਹਾਂ ਦਾ ਹਾਈ ਹੈ ਤੂੰ ਕੌਣ ਤੇ ਮੈਂ ਹਾਂ ਉਸ ਟਾਈਮ ਨਹੀਂ ਇਹ ਬੰਦਾ ਮਨਸਾ ਦਾ ਬਾਅਦ ਚ ਬਿਸ਼ੱਕ ਭਾਵੇਂ ਪਾਣੀ ਦਾ ਘੁੱਟ ਪੀ ਕੇ ਬੰਨ ਜੇ ਇਹ ਹਾਂ ਜੋ ਮੇਰੀ ਗਲਤੀ ਸੀ ਚੱਲ ਕੋਈ ਨਾ ਮਤਲਬ ਉਹੀ ਹੈ ਨਾ ਮੈਨੂੰ ਲੱਗਦਾ ਜੇ ਆਪਾਂ ਇਗਨੋਰ ਕਰ ਦਿੰਨੇ ਆ ਇਸ ਗੱਲ ਨੂੰ ਜਾਂ ਆਪਾਂ ਛੱਡ ਦਿੰਨੇ ਆ ਉਹ ਚੱਲ ਯਾਰ ਦਫਾ ਕਰ ਉਹ ਵੀ ਚੰਗੀ ਹੈ ਉਹ ਤੁਹਾਡੇ ਲਈ ਵੀ ਬੈਟਰ ਆ ਤੇ ਸਾਹਮਣੇ ਵਾਲੇ ਲਈ ਵੀ ਬੈਟਰ ਹੈ ਪਾਰਟਨਰ ਹੋਣਾ ਕਿਦਾਂ ਚਾਹੀਦਾ ਜਿਹੜਾ ਮੈਨੂੰ ਲੱਗਦਾ ਤੁਹਾਡੇ ਇੱਕ ਚੰਗੇ 파ਟਨਰ ਦੀ ਪਹਿਚਾਨ ਕੀ ਹੁੰਦੀ ਹੈ ਮੈਨੂੰ ਲੱਗਦਾ ਵੀ ਤੁਹਾਡਾ ਥਿੰਕਿੰਗ ਨੂੰ ਤੇ ਤੁਹਾਡੇ ਬਸ ਵੀ ਤੁਹਾਨੂੰ ਮੈਚ ਕਰਦਾ ਹੋਵੇ ਬੇਸਿਕਲੀ ਜੋ ਚੀਜ਼ਾਂ ਤੁਸੀਂ ਚਾਹੁੰਦੇ ਹੋ ਹੈਨਾ ਮਤਲਬ ਮੈਂ ਵੀ ਤੁਹਾਡੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਤੁਹਾਡੇ ਮਤਲਬ ਜਿੱਦਾਂ ਤੁਸੀਂ ਰਹਿ ਰਹੇ ਹੋ ਆਪਣੇ ਪਰਿਵਾਰ ਦੇ ਵਿੱਚ ਹਮ ਤੇ ਉਹ ਆ ਕੇ ਆਪ ਦੇ ਤੁਹਾਡੇ ਪਰਿਵਾਰ ਨੂੰ ਆਪ ਦਾ ਪਰਿਵਾਰ ਮੰਨ ਕੇ ਉਦਾਂ ਹੀ ਸਾਰਾ ਘਰੇ ਹੈ ਨਾ ਵੀ ਆ ਉਦਾਂ ਹੀ ਸਮਝੇ ਸਾਰਾ ਖੁਸ਼ ਤੇ ਤੁਸੀਂ ਉਹਦੇ ਪਰਿਵਾਰ ਨੂੰ ਉਦਾਂ ਕਰਕੇ ਮੰਨੋ ਤਾਂ ਮੈਨੂੰ ਲੱਗਦਾ ਉਹ ਚੀਜ਼ ਆ ਕਾਫੀ ਮਤਲਬ ਉਹ ਉਹ ਤੁਹਾਨੂੰ ਬਹੁਤ ਨੇੜੇ ਲੈ ਜਾਂਦੀ ਹੈ ਉਹ ਚੀਜ਼ ਹੂੰ ਸੋ ਮਿੰਤਾ ਲੱਗਦਾ ਵੀ ਬੇਸਿਕਲੀ ਤੁਹਾਡੀ ਉਹੀ ਹੈ ਵੀ ਤੁਹਾਡੀ ਟਿਊਨਿੰਗ ਹੋਣੀ ਬਹੁਤ ਜ਼ਰੂਰੀ ਹੈ ਦੋਹਾਂ ਦੀ ਤੁਹਾਡੇ ਪਾਰਟਨਰ ਤੁਹਾਡੀ ਕਿੰਨੀ ਕੈ ਮੇਰੀ 加ੜੀ ਘਟਣ ਜੋਗੀ ਹੈਗੀ ਆ ਦੇਖ ਲਓ ਸੁਣ ਰਹੇ ਨਹੀਂ ਨਹੀਂ ਮੇਰੀ ਠੀਕ ਹੈ ਜੀ ਵਧੀਆ ਵਧੀਆ ਚਲੋ ਵਧੀਆ ਚੀਂਦੀਆ ਅੱਛਾ ਯਾਰ ਦੋਸਤ ਦੀ ਗੱਲ ਕੀਤੀ ਤੁਸੀਂ ਦੱਸਿਆ ਕਿ ਤੁਹਾਡਾ ਇੱਕ ਖਾਸ ਮਿੱਤਰ ਤੁਹਾਨੂੰ ਇੱਕ ਜਿਹੜਾ ਉਸ ਸੈੱਟ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਹੁਣ ਤੱਕ ਤੁਹਾਡੇ ਨਾਲ ਹੈ ਜੀ ਚੰਗਾ ਯਾਰ ਵੀ ਹੁੰਦਾ ਕਹਿੰਦੇ ਜ਼ਿੰਦਗੀ ਦੇ ਵਿੱਚ ਕੁ ਮਾੜੇ ਯਾਰ ਵੀ ਹੁੰਦੇ ਨੇ ਜੀ ਚੰਗੇ ਯਾਰ ਤੇ ਮਾੜੇ ਯਾਰਾਂ ਦੀ ਪਰਿਭਾਸ਼ਾ ਕੀ ਹੁੰਦੀ ਹੈ ਵੀ ਤੁਹਾਨੂੰ ਕੀ ਲੱਗਦਾ ਵੀ ਆ ਮੇਰਾ ਚੰਗਾ ਯਾਰ ਹੈ ਇਹ ਯਾਰ ਬੰਦਾ ਕਹਿੰਦਾ ਕਿਨੂੰ ਭਾਈ ਜੀ ਹਰ ਇੱਕ ਨੂੰ ਬੰਦਾ ਯਾਰ ਕਹਿ ਸਕਦਾ ਦੇਖੋ ਮੇਰੀ ਲਾਈਫ ਦੇ ਵਿੱਚ ਜਿੰਨਿਆਂ ਨੂੰ ਮੈਂ ਯਾਰ ਕਹਿੰਨਾ ਉਹ ਸਾਰੇ ਪ੍ਰੈਜ਼ੈਂਟ ਟੈਂਸ ਚ ਨੇ ਮੌਜੂਦ ਨੇ ਹੁਣ ਹਾਂ ਉਹ ਕੋਈ ਵੀ ਉਹ ਨਹੀਂ ਹੈਗਾ ਵੀ ਉਹ ਯਾਰ ਇੱਕ ਹੁੰਦਾ ਸੀ ਉਹ ਕੋਈ ਨਹੀਂ ਹੈ ਬਹੁਤ ਵੱਡੀ ਗੱਲ ਕਿਉਂਕਿ ਜਿਹੜੇ ਅਸੀਂ ਮੂਵ ਇੱਥੇ 2020 ਚ ਹੋਏ ਆ ਬਈ ਹੂੰ ਕੰਮ ਕਰਕੇ ਹਨਾ ਉੱਥੋਂ ਆਉਣਾ ਪੈਂਦਾ ਸੀ ਲੁਧਿਆਣੇ ਨੂੰ ਹੂੰ ਤਾਂ ਹੁਣ ਜਿਹੜਾ ਮੇਰਾ ਲੁਧਿਆਣੇ ਵਾਲਾ ਸਰਕਲ ਆ ਹੂੰ ਉਹ ਉਹੀ ਗਿਣਵੇਂ ਚਾਰ ਕੁ ਬੰਦੇ ਨੇ ਤਿੰਨ ਚਾਰ ਬੰਦੇ ਨੇ ਹੂੰ ਤੇ ਉਹ ਹੈਗੇ ਨੇ ਮੇਰੇ ਨਾਲ ਐਲ ਕੇ ਜੀ ਤੋਂ ਜਿਹੜੇ ਲੁਧਿਆਣੇ ਵਾਲੇ ਨੇ ਜਿਹੜੇ ਹੁਣ ਪਟਿਆਲੇ ਵਾਲੇ ਨੇ ਉਹ ਮੇਰੇ ਨਾਲ ਹੈਗੇ ਨੇ ਪੰਜਾਬੀ ਯੂਨੀਵਰਸਿਟੀ ਦੇ ਫਸਟ ਇਅਰ ਤੋਂ ਆ ਆਪਣੇ ਜਿੰਨਾ ਚੋ ਰੈਬੀ ਰੈਬੀ ਹੁਣੀ ਨਹੀਂ ਬਾਈ ਪਰ ਸਾਰੇ ਕਰਨਾ ਨਹੀਂ ਹੈਗੇ ਹੂੰ ਮਨੀ ਮਤਲਬ ਇਹ ਮੇਰੇ ਖਾਸ ਮੇਰਾ ਪਟਿਆਲੇ ਦਾ ਸਰਕਲ ਮੇਰਾ ਵੱਡਾ ਥੋੜਾ ਹੂੰ ਤਾਂ ਸਾਰੇ ਬੰਦੇ ਮੌਜੂਦ ਨੇ ਮੇਰੇ ਕੋਲ ਤਾਂ ਜਿਹੜਾ ਜਿਹੜਾ ਤੁਹਾਨੂੰ ਲੱਗਦਾ ਹੁੰਦਾ ਵੀ ਵੀ ਮੈਂ ਇਹਨੂੰ ਯਾਰ ਕਹਿਣਾ ਜਾਂ ਜਿਹੜਾ ਮੈਨੂੰ ਉਹ ਤੁਹਾਨੂੰ ਪਤਾ ਲੱਗ ਜਾਂਦਾ ਥੋ ਤੁਸੀਂ ਉਹਦੇ ਨਾਲ ਮੇਰੇ ਹਿਸਾਬ ਨਾਲ ਮੀ ਨੇਕ ਚ ਸਾਹਮਣੇ ਆ ਜਾਂਦੀ ਹੈ ਗੱਲਬਾਤ ਵੀ ਜੇ ਤੁਸੀਂ ਮਹੀਨਾ ਵੀ ਘੱਟ ਲਓ ਕਿਸੇ ਨਾਲ ਮਤਲਬ ਪ੍ਰੋਪਰਲੀ ਵੀ ਜੇ ਤੁਸੀਂ ਸਾਰੇ ਪਾਸੇ ਜਾ ਰਹੇ ਹੋ ਮਹੀਨਾ ਵੀ ਮੈਂ ਜ਼ਿਆਦਾ ਕਹਿ ਰਿਹਾ ਬਟ ਤੁਹਾਨੂੰ ਲੱਗ ਜਾਂਦਾ ਪਤਾ ਉਸ ਚੀਜ਼ ਦਾ ਵੀ ਹਾਂ ਵੀ ਮਤਲਬ ਇਹਨੂੰ ਮੈਂ ਕਹਿਣਾ ਕਿ ਨਹੀਂ ਕਹਿਣਾ ਸੋ ਮੇਰੇ ਹਿਸਾਬ ਨਾਲ ਤਾਂ ਜਿੰਨੇ ਮੇਰੇ ਹੈਗੇ ਨੇ ਮਤਲਬ ਮੈਂ ਤਾਂ ਬਹੁਤ ਸੈਟੀਸਫਾਈਡ ਹਾਂ ਤੇ ਜਦੋਂ ਵੀ ਕੰਮ ਕਮ ਵੇਲੇ ਕਿਉਂਕਿ ਬੇਸਿਕਲੀ ਕੀ ਹੈ ਵੀ ਜਿਹੜੇ ਮੇਰੇ ਪਟਿਆ ਲੁਧਿਆਣੇ ਵਾਲੇ ਉਹ ਸ਼ੁਰੂ ਤੋਂ ਨਾਲ ਸੀਗੇ ਹੈ ਨਾ ਜਾਂ ਉਦੋਂ ਦਾ ਸਕੂਲ ਤੋਂ ਲੈ ਕੇ ਹੁਣ ਹੈ ਨਾ ਜਿਹੜੇ ਪਟਿਆਲੇ ਵਾਲੇ ਨੇ ਇਹ ਮੇਰੇ ਜਿਗਰੀ ਵੀ ਬਹੁਤ ਨੇ ਤੇ ਪਲੱਸ ਇਹ professionally ਵੀ ਨਾਲ ਹੀ ਇਨਵੋਲਡ ਨੇ ਉਹ ਵੱਡੀ ਗੱਲ ਹੈ ਹਾਂ ਜਿਹੜੇ ਉਦਾਂ ਇੰਡਸਟਰੀ ਵਾਲੇ ਨੇ ਉਦਾਂ ਉਹ ਤਾਂ ਚਲੋ ਮਤਲਬ ਤੁਸੀਂ ਕੰਮ ਕਰਦੇ ਹੋ ਉਹ ਚੀਜ਼ ਤਾਂ ਹੈਗੀ ਹੈ ਪਰ ਜਿਹੜੇ ਜਿਵੇਂ ਤੁਸੀਂ ਪ੍ਰੋਪਰ ਯਾਰ ਆਰਗੇਨਾਈਜ਼ਡ ਬੈਠੇ ਹੋ ਤੇ ਤੁਹਾਡਾ ਤੁਸੀਂ ਜਿਵੇਂ ਹੁਣ ਸਾਡਾ ਇੱਕ ਚੱਲ ਰਿਹਾ ਪ੍ਰੋਜੈਕਟ ਹਜੇ ਸਕ੍ਰਿਪਟ ਰਾਈਟਿੰਗ ਚੱਲ ਰਹੀ ਹੈ ਉਹਦਾ ਤਾਂ ਮੈਂ ਕਿਸੇ ਟਾਈਮ ਵੀ ਪਰਮ ਨੂੰ ਫੋਨ ਕਰਕੇ ਕਹਿ ਸਕਦਾ ਵੀ ਬਾਈ ਆ ਜਾ ਵੀ ਇਹਦਾ ਮੈਂ ਸਕ੍ਰੀਨ ਪਲੇਅਰ ਹਜੇ ਅੱਗੇ ਕੰਟੀਨਿਊ ਕਰਨਾ ਵੀ ਜਾਂ ਉਹਨੂੰ ਕਿਸੇ ਵੇਲੇ ਵੀ ਮੈਂ ਫੇਸਟਾਈਮ ਕਰਦਾ ਭਾਵੇਂ ਰਾਤ ਦੇ 2 ਵਜੇ 3 ਵਜੇ ਵੀ ਇੱਥੇ ਅੜਿਆ ਹੋਇਆ ਅੱਗੇ ਦੱਸ ਮਤਲਬ ਉਹ ਕਿਉਂਕਿ ਇੱਕ ਤੁਹਾਡੇ profession ਦੇ ਨਾਲ ਵੀ ਰਿਲੇਟਡ ਨੇ ਤਾਂ ਤੁਹਾਡਾ ਉਹ ਇੱਕ ਜਿਹੜਾ ਤੁਸੀਂ ਕਹ ਲਓ ਬੌਂਡ ਹੁੰਦਾ ਹੋਰ ਵੱਜ ਜਾਂਦਾ। ਕੀ ਬਾਤ ਹੈ। ਸੋ ਇਹ ਕਹਿੰਦੇ ਬਾਈ ਨਾ ਬੰਦੇ ਨੂੰ ਨਾ ਬੰਦੇ ਦੀ ਕਹਿੰਦੇ ਪਛਾਣ ਕਹਿੰਦਾ ਉੱਥੇ ਹੁੰਦੀ ਹੈ ਵੀ ਜਿਹੜੇ ਬੰਦੇ ਦਾ ਤੁਸੀਂ ਪਤਾ ਕਰਨਾ ਨੇ ਇਹ ਬੰਦੇ ਦਾ ਕਰਦਾਰ ਕਿਵੇਂ ਦਾ। ਹੂੰ। ਉਹਦੇ ਬੈਕਗ੍ਰਾਉਂਡ ਦੇ ਯਾਰ ਦੋਸਤ ਚੱਕ ਲਓ। ਵੀ ਇਹਦੀ ਯਾਰੀ ਕਿੰਨੀ ਕੁ ਪੁਰਾਣੀ ਹੈ ਕਿੰਨੇ ਕੁ ਯਾਰ ਬਦਲ ਲਏ ਨੇ ਕਿੰਨੇ ਕੁ ਬੰਦੇ ਪੁਰਾਣੇ ਦੇ ਹੱਜ ਵੀ ਟੱਚ ਚ ਨੇ ਉੱਥੋਂ ਪਤਾ ਲੱਗਦਾ ਵੀ ਇਹ ਬੰਦਾ ਜੜਾ ਨਾਲ ਜੁੜਿਆ ਵੀ ਹੈ ਕਿ ਬੰਦਾ ਪਰਖ ਪਰਖ ਕੇ ਬਸ ਐਂ ਸਵਾਦ ਲੈ ਰਿਹਾ ਦੁਨੀਆ ਦਾ ਹਨਾ ਵੀ ਚੰਗੇ ਯਾਰ ਦੀ ਪਛਾਣ ਚੰਗੇ ਬੰਦੇ ਦੀ ਪਛਾਣ ਚੰਗੇ ਬੰਦੇ ਦੇ ਕਿਰਦਾਰ ਦੀ ਪਛਾਣ ਉੱਥੋਂ ਹੁੰਦੀ ਹੈ ਨਹੀਂ ਡੈਫੀਨਿਟਲੀ ਕਿ ਤੁਸੀਂ ਤੁਹਾਡੇ ਲਿੰਕ ਦੇ ਵਿੱਚ ਤੁਹਾਡੇ ਪੁਰਾਣੇ ਯਾਰ ਦੋਸਤ ਕਿੰਨੇ ਤੋਂ ਕਿੰਨੇ ਪੁਰਾਣੇ ਜਿਹੜੇ ਬੰਦਿਆਂ ਦੇ ਪੁਰਾਣੇ ਬਈ ਯਾਰ ਦੋਸਤ ਤੁਸੀਂ 12 15 ਸਾਲ ਦੇ ਪੁਰਾਣੇ ਹੋਣਗੇ ਨਾ ਉਹ ਬੰਦਿਆਂ ਦੀ ਯਾਰੀ ਵੇਖਿਓ ਹੂੰ ਡੈਫੀਨਿਟਲੀ ਬਈ ਇਹ चीज ਪੱਕੀ ਹੈ ਹੂੰ ਤੁਸੀਂ ਕਿੰਨਾ ਕਿ ਕਿਸੇ ਦੇ ਅੱਧੇ ਬੋਲ ਤੇ ਬੰਦਾ ਹਾਜ਼ਰ ਹੋ ਰਿਹਾ ਬੰਦੇ ਨੇ ਕਿਹਾ ਵੀ ਨਹੀਂ ਪਰ ਤੁਹਾਨੂੰ ਪਤਾ ਲੱਗ ਗਿਆ ਵੀ ਉਹਨੂੰ ਲੋੜ ਆ ਹਨਾ ਉਹ ਉਹ ਚੀਜ਼ਾਂ ਤੋਂ ਹੀ ਮੈਨੂੰ ਲੱਗਦਾ ਉਹੀ ਚੀਜ਼ ਯਾਰੀ ਆ ਉਹ ਯਾਰੀ ਤੁਹਾਨੂੰ ਕਦੇ ਇਸ ਚੀਜ਼ ਦਾ ਹੋਇਆ ਵੀ ਕਿਸੇ ਯਾਰ ਦੋਸਤ ਨੇ ਤੁਹਾਨੂੰ ਕੋਈ ਕੰਮ ਕਿਹਾ ਹੋਵੇ ਤੁਹਾਨੂੰ ਨਾ ਹੋਇਆ ਹੋਵੇ ਕਦੇ ਇਸ ਚੀਜ਼ ਅਫਸੋਸ ਹੋਇਆ ਕਿ ਮੇਰੇ ਤੋਂ ਕਈ ਵਾਰ ਹੋ ਜਾਂਦਾ ਕਈ ਵਾਰ ਮੈਂ ਕਿਸੇ ਕੰਮ ਦੇ ਵਿੱਚ ਵਿਜੀ ਹੁੰਨਾ ਕਿਸੇ ਤਰੀਕੇ ਦਾ ਕੋਈ ਸਰਕਮਸਟੈਂਸਸ ਉਸ ਤਰੀਕੇ ਦੇ ਬਣੇ ਹੁੰਦੇ ਨੇ ਮੇਰੇ ਤੋਂ ਕੰਮ ਨਹੀਂ ਹੁੰਦਾ ਪਰ ਬਾਅਦ ਵਿੱਚ ਉਹਨੂੰ ਫੀਲ ਬਹੁਤ ਹੁੰਦਾ ਯਾਰ ਮੈਂ ਉਹ ਉਹਨੇ ਮੈਨੂੰ ਪਹਿਲੀ ਵਾਰ ਜ਼ਿੰਦਗੀ ਚ ਕੰਮ ਆਇਆ ਤਾਂ ਮੇਰੇ ਤੋਂ ਕੰਮ ਨਹੀਂ ਹੋਇਆ ਤੁਹਾਨੂੰ ਕਦੇ ਫੀਲ ਹੋਇਆ ਇਹ ਚੀਜ਼ ਮੋਸਟਲੀ ਹੋ ਜਾਂਦਾ ਹੂੰ ਹੋ ਜਾਂਦਾ ਹੈ ਗੈਸ ਹੋ ਜਾਂਦਾ ਕਈ ਵਾਰੀ ਵੀ ਨਹੀਂ ਹੁੰਦਾ ਉਹ ਉਹ ਮਤਲਬ ਪਰ ਇਹ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਆਪ ਦੇ ਵੱਲੋਂ ਟਰਾਈ ਨਹੀਂ ਕੀਤਾ ਕਿ ਜਿਵੇਂ ਦੇਖੋ ਕੰਮ ਦੇ ਵਿੱਚ ਬੀਜੀ ਵੀ ਤੁਸੀਂ ਕੰਮ ਦੇ ਵਿੱਚ ਬੀਜ਼ੀ ਹੋ ਜਾਂ ਸਰਕਮਸਟੈਂਸਸ ਐਸੇ ਨੇ ਉਹ ਡਿਫਰੈਂਟ ਗੱਲ ਆ ਇੱਕ ਹੂੰ ਤੁਸੀਂ ਉਹਨੂੰ ਕਹਤਾ ਬਾਈ ਨੂੰ ਵੀ ਮੈਂ ਹਜੇ ਇੱਥੇ ਮੈਂ ਤੈਨੂੰ ਕਰਾ ਕੇ ਦਿੰਦਾ ਉਹ ਠੀਕ ਹੈ ਪਰ ਜਿਹੜਾ ਉਹ ਚੀਜ਼ ਆ ਵੀ ਹਾਂ ਬਾਈ ਮੈਂ ਕਰਾ ਕੇ ਦਿੰਦਾ ਤੇ ਦੂਈ ਕਰ ਦਵਾ ਕਰ ਯਾਰ ਵੀ ਉਹ ਉਹਨੂੰ ਮੈਂ ਕਿੱਥੇ ਫੋਨ ਕਰੂੰਗਾ ਹੁਣ ਵੀ ਜਿਹਨੇ ਉਹਨੂੰ ਕੰਮ ਕਰਨ ਨੂੰ ਕਿਹਾ ਜਿਹਦੇ ਲਈ ਉਹ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਆਪਣੇ ਵੱਲੋਂ ਤੁਹਾਡੇ ਤੁਹਾਡਾ ਟਰਾਈ ਹੋਣਾ ਚਾਹੀਦਾ ਅੱਗੋਂ ਉਹ ਬੰਦਾ ਕਰਨ ਵਾਲਾ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਬਾਅਦ ਦੀ ਗੱਲ ਕੀ ਆ ਅੱਛਾ ਮੁੰਡਿਆਂ ਦੀ ਤੇ ਕੁੜੀਆਂ ਦੀ ਯਾਰੀ ਮੈਂ ਅੱਛਾ ਹੁਣ ਆਪਾਂ ਮੁਹਾਲੀ ਰਹਿੰਦੇ ਆ ਹੂੰ ਇੱਥੇ ਮੈਂ ਬਹੁਤ ਚੀਜ਼ਾਂ ਫੀਲ ਕਰਦਾ ਹੂੰ ਕੁੜੀਆਂ ਦੀ ਯਾਰੀ ਅੱਡ ਤਰੀਕੇ ਦੀ ਹੈ ਹੂੰ ਮੁੰਡੇ-ਮੁੰਡੇ ਦੀ ਯਾਰੀ ਅੱਡ ਤਰੀਕੇ ਦੀ ਹੈ ਹੂੰ ਤੁਹਾਨੂੰ ਡਿਫਰੈਂਸ ਕੀ ਲੱਗਦਾ ਵੀ ਕੁੜੀ-ਕੁੜੀ ਦੀ ਯਾਰੀ ਯਾਰ ਦੋਸਤਾਂ ਉਹ ਵੀ ਨੇ ਹੂੰ ਉਹ ਵੀ ਫਰੈਂਡਸ ਨੇ ਆਪਸ ਦੇ ਵਿੱਚ ਕੁੜੀਆਂ-ਕੁੜੀਆਂ ਮੁੰਡੇ-ਮੁੰਡੇ ਆਪਸ ਯਾਰੀ ਦੀ ਦੋਹਾਂ ਦੀ ਯਾਰੀ ਦਾ ਫਰਕ ਕੀ ਕੱਢਦੇ ਹੋ ਤੁਸੀਂ ਵੀ ਕੁੜੀਆਂ ਦੀ ਯਾਰੀ ਤੇ ਮੁੰਡਿਆਂ ਦੀ ਯਾਰੀ 'ਚ ਫਰਕ ਕੀ ਹੈ ਮੇਰੇ ਨਾਲ ਦਾ ਆਹੀ ਹੈ ਸ਼ਾਇਦ ਵੀ ਮੁੰਡੇ ਆਏ ਗੈਸ ਗਾਲਾ ਗੁਣਾ ਕੱਢ ਕੇ ਫਿਰ ਇਕੱਠੇ ਹੀ ਹੋ ਜਾਂਦੇ ਨੇ ਦੁਆਰਾ ਹਾਂ ਫਿਰ ਨਾਲ ਲੜ ਜਾਂ ਫਿਰ ਨਾਲ ਮਤਲਬ ਉਹੀ ਲੜ ਲੁਕੇ ਫਿਰ ਨਾਲ ਹੀ ਬਹਿ ਜਾਂਦੇ ਨੇ ਹਾਂ ਅੱਛਾ ਸੱਚ ਤਾਂ ਕੁੜੀਆਂ ਦੀ ਮੈਂ ਸਾਰੀਆਂ ਦੀ ਨਹੀਂ ਗੱਲ ਕਰ ਰਹਾ ਪਰ ਮੇਰੀ ਵਾਈਫ ਦੀ ਕੁ ਫਰੈਂਡ ਹੈ ਅੱਛਾ ਜਿਵੇਂ ਉਹ ਦੋਨੋਂ ਕਰਦੀਆਂ ਨੇ ਉਹਦੇ ਤੋਂ ਦੱਸ ਰਿਹਾ ਤੁਹਾਨੂੰ ਮੈਂ ਅੱਛਾ ਜਿਆਦਾਤਰ ਉਹਨਾਂ ਦਾ ਕੀ ਹੁੰਦਾ ਵੀ ਹੋ ਤਾਂ ਉਹ ਵੀ ਜਾਂਦੀਆਂ ਨੇ ਇਦਾਂ ਉਹ ਵੀ ਇਕੱਠੀਆਂ ਵੀ ਲੜਤੀਆਂ ਪਹਿਲਾਂ ਉਹ ਪਰ ਆਪਣਾ ਇਹ ਹੁੰਦਾ ਮੁੰਡਿਆਂ ਦਾ ਆਏਗਾ ਵੀ ਆਪਣਾ ਜਿੰਨੇ ਸੈਕਿੰਡ ਦੀ ਗਾਲ ਹੁੰਦੀ ਆ ਓਨੀ ਕੀ ਦੂਰੀ ਆ ਬਸ ਉਸ ਤੋਂ ਬਾਅਦ ਫੇਰ ਇਕੱਠੇ ਆ ਇਕੱਠੇ ਆ ਉਹ ਆਏਗਾ ਸੋ ਉਹਨਾਂ ਦਾ ਥੋੜਾ ਟਾਈਮ ਗੈਪ ਜ਼ਿਆਦਾ ਲੰਘ ਜਾਂਦਾ ਹਾਂ ਉਹ ਵੀ ਜਾਂਦੇ ਨੇ ਪਰ ਪਾ ਥੋੜਾ ਲੰਬਾ ਲੈ ਜਾਂਦੇ ਨੇ ਸ਼ਾਇਦ ਇਹ ਇਹ ਗੱਲ ਤਾਂ ਹੈ ਇਹ ਗੱਲ ਮੈਂ ਤੁਹਾਡੇ ਨਾਲ ਪੂਰੀ ਸਹਿਮਤ ਆ ਕਿਉਂਕਿ ਅਸੀਂ ਅਸੀਂ ਵੀ ਕਈ ਵਾਰ ਆਪਸ 'ਚ ਲੜ ਪੈਂਦੇ ਆ ਨਾ ਹਾਂ ਤਬਾ ਤੋਂ ਬਾਅਦ ਇੱਕ ਦਿਨ ਨਹੀਂ ਬੁਲਾਇਆ ਹੂੰ ਵੱਧ ਤੋਂ ਵੱਧ ਹੂੰ ਅਗਲੇ ਦਿਨ ਫੇਰ ਚੱਲ ਆ ਚਲੀਏ ਭਰਾਵਾ ਉਹ ਤੂੰ ਗਾਲ ਜੀ ਕੱਢ ਕੇ ਉਹਨੂੰ ਤੂੰ ਚੱਲ ਚੁੱਪ ਕਰ ਤੂੰ ਤੂੰ ਚੁੱਪ ਕਰ ਭਰਾਵਾ ਤੂੰ ਚੱਲ ਲਈਏ ਤਾਂ ਪੱਕੀ ਗੱਲ ਆ ਉਹ ਯਾਰੀ ਬਈ ਸਵਾਦ ਵੜਾਉਂਦਾ ਨਾ ਉਹਦਾ ਹੂੰ ਉਹ ਲੜਨ ਦਾ ਵੀ ਬੜਾ ਸਵਾਦ ਆਉਂਦਾ ਯਾਰ ਉਸ ਨੂੰ ਗਾਲ ਕੱਢਣਾ ਬੜਾ ਸਵਾਦ ਤੁਸੀਂ ਕੱਢੀ ਕਦੇ ਉਹਦੇ ਵਿੱਚ ਕਈ ਵਾਰੀ ਸ਼ੂਟ ਵੇਲੇ ਹੋ ਜਾਂਦਾ ਉਹ ਤਾਂ ਨਾਰਮਲੀ ਤਾਂ ਹੂੰ ਉਹ ਕਾਲਰ ਕੁਲਰਤਾ ਹੋ ਹੀ ਜਾਂਦਾ ਹੁੰਦਾ ਸੀਗਾ ਬਟ ਹੁਣ ਮੈਨੂੰ ਲੱਗਦਾ ਜਿਵੇਂ ਸ਼ੂਟ ਵੇਲੇ ਜਦੋਂ ਕੋਈ ਚੀਜ਼ ਅੜ ਗਈ ਜਾਂ ਕੋਈ ਚੀਜ਼ ਲਿਖ ਰਿਹਾ ਤਾਂ ਬੰਦਾ ਆਪਣੀ ਉਹ ਦੇ ਰਿਹਾ ਕੀ ਕਹਿੰਦੇ ਹੁੰਦੇ ਆ ਉਹਨੂੰ ਦਲੀਲ ਦੇ ਰਿਹਾ ਬੰਦਾ ਹੈਨਾ ਦੱਸ ਰਿਹਾ ਉਹਨੂੰ ਵੀ ਇਹ ਇਹ ਇੱਥੇ ਕਿਉਂ ਆ ਕਿਸ ਚੀਜ਼ ਕਰਕੇ ਐਕਸਪਲੇਨੇਸ਼ਨ ਦੇ ਰਿਹਾ ਵੀ ਮੈਂ ਇਹ ਚੀਜ਼ ਇਸ ਕਰਕੇ ਕਹਿ ਰਿਹਾ ਉਦੋਂ ਮੈਨੂੰ ਲੱਗਦਾ ਮਣੀ-ਮੋਟੀ ਨਿਕਲ ਜਾਂਦੀ ਹੋਣੀ ਪਰ ਉਦਾਂ ਉਦਾਂ ਨੇ ਕੱਟ ਵੱਧ ਅੱਛਾ ਲੋਕਾਂ ਚ ਫੇਕਨੈਸ ਕਿਉਂ ਆ ਗਈ ਹਰ ਇੱਕ ਬੰਦਾ ਹਰ ਇੱਕ ਬੰਦਾ ਮੈਨੂੰ ਲੱਗਦਾ ਇਹ ਵੀ ਸ਼ਾਇਦ ਕਾਰਨ ਸੋਸ਼ਲ ਮੀਡੀਆ ਕਿਉਂਕਿ ਮੈਂ ਜਿਵੇਂ ਹੁਣ ਬੈਠਾ ਆ ਹੂੰ ਤਾਂ ਬਹੁਤ ਗਿਣਤੀ ਲੋਕ ਵੇਖਦੇ ਆ ਮੈਂ ਕੋਸ਼ਿਸ਼ ਕਰਦਾ ਹਾਂ ਆਪਣੇ ਆਪ ਨੂੰ ਉਸੇ ਤਰੀਕੇ ਦਾ ਰੱਖਾਂ ਜੋ ਮੈਂ ਹੈਗਾ ਕਿਉਂਕਿ ਪਹਿਲਾਂ ਮੈਂ ਵੀਡੀਓਜ਼ ਕੁਝ ਸ਼ੋਰ ਕਰਦਾ ਹੁੰਦਾ ਸੀਗਾ ਤਾਂ ਲੋਕ ਮੈਨੂੰ ਸ਼ਾਇਦ ਉਸ ਤਰੀਕੇ ਦਾ ਦੇਖਣ ਲੱਗੇ ਪਰ ਅਸਲ ਕਰਾ ਦੇ ਵਿੱਚ ਮੈਂ ਬਹੁਤ ਮਜ਼ਾਕੀਆ ਹੂੰ ਮੈਂ ਅਸਲ 'ਚ ਨਾ ਆਪਣੇ ਆਪ ਨੂੰ ਬਹੁਤ ਮਜ਼ਾਕ ਮੇਰੇ ਘਰੇ ਵੀ ਜਿਵੇਂ ਹੁੰਦਾ ਨੇ ਮੈਂ ਕਰੇ ਜੇ ਮੈਂ ਇੱਕ ਦਿਨ 5 ਮਿੰਟ ਨਾ ਬੋਲਾਂ ਨਾ ਤਾਂ ਘਰ ਦੇ ਸਾਰਾ ਟੱਬਰ ਮੇਰਾ ਇਕੱਠਾ ਹੋ ਜਾਂਦਾ ਇਹਨੂੰ ਹੋ ਕੀ ਆ ਇਹ ਇਹ ਤਾਂ ਠੀਕ ਆ ਤੂੰ ਠੀਕ ਆ ਕੀ ਹੋ ਗਿਆ ਤੈਨੂੰ ਤੂੰ ਬੋਲਦਾ ਹੀ ਨਹੀਂ ਇਹ ਕੁਝ ਨਹੀਂ ਕਰ ਰਿਹਾ ਮਤਲਬ ਮੇਰਾ ਸੁਭਾਅ ਉਸ ਤਰੀਕੇ ਦਾ ਮੈਂ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਕੈਮਰੇ ਤੇ ਵੀ ਹੁਣ ਉਸੇ ਤਰੀਕੇ ਦਾ ਰੱਖਾਂ ਤਾਂ ਕਿ ਲੋਕ ਜਦ ਅਸਲ ਦੇ ਵਿੱਚ ਮੈਨੂੰ ਮਿਲਣ ਤਾਂ ਉਹਨਾਂ ਦੇ ਵਿੱਚ ਇਹ ਫਰਕ ਨਾ ਹੋਵੇ ਵੀ ਇਹ ਬੰਦਾ ਔਨ ਕੈਮਰਾ ਕੁਛ ਹੋਰ ਆ ਆਫ ਕੈਮਰਾ ਕੁਝ ਹੋਰ ਆ ਇਹ ਫੀਕਨੈਸ ਕਿਉਂ ਆ ਰਹੀ ਆ ਭਾਈ ਜਾਣ ਕੇ ਦਿਖਾਉਣ ਦੇ ਮਾਰੇ ਵੀ ਮੈਂ ਸਟਾਡਾਂ ਮੇਰਾ ਮੇਰੇ ਫਲਾਣਾ ਫਾਲੋਅਰ ਹੋ ਜਾਣਗੇ ਜਾਂ ਮੈਂ ਬੜਾ ਸੋਹਣਾ ਲੱਗਦਾ ਮੈਂ ਥੋੜਾ ਜਿਹਾ ਐ ਮੈਨੂੰ ਲੱਗਦਾਈ ਬਈ ਕਈ ਬੰਦੇ ਤਾਂ ਮੈਨੂੰ ਲੱਗਦਾ ਜਾਣ ਕੇ ਕਰਦੇ ਨੇ ਹੂੰ ਜਿਵੇਂ ਵੀ ਮਤਲਬ ਆ ਰੀਜ਼ਨਸ ਹੋ ਸਕਦੇ ਆ ਵੀ ਮਨ ਲ ਮੈਂ ਠੀਕ ਲੱਗ ਰਿਹਾ ਜਾਂ ਮੈਂ ਉਹ ਉਹ ਚੀਜ਼ਾਂ ਕਰਾਂ ਜਿਹੜੀਆਂ ਟ੍ਰੈਂਡਿੰਗ ਨੇ ਜਾਂ ਉਹ ਉਹ ਚੀਜ਼ਾਂ ਕਰਕੇ ਦਿਖਾਵਾਂ ਮੈਂ ਜਿਹਦੇ ਨਾਲ ਉਹ ਚੀਜ਼ ਜਾਤੇ ਜਾਊਗੀ ਹਨਾ ਲੋਕਾਂ ਨੂੰ ਚੰਗੀ ਲੱਗੇ ਆ ਲੋਕ ਅਟਰੈਕਟ ਹੋਣ ਲੱਗੂਗੀ ਸ਼ੇਅਰ ਹੋਊਗੀ ਜਾਂ ਵਾਇਰਲ ਹੋਊਗੀ ਜਿਹੜੀ ਵੀ ਚੀਜ਼ ਹੋਊਗੀ ਹਾਂ ਕਈ ਲੋਕੀ ਮੈਨੂੰ ਲੱਗਦਾ ਕੌਂਸ਼ੀਅਸਲੀ ਨਹੀਂ ਕਰਦੇ ਸੱਚ ਹੈ ਕਈ ਲੋਕੀ ਮਤਲਬ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਮੈਂ ਫੇਕ ਕਰ ਰਹਾ ਪਰ ਉਹ ਕਰ ਰਹੇ ਨੇ ਕਰ ਰਹੇ ਨਹੀਂ ਉਹਨਾਂ ਤੋਂ ਹੋ ਰਿਹਾ ਉਹ ਖੁਦ ਹੋ ਰਿਹਾ ਤੇ ਜਦੋਂ ਹੀ ਲਾਲ ਬੱਤੀ ਆਈ ਕੈਮਰੇ ਤੇ ਹਾਂ ਉਹ ਫੇਕ ਹੋ ਗਏ ਹਾਂ ਇਹ ਮੈਨੂੰ ਲੱਗਦਾ ਸ਼ਾਇਦ ਅੱਛਾ ਐਕਟਰ ਐਕਟਰ ਕਿੰਨਾ ਕਿ ਇਸ ਚੀਜ਼ ਵਿੱਚ ਇਨਵੋਲਵ ਹੁੰਦਾ ਕਿਉਂਕਿ ਐਕਟਰ ਦੀ ਤਾਂ ਸਾਰੀ ਲਾਈਫ ਹੀ ਕੈਮਰੇ ਤੇ ਡਿਪੈਂਡ ਹੈ ਜੀ ਉਹਨੇ ਤਾਂ ਨਿਭਾਉਣਾ ਹੀ ਸਾਰਾ ਦਿਨ ਕਿਰਦਾਰ ਨੇ ਜੀ ਕਦੇ ਕੋਈ ਕਿਰਦਾਰ ਜਿਵੇਂ ਤੁਸੀਂ ਦੱਸਿਆ ਵੀ ਹੁਣ ਜਿਹੜੇ ਬਾਲੀਵੁੱਡ ਦੇ ਵੱਡੇ ਕਲਾਕਾਰ ਨੇ ਉਹਨਾਂ ਦੇ ਤਾਂ ਇੱਕ ਵਾਰ ਦੇ ਵਿੱਚ ਕਈ ਮੂਵੀਜ਼ ਲਾਈਨ ਅਪ ਹੁੰਦੀਆਂ ਨੇ ਤੇ ਕਈ ਵਾਰ ਸੈੱਟ ਚੱਲ ਰਹੇ ਹੁੰਦੇ ਨੇ ਹੂੰ ਤਾਂ ਉੱਥੇ ਉਹਨਾਂ ਦਾ ਰੀਅਲ ਪਾਰਟ ਬਾਹਰ ਕਦੋਂ ਆਉਂਦਾ ਹੈ ਅਸਲ ਦੇ ਜੀ ਹੁਣ ਤੁਹਾਡੇ ਘਰੇ ਵੀ ਤੁਹਾਡੇ ਫਾਦਰ ਸਾਹਿਬ ਨੇ ਹੂੰ ਬਹੁਤ ਲੰਬਾ ਟਾਈਮ ਇੰਡਸਟਰੀ ਨੂੰ ਦਿੱਤਾ ਹੂੰ ਹੁਣ ਤੁਹਾਨੂੰ ਕਈ ਵਾਰ ਪਤਾ ਲੱਗਦਾ ਵੀ ਇਸ ਟਾਈਮ ਦੇ ਫਾਦਰ ਸਾਹਿਬ ਐਕਟਿੰਗ ਕਰ ਰਹੇ ਨੇ ਮੇਰੇ ਜਾਂ ਇਸ ਟਾਈਮ ਤੇ ਇਹ ਰੀਅਲ ਨੇ ਤੁਹਾਨੂੰ ਕਿਦਾਂ ਪਤਾ ਲੱਗਦਾ ਮੈਨੂੰ ਲੱਗਦਾ ਇਹ ਚੀਜ਼ ਤਾਂ ਮੈਂ ਕਦੀ ਸੋਚੀ ਹੋਈ ਨਹੀਂ ਵੀ ਉਹ ਮੈਨੂੰ ਲੱਗਦਾ ਨਹੀਂ ਮੈਂ ਜਿਵੇਂ ਉਹ ਜਿਵੇਂ ਕਾਮਿਕ ਕਿਰਦਾਰ ਨੇ ਉਹਨਾਂ ਦੇ ਹੈ ਨਾ ਹਾਂ ਹਾਸੇ ਵਾਲੇ ਤਾਂ ਉਹਦੇ ਵਿੱਚ ਮੇਰੇ ਸਾਹ ਤਾਂ ਉਹ ਘਰੇ ਵੀ ਲਾਈਟ ਹੀ ਮੂਡ ਰੱਖਦੇ ਨੇ ਜ਼ਿਆਦਾਤਰ ਤਾਂ ਅੱਛਾ ਜਦੋਂ ਜਿਵੇਂ ਜਿਹੜੀਆਂ ਚੀਜ਼ਾਂ ਹੁਣ ਕਈ ਕਈ ਵਾਰੀ ਹੁੰਦਾ ਵੀ ਬੰਦੇ ਨੇ ਜਿਵੇਂ ਆ ਸਾਰੀ ਰੇੜੀ ਅੱਜ ਸ਼ੂਟ ਕੀਤਾ ਕੈਮਰਾ ਬੰਦ ਹੋਇਆ ਉਹਦਾ ਵੈਨਟੀਜ ਆਇਆ ਮੇਕਅਪ ਲਾਇਆ ਗੱਡੀ 'ਚ ਬੈਠਾ ਘਰੇ ਆ ਗਿਆ ਫਰੀ ਹੋ ਗਿਆ ਹੈ ਨਾ ਹਾਂ ਤਾਂ ਵੀ ਉਦੋਂ ਜਦੋਂ ਬੰਦਾ ਗੱਡੀ 'ਚ ਆ ਕੇ ਬਹਿ ਗਿਆ ਉਦੋਂ ਫਿਰ ਮੇਰੇ ਹਿਸਾਬ ਨਾਲ ਜਿਵੇਂ ਜਿਵੇਂ ਜੇ ਉਹ ਗੱਲ ਹੁੰਦੀ ਹੈ ਜਿਵੇਂ ਜਦੋਂ ਆਪਾਂ ਸ਼ੂਟ ਤੇ ਵੀ ਹੁੰਨੇ ਆ ਤਾਂ ਆਪਾਂ ਸੋਚਦੇ ਆਂ ਵੀ ਯਾਰ ਵੀ ਹਾਂ ਅੱਜ ਆਹ ਸੀਨ ਕਰਨੇ ਨੇ ਹੁਣ ਉਹ ਤੁਹਾਡੇ ਆਟੋਮੈਟਿਕਲੀ ਤੁਹਾਡੇ ਦਿਮਾਗ ਚ ਆਣ ਲੱਗ ਗਿਆ ਵੀ ਆਹ ਮੇਰਾ ਕਰੈਕਟਰ ਆ ਅੱਜ ਮੈਂ ਇਹ ਇਹ ਸੀਨ ਕਰਨੇ ਆ ਅੱਜ ਇਹਨੇ ਇੱਥੇ ਆ ਕਰਨ ਜਾਣਾ ਜਿਨੇ ਹਸਪੀਟਲ ਜਾਣਾ ਹਸਪੀਟਲ ਤੋਂ ਜਾ ਕੇ ਫਿਰ ਉੱਥੋਂ ਉਹਨੂੰ ਚੱਕੂਗਾ ਆ ਕੇ ਰੋਊਗਾ ਘਰੇ ਘਰ ਜਾ ਕੇ ਆਪਣੀ ਮਾਂ ਕੋਲ ਜਾਊਗਾ ਆਹ ਸੀਨ ਚੱਲ ਰਹੇ ਨੇ ਹੁਣ ਤੁਸੀਂ ਉਹ ਚੀਜ਼ ਸਕ੍ਰਿਪਟ ਦੇ ਵਿੱਚ ਉਹ ਚੀਜ਼ ਸੋਚਣ ਲੱਗ ਗਏ ਵੀ ਹਾਂ ਪਹਿਲਾ ਮੇਰਾ ਆ ਸੀਨਾ ਦੂਜਾ ਆਹਾ ਤੀਜਾ ਆਹਾ ਹੁਣ ਤੁਹਾਡੇ ਦਿਮਾਗ ਚੱਲ ਗਿਆ ਵੀ ਮੈਂ ਇਹ ਸਾਰੀ ਚੀਜ਼ ਕਿੱਦਾਂ ਪੋਰਟਰੇ ਕਰੂੰਗਾ ਆ ਹੈਨਾ ਹੁਣ ਜਿਉਂ ਹੀ ਤੁਹਾਡਾ ਪੈਕ ਅਪ ਹੋਇਆ ਤੁਸੀਂ ਮੇਕਅਪ ਲਾਇਆ ਗੱਡੀ 'ਚ ਬੈਠੇ ਨਾਲ ਹੀ ਘੰਟੀ ਵੱਜ ਗਈ ਅੱਛਾ ਯਾਰ ਹਾਂ ਹੁਣ ਬਿੱਲ ਭਰਨਾ ਹੁਣ ਮੇਰੀ ਲਾਈਫ ਸ਼ੁਰੂ ਆ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਹੁਣ ਹੁਣ ਉਹ ਭਰਦਾ ਮੈਂ ਪਹਿਲਾਂ ਸੱਚ ਹਾਂ ਯਾਰ ਕੱਲ ਲਾਸਟ ਡੇਟ ਆ ਮਤਲਬ ਫੇਰ ਤੁਹਾਡੀ ਆ ਕੇ ਗੱਡੀ 'ਚ ਆ ਕੇ ਤੁਹਾਡੀ ਫੇਰ ਆਪਦੀ ਲਾਈਫ ਸ਼ੁਰੂ ਹੋ ਜਾਂਦੀ ਆ ਕੀ ਕਰਾਂ ਮੈਨੂੰ ਇਦਾਂ ਲੱਗਦਾ ਵੀ ਜਦੋਂ ਤੁਸੀਂ ਉਸ ਔਰੇ ਦੇ ਵਿੱਚ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਆ ਆਪਾਂ ਨੂੰ ਪਤਾ ਆਪਾਂ ਗੱਲਾਂ ਬਾਤਾਂ ਕਰਨੀਆਂ ਆਪਾਂ ਕਰ ਰਹੇ ਆ ਉਹ ਹੈਨਾ ਬਿੱਡੇ ਮਤਲਬ ਵਧੀਆ ਵਧੀਆ ਸਵਾਲ ਜਵਾਬ ਕਰੀਏ ਆਪਾਂ ਜਾਂ ਵਧੀਆ ਵਧੀਆ ਆਪਾਂ ਗੱਲਾਂ ਵਧੀਆ ਟਾਪਿਕ ਤੇ ਗੱਲ ਕਰੀਏ ਕੋਈ ਹੈਨਾ ਇਨਫੋਰਮੇਸ਼ਨ ਵਾਲੀ ਹੋਵੇ ਹੈਨਾ ਨੌਲੇਜ ਵਾਲੀ ਹੋਵੇ ਹੁਣ ਇਦਾਂ ਹੀ ਜਦੋਂ ਆਪਾਂ ਸ਼ੂਟ ਤੇ ਜਾਂਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਯਾਰ ਅੱਜ ਮੈਂ ਫਲਾਣੇ ਫਲਾਣੇ ਸੀਨ ਕਰਨੇ ਆ ਇਨੇ ਇਨੇ ਕਰਨੇ ਆ ਅੱਜ ਮੈਂ ਕਟੋ-ਕਟਾ 7 ਮਿੰਟ ਦੀ ਫੁਟੇਜ ਕੱਢਣੀ ਆ ਆ ਚੀਜ਼ ਕਰਨੀ ਆ ਆ ਕਰਕੇ ਅ ਆਪਣਾ ਜਪ ਪੈਕਅਪ ਫਿਰ ਜਦੋਂ ਹੀ ਪੈਕਅਪ ਹੁੰਦਾ ਉਦੋਂ ਨਾਲ ਹੀ ਕਿਉਂਕਿ ਉਸ ਤੋਂ ਬਾਅਦ ਹੀ ਤੁਸੀਂ ਫੋਨ ਦੇਖਣਾ ਫੋਨ ਤੇ ਤੁਹਾਡੀ ਘਰ ਵਾਲੀ ਦਾ ਮੈਸੇਜ ਆਇਆ ਹੋਣਾ ਕਦੋਂ ਆ ਰਹੇ ਹੋ ਕੀ ਖਾਣਾ ਹੁਣ ਉਹ ਚੀਜ਼ਾਂ ਜਦੋਂ ਆਪਾਂ ਕਰਦੇ ਆ ਉਹ ਆਟੋਮੈਟਿਕਲੀ ਤੁਸੀਂ ਆਪਦੀ ਲਾਈਫ ਚ ਚੱਲੇ ਗਏ ਬਿਲਕੁਲ ਮੈਨੂੰ ਲੱਗਦਾ ਪ੍ਰਭਾਵ ਦੀ ਗੱਲ ਆ ਸਕ੍ਰਿਪਟ ਦਾ ਕਰੈਕਟਰ ਦਾ ਪ੍ਰਭਾਵ ਜਦੋਂ ਤੁਸੀਂ ਸੈੱਟ ਤੇ ਹੁੰਨੇ ਹੋ ਤਾਂ ਆਟੋਮੈਟਿਕਲੀ ਤੁਹਾਡੇ ਤੇ ਪਈ ਜਾਂਦਾ ਹੈ। ਪਈ ਪਈ। ਅੱਛਾ ਹਰ ਇੱਕ ਬੰਦਾ ਜਿਵੇਂ ਬਾਈ ਆਪਾਂ ਕਹਿ ਦਿੰਨੇ ਆ ਨਾ ਪੈਸੇ ਦੇ ਨਾਲ ਸਕੂਨ ਆਉਂਦਾ ਪੈਸੇ ਦੇ ਨਾਲ ਕਹਿੰਦੇ ਸਭ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ। ਹੂੰ ਪਰ ਤੁਹਾਨੂੰ ਲੱਗਦਾ ਵੀ ਕਈ ਵਾਰ ਉਹ ਜਿਵੇਂ ਉਹ ਗਾਣਾ ਵੀ ਹੈ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਤੇ ਕੁਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਦੇਖੇ ਮੈਂ। ਹੂੰ ਹੂੰ ਵੀ ਆਪਾਂ ਸੁਣਦੇ ਆ ਵੀ ਜ਼ਰੂਰੀ ਨਹੀਂ ਹਰ ਇੱਕ ਚੀਜ਼ ਹਾਂ ਮੰਨਦੇ ਆ ਵੀ ਪੈਸਾ ਸਭ ਕੁਝ ਅ ਜਿੰਦਗੀ ਦੇ ਵਿੱਚ ਬਹੁਤ ਮੈਟਰ ਕਰਦਾ ਹੈ। ਇੱਕ ਮੁੱਖ ਲੋੜ ਅੱਜ ਦੀ। ਹੂੰ ਪਰ ਸਾਰੀ ਚੀਜ਼ਾਂ ਵੀ ਪੈਸੇ ਨਾਲ ਨਹੀਂ ਹੁੰਦੀਆਂ। ਆਪਾਂ ਵੇਖਦੇ ਆਂ ਇਹ ਚੀਜ਼ਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਤੁਸੀਂ ਠੀਕ ਹੋ ਤੁਸੀਂ ਕੰਮ ਤੌਰ ਤੇ ਠੀਕ ਹੋ ਪਰ ਫਿਰ ਵੀ ਕਦੇ ਇਦਾਂ ਹੁੰਦਾ ਵੀ ਪੁਖਰਾਜ ਵੀ ਇਕੱਲਾ ਬੈਠ ਕੇ ਰੋਇਆ ਹੋਵੇ ਟੁੱਟਿਆ ਹੋਵੇ ਹੁੰਦਾ ਕਦੇ ਕਦੇ ਭਾਈ ਜੀ ਸਭ ਤੋਂ ਜਿਆਦਾ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਮੈਨੂੰ ਕਿਹੜੀ ਚੀਜ਼ ਫਰਕ ਪਾਉਂਦੀ ਆ ਮੈਨੂੰ ਫਰਕ ਪੰਦੀ ਐ ਵੀ ਮੇਰੇ ਘਰਦਿਆਂ ਦੀ ਵੈਲਬਿੰਗ ਠੀਕ ਹੋਵੇ ਬਸ ਹੂੰ ਉਹ ਬਿਲਕੁਲ ਓਕੇ ਆ ਹੂੰ ਮੈਂ ਡੈਮ ਨਹੀਂ ਦਿੰਦਾ ਕਿਸੇ ਚੀਜ਼ ਬਾਰੇ ਕੋਈ ਚੱਕਰ ਨਹੀਂ ਚਾਹੇ ਕੁਝ ਹੋਈ ਜਾਵੇ ਕੋਈ ਕੋਈ ਚੱਕਰ ਨਹੀਂ ਬਸ ਬਾਕੀ ਚੀਜ਼ਾਂ ਤਾਂ ਛੋਟੀਆਂ ਨੇ ਹੂੰ ਤੇ ਜਿਹੜੀ ਗੱਲ ਹੁਣ ਪੈਸੇ ਵਾਲੀ ਆ ਆਪਣੇ ਇੰਡੀਆ ਦੇ ਵਿੱਚ ਇਹ ਤੁਸੀਂ ਤਰਾਸਦੀ ਵੀ ਲਾ ਸਕਦੇ ਆ ਤੇ ਆਪਣੇ ਇੰਡੀਆ ਦੀ ਇਹ ਇੱਕ ਬੈਡ ਸਾਈਡ ਵੀ ਕਹਿ ਸਕਦੇ ਆਪਾਂ ਕਿ ਜਿਹੜੀ ਸਿਹਤ ਯਾਬੀ ਹੈ ਸਿਹਤ ਉਹ ਪੈਸੇ ਤੋਂ ਬਿਨਾਂ ਆਪਾਂ ਖਰੀਦ ਨਹੀਂ ਸਕਦੇ ਹ ਹ ਮਿਲ ਨਹੀਂ ਸਕਦੀ ਉਹ ਆਪਾਂ ਨੂੰ ਹ ਤੁਸੀਂ ਜਿੰਨਾ ਮਰਜ਼ੀ ਆਪਣੇ ਕਾਰਡ ਦਿਖਾ ਕੇ ਜਿਹੜੇ ਮਰਜ਼ੀ ਹਸਪੀਟਲ ਚਲ ਜਾਓ ਹ ਉਹ ਮਲਟੀ ਸਪੈਸ਼ਲਿਟੀ ਹਸਪੀਟਲ ਹੈਗੇ ਹੀ ਨਹੀਂ ਉਹਨਾਂ ਨੇ ਰੈਫਰ ਤੁਹਾਨੂੰ ਫੇਰ ਮਹਿੰਗੇ ਚ ਹੀ ਕਰਨਾ ਮਹਿੰਗੇ ਚ ਹੀ ਕਰਨਾ ਸੱਚ ਹੈ ਇਦਾਂ ਹੀ ਹੁੰਦਾ ਹਾਂ ਹਾਂ ਹੁਣ ਖੜਜੋ 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 ਕਿਤੇ ਜਾਣ ਦੀ ਲੋੜ ਨਹੀਂ ਪੋਡਕਾਸਟ ਤੁਹਾਡਾ ਬਿਲਕੁਲ ਇੱਥੀ ਆ ਬਸ ਇੱਕ ਛੋਟੀ ਜਿਹੀ ਜਾਣਕਾਰੀ ਸਾਂਝ ਕਰਨ ਵਾਸਤੇ ਤੁਹਾਡੇ ਵਿੱਚ ਹਾਜ਼ਰ ਹੋਇਆ ਕਿ ਅਸੀਂ ਇੱਕ ਨਵਾਂ ਚੈਨਲ ਕ੍ਰੀਏਟ ਕੀਤਾ ਹੈ ਕੁਦਰਤ ਕਲਿੱਪਸ ਕਰਤੀ ਉਸ ਦਾ ਲਿੰਕ ਜਿਹੜਾ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਹਾਂ ਤੁਸੀਂ ਉਸ ਚੈਨਲ ਨੂੰ ਅੱਜ ਹੀ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਵੱਡੇ ਪੋਡਕਾਸਟ ਦੇ ਵਿੱਚੋਂ ਕੁਝ ਛੋਟੀ ਛੋਟੀਆਂ ਤੇ ਬੜੀਆਂ ਘੈਂਟ ਘੈਂਟ ਜੀਆਂ ਵੀਡੀਓਜ਼ ਤੇ ਕਲਿੱਪਸ ਅਸੀਂ ਕੱਟ ਕੇ ਉਸ ਚੈਨਲ ਤੇ ਅਪਲੋਡ ਕਰ ਰਹੇ ਹਾਂ ਤੁਸੀਂ ਉਸ ਚੈਨਲ ਨੂੰ ਵੀ ਇੰਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਇਸ ਚੈ ਬਾਕੀ ਤੁਹਾਡੀ ਵੀਡੀਓ ਤੁਹਾਡਾ ਪੋਡਕਾਸਟ ਤੁਹਾਡੇ ਵਿੱਚ ਹਾਜ਼ਰ ਹੈ ਆਓ ਵੇਖੀਏ ਭਾਵੇਂ ਆਪਾਂ ਗੱਲ ਕਰ ਲੈਨੇ ਆ ਬਹੁਤ ਹਾਲਾਂਕਿ ਇਸ ਜਿਹੜੀ ਸਾਡੀ ਫਿਲਮ ਹੈ ਇਹਦੇ ਵਿੱਚ ਹੁਣ ਬਈ ਟੌਪਿਕ ਕੀ ਆ ਇਹਦੇ ਵਿੱਚ ਟੌਪਿਕ ਹੈਗਾ ਵੀ ਮੈਂ ਟੈਕਸੀ ਡਰਾਈਵਰ ਆ ਮਾਣੀਆਂ ਦਾ ਮੁੰਡਾ ਜੱਟਾਂ ਦੀ ਕੁੜੀ ਨਾਲ ਪਿਆਰ ਹੋ ਗਿਆ ਮੇਰੇ ਕੋਲ ਪੈਸੇ ਹੈ ਨਹੀਂ ਉਹਦੇ ਕੋਲ ਪੈਸੇ ਹੈਗੇ ਆ ਹੁਣ ਉਹਦਾ ਪਿਓ ਕਹਿੰਦਾ ਵੀ ਠੀਕ ਆ ਵੀ ਤੈਨੂੰ ਅੰਗਰੇਜ਼ੀ ਆਉਂਦੀ ਆ ਤੂੰ ਇੱਕ ਕੰਮ ਕਰ ਵੀ ਮੈਂ ਆਪਣੀ ਕੁੜੀ ਨਾਲ ਤੇਰਾ ਕੰਟਰੈਕਟ ਮੈਰੇਜ ਕਰਾਨਾ ਪਰ ਉੱਥੇ ਜਾ ਕੇ ਇਹਨੂੰ ਨਹੀਂ ਮਿਲਣਾ ਕੁੜੀ ਨੂੰ ਤੈਨੂੰ ਬਾਹਰ ਭੇਜ ਦੇ ਦਿੰਨੇ ਆ ਹੁਣ ਉਹ ਕੌਂਟਰੈਕਟ ਮੈਰਿਜ ਤੇ ਬਾਹਰ ਜਾਂਦੇ ਆ ਹੁਣ ਕੱਲ ਇਹ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕੱਲ ਮੈਨੂੰ ਜਦੋਂ ਆਪਾਂ ਉਹ ਕਰ ਰਹੇ ਸੀ ਪ੍ਰੈਸ ਕਾਨਫਰੰਸ ਬਹੁਤ ਲੋਕਾਂ ਨੇ ਸਵਾਲ ਪੁੱਛੇ ਵੀ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਬਾਹਰ ਆਪਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਬਹੁਤ ਲੋਕ ਰਿਵਰਸ ਮਾਈਗ੍ਰੇਸ਼ਨ ਕਰ ਰਹੇ ਨੇ ਨਹੀਂ ਕਰ ਰਹੇ ਕੀ ਚੀਜ਼ ਆਏਗੀ ਨੇ ਹੁਣ ਉਹਦੇ ਚ ਬਈ ਮੈਂ ਹੁਣ ਇਹੀ ਗੱਲ ਕਹਿ ਰਿਹਾ ਸੀ ਵੀ ਫੇਰ ਉਹੀ ਗੱਲ ਆ ਜਾਂਦੀ ਹੈ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਹੂੰ ਥੋੜਾ ਆਪਣਾ ਮੰਨਣਾ ਕੀ ਹੈ ਮੰਨਣਾ ਵੀ ਕੀ ਹੈ ਪਲੱਸ ਉਹ ਬੰਦੇ ਦੇ ਹਾਲਾਤ ਕੀ ਨੇ ਹਾਂ ਵਾਕੇ ਜੇ ਉਹਦਾ ਫਾਇਦਾ ਹੋ ਰਿਹਾ ਬਾਹਰ ਜਾ ਕੇ ਕਿਉਂ ਨਹੀਂ ਜਾਊਗਾ ਉਹ ਜਾਊਗਾ ਬਿਲਕੁਲ ਹਰ ਇੱਕ ਬੰਦਾ ਉੱਪਰ ਨੂੰ ਦੇਖਦਾ ਬਈ ਕੋਈ ਥੱਲੇ ਜਾਣਾ ਨਹੀਂ ਚਾਹੁੰਦਾ ਹਾਂ ਜਿਹੜਾ ਥੱਲੇ ਉੱਠਿਆ ਦੁਬਾਰਾ ਉੱਥੇ ਕਰੇ ਜਾਣਾ ਨਹੀਂ ਜਾਊਗਾ ਹੁਣ ਜੇ ਉਹ ਬਾਹਰ ਜਾਊਗਾ ਹੂੰ ਇੱਥੇ ਉਹਦੇ ਕੋਲ ਕੱਖ ਨਹੀਂ ਹੈਗਾ ਉੱਥੇ ਜਾ ਕੇ ਉਹਦੇ ਕੋਲ ਉਹਨੂੰ ਪਤਾ ਹੈ ਵੀ ਮੇਰੀ ਮਿਨੀਮਮ ਵੇਜ ਇੰਨੀ ਹੈ ਹੂੰ ਹਾਂ ਬਿਲਕੁਲ ਮਿਨਿਮਮ ਵੇਜ ਤੋਂ ਬਾਅਦ ਉਹਨੂੰ ਇਹ ਪਤਾ ਭਾਵੇਂ ਮੇਰਾ 14 ਡਾਲਰ ਘੰਟੇ ਦੇ ਕਮਾਉਣੇ ਆ 15 ਕਮਾਉਣੇ ਆ ਮੈਨੂੰ ਇਹ ਪਤਾ ਮੇਰਾ 100000 ਡਾਲਰ ਦਾ ਵੀ ਲਾਗਿਆ ਇਹਨਾਂ ਨੇ ਫ੍ਰੀਜ ਕਰਾ ਕੇ ਦੇਣਾ ਸੱਚ ਉਹ ਚੀਜ਼ ਹੈਗੀ ਆ ਨਾ ਬਈ ਮਤਲਬ ਇੱਥੇ ਆਪਣਾ ਥੋੜਾ ਪਰ ਜੇ ਮੈਂ ਹੁਣ ਉਹੀ ਗੱਲ ਆ ਜੀ ਇੰਡੀਵਿਜੂਅਲਸ ਦੀ ਗੱਲ ਆ ਗਈ ਮੈਂ ਹੁਣ ਕਦੇ ਨਹੀਂ ਜਾਊਂਗਾ ਵੀ ਮੈਂ ਸੈਟਲ ਹੋਵਾਂ ਬਾਹਰ ਜਾ ਕੇ ਹਾਲਾਂਕਿ ਮੇਰੀ ਵਾਈਫ ਸਿਟੀਜ਼ਨ ਹੈ ਥੋੜਾ ਮੰਨ ਨਹੀਂ ਵੈਸੇ ਬਾਹਰ ਤੋਂ ਮਤਲਬ ਉਦਾਂ ਹੁਣ ਉਦਾਂ ਚਲੋ ਗੇੜਾ ਗੂੜਾ ਲੱਗ ਜਾਂਦਾ ਪਰ ਉਦਾਂ ਮੈਨੂੰ ਮੈਨੂੰ ਜੇ ਮੈਂ ਬਾਹਰ ਵੀ ਹੋਵਾਂ ਨਾ ਕਿਤੇ ਸੱਤਵੇਂ ਅੱਠਵੇਂ ਦਿਨ ਮੇਰੇ ਹੌਲ ਪੈਣ ਲਾ ਜਣਾ ਵਾਪਸ ਜਾਣਾ ਚੱਲੀਏ ਵਾਪਸ ਯਾਰ ਮੇਰਾ ਜੀ ਉਰੇ ਲੱਗਦਾ ਪੰਜਾਬ ਚ ਹਾਂ ਪੰਜਾਬ ਦਾ ਫੇ ਪੰਜਾਬ ਆ ਬਈ ਹਮ ਇੱਥੇ ਦੀ ਚੀਜ਼ਾਂ ਤਾਂ ਚਾਹੇ ਉਹ ਮੈਂ ਨਾ ਕੱਲ ਰੀਸੈਂਟ ਪੋਡਕਾਸਟ ਕੀਤਾ ਸੀ ਸਾਡੇ ਇੱਕ ਮੇਰੇ ਮਿੱਤਰ ਹੀ ਸੀ ਉਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਸੀ ਹਮ ਉਹਨਾਂ ਨੇ ਵੀ ਜ਼ਿਕਰ ਕੀਤਾ ਉਹਨਾਂ ਨੂੰ ਵੀ 7-8 ਸਾਲ ਬਾਅਦ ਹੋ ਗਏ ਉਹ ਵੀ ਉੱਥੇ ਸਿਟੀਜ਼ਨ ਨੇ ਉਹ ਵੀ ਵਾਪਸ ਮੂਵ ਆਨ ਦੀ ਸੋਚ ਰਹੇ ਨੇ ਹੂੰ ਕਹਿੰਦੇ ਚਾਹੇ ਜਿਵੇਂ ਮਰਜ਼ੀ ਚਾਹੇ ਨਿਊਯਾਰਕ ਦੇ ਵਿੱਚ ਕਹਿੰਦੇ ਚੁੱਲਾ ਬਾਲ ਲਿਆ ਸਾਗ ਤਰਦੇ ਅਸੀਂ ਚੁੱਲੇ ਤੇ ਆ ਬਣਾਉਨੇ ਆ ਲੋੜੀਆਂ ਬਣਾਉਣ ਲੱਗੇ ਪਰ ਕਹਿੰਦਾ ਪੰਜਾਬ ਨਹੀਂ ਕਦੇ ਬਣ ਸਕਦਾ ਬਾਹਰ ਪੰਜਾਬ ਇੱਕੋ ਹੈ ਤੇ ਉਹਨਾਂ ਇੱਕੋ ਹੀ ਰਹਿਣਾ ਉਹ ਪੰਜਾਬ ਦਾ ਸਕੂਨ ਜੋ ਇੱਥੇ ਆ ਜੋ ਇੱਥੇ ਦੀਆਂ ਵੱਟਾਂ ਚ ਜੋ ਇੱਥੇ ਦੀਆਂ ਆਪਾਂ ਖੁੱਲ੍ਹੀਆਂ ਚ ਕਹਿੰਦੇ ਨੇ ਇੱਥੇ ਦੀਆਂ ਮੋਟਰਾਂ ਤੇ ਜਾ ਕੇ ਨਾ ਆਉਣ ਦਾ ਸੁਆਦ ਉਹ ਕੀ ਤੇ ਆ ਨਹੀਂ ਸਕਦਾ ਭਾਈ ਡੈਫੀਨੇਟਲੀ ਭਾਈ ਉਹ ਚੀਜ਼ ਦੇਖੋ ਉਹ ਚੀਜ਼ ਹੁਣ ਚਲੋ ਠੀਕ ਹੈ ਇਹ ਇਹ ਚੀਜ਼ ਤਾਂ ਹੈਗੀ ਹੈ ਇਹ ਪਹਿਲੂ ਤਾਂ ਹੈਗੇ ਨੇ ਪੰਜਾਬ ਦੇ ਹਨਾ ਹੁਣ ਆਪਾਂ ਤੁਹਾਡੇ ਜਾਂ ਮੇਰੀ ਮੇਰੀ ਗੱਲ ਕਰੀਏ ਆਪਾਂ ਹੁਣ ਆਪਾਂ ਤਾਂ ਫਿਰ ਵੀ ਸ਼ੈਰੀ ਲਾਈਫ ਵਾਲੇ ਆ ਜੀ ਬਿਲਕੁਲ ਬਿਲਕੁਲ ਬਟ ਹੁਣ ਤੇ ਉਥੇ ਜੇ ਆਪਾਂ ਸ਼ਹਿਰ ਤੋਂ ਸ਼ਹਿਰ ਲਾਈਫ ਕੰਪੇਅਰ ਕਰੀਏ ਉਹ ਤਾਂ ਚੱਲ ਪਿੰਡਾਂ ਵਾਲੀ ਚ ਤਾਂ ਸਕੂਨ ਹੈਗਾ ਹੀ ਹੈਨਾ ਉਹ ਤਾਂ ਕਿੱਡਾ ਕਿੱਡੇ ਸ਼ਹਿਰ ਨੇ ਹੈਨਾ ਕਿੱਡਾ ਖੱਡਾ ਉੱਥੇ ਵੀ ਕਿੰਨਾ ਫਰਕ ਹੈ ਕਿੰਨਾ ਫਰਕ ਹੈ ਬਟ ਫੇਰ ਵੀ ਇੱਥੇ ਹੀ ਜੀ ਲੱਗਦਾ ਹਮ ਮਤਲਬ ਪਰਸਨਲ ਮੇਰੀ ਮੇਰੀ ਗੱਲ ਹੈ ਇਹ ਹਮ ਮੇਰਾ ਫੇਰ ਵੀ ਇੱਥੇ ਲੱਗਦਾ ਜੀ ਪਤਾ ਨਹੀਂ ਗਿਆ ਅੱਛਾ ਭਾਈ ਅਹ ਛੋਟੀ ਜੀ ਆਪਾਂ ਬ੍ਰੇਕ ਵੀ ਲੈ ਲੈਨੇ ਕਿਉਂਕਿ ਜਿਹੜੇ ਦਰਸ਼ਕ ਸਰੋਤੇ ਆਪਾਂ ਨੂੰ ਸੁਣ ਰਹੇ ਹੀ ਨੇ ਤੁਸੀਂ ਕਿੱਥੋਂ ਬੈਠ ਕੇ ਸਾਡਾ ਇਹ ਪੋਡਕਾਸਟ ਸੁਣਿਆ ਆ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਜੀ ਬਾਈ ਪੁਖਰਾਜ ਵੀਰ ਉਹਨਾਂ ਨੂੰ ਪਿਆਰ ਕਰਨ ਵਾਲੇ ਜਸਵਿੰਦਰ ਭਾਜੀ ਉਹਨਾਂ ਨੂੰ ਪਿਆਰ ਕਰਨ ਵਾਲੇ ਹਰ ਇੱਕ ਬੰਦਾ ਕਮੈਂਟ ਜ਼ਰੂਰ ਕਰਿਓ ਬਾਕੀ ਤੁਹਾਨੂੰ ਵੀਰੇ ਦੀ ਸੀਰੀਜ਼ ਕਿੰਨੀ ਕ ਪਸੰਦ ਆਈ ਸੀ ਤੁਸੀਂ ਉਹ ਵੀ ਦੱਸ ਦਿਓ ਵੀਰੇ ਦੀ ਨਵੀਂ ਫਿਲਮ ਆ ਰਹੀ ਹੈ ਉਹ ਵੀ ਮੈਂਸ਼ਨ ਕਰਤੀ ਹੈ ਤੁਸੀਂ ਉਹ ਵੀ ਸਾਰਿਆਂ ਨੇ ਜਾ ਕੇ ਦੇਖ ਕੇ ਦਵਾ ਦਵ ਦੇਖ ਕੇ ਆਉਣੀ ਹੈ ਬਾਕੀ ਹਾਂ ਇੱਕ ਹੋਰ ਚੀਜ਼ ਇਧਰਲੇ ਪਾਸੇ ਸਬਸਕ੍ਰਾਈਬ ਬਟਨ ਹੈ ਇਧਰਲੇ ਪਾਸੇ ਬੈਲ ਆਈਕਨ ਹੈ ਉਹ ਵੀ ਦਬਾ ਦਿਓ ਬੇਨਤੀ ਹੋ ਜੂਗੀ ਉਹਦੇ ਨਾਲ ਇਹ ਹੋ ਜੂਗਾ ਕਿ ਮੈਨੂੰ ਥੋੜਾ ਜਿਹਾ ਹੌਸਲਾ ਮਿਲ ਜੂਗਾ ਵੀ ਜਿਹੜਾ ਅਸੀਂ ਆਹ ਤਾਮ ਮਾਜਾ ਮਾਜਾ ਲਾ ਕੇ ਬੈਠੇ ਆ ਨਾ ਚਾਰ ਜੇ ਕੈਮਰੇ ਲਾ ਕੇ ਤੇ ਅੱਜ ਕਰਨ ਲੱਗੇ ਅਸੀਂ ਪੌਡਕਾਸਟ ਤੇ ਇਹਦਾ ਨਾ ਫਿਰ ਥੋੜਾ ਇਹ ਨਾ ਹੰਗਾਰਾ ਜਿਹਾ ਮਿਲ ਜਾਂਦਾ ਹੈ ਕਹਿੰਦੇ ਵੀ ਸਾਨੂੰ ਖੁਦ ਨੂੰ ਖੁਸ਼ੀ ਜੀ ਹੁੰਦੀ ਹੈ ਕਹਿੰਦੇ ਕਲਾਕਾਰ ਨੂੰ ਤਾੜੀਆਂ ਦਿਆ ਹੀ ਬਸ ਚਾਹ ਹੁੰਦਾ ਵੀ ਸਾਨੂੰ ਮੈਂ ਮੜੀਆਂ ਜੀ ਤੁਸੀਂ ਜੇ ਤੁਸੀਂ ਉਹ ਕਮੈਂਟਾਂ ਦੇ ਵਿੱਚ ਤਾੜੀਆਂ ਦੇ ਦਿਓਗੇ ਤੇ ਸਾਨੂੰ ਐ ਹੋਊਗਾ ਵੀ ਯਾਰ ਅਸੀਂ ਹੋਰ ਵਧੀਆ ਕੰਟੈਂਟ ਕੱਢ 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 ਕੇ ਲੈ ਕੇ ਆਪਣੇ ਸਾਡੇ ਸਰੋਤਿਆਂ ਕੋਲ ਲੈ ਕੇ ਰੱਖੀਏ ਬਾਕੀ ਤੁਹਾਨੂੰ ਸਾਡੇ ਪੌਡਕਾਸਟ ਦੇ ਬੜੀ ਲੱਗੀ ਜੇ ਤੁਸੀਂ ਆਪਣੇ ਆਪ ਨਾਲ ਰਿਲੇਟ ਕਰ ਰਹੇ ਹੋ ਤਾਂ ਵੀ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਅੱਛਾ ਵੀਰੇ ਤੁਹਾਡੇ ਕੋਲ ਮੁੜ ਕੇ ਆਉਣੇ ਹੋਣ ਆਪ ਜੀ ਇੱਕ ਯਾਰੀ ਦੋਸਤੀ ਹੁੰਦੀ ਹੈ ਸਕੂਲ ਦੀ ਜੀ ਇੱਕ ਯਾਰ ਦੋਸਤ ਆਪ ਨੂੰ ਮਿਲਦੇ ਨੇ ਕਾਲਜ ਦੇ ਵਿੱਚ ਤੁਸੀਂ ਦੋਨੋਂ ਨੂੰ ਨਿਭਾਏ ਹਮ ਤੇ ਦੋਨੋਂ ਤੁਹਾਡੇ ਨਾਲ ਨੇ ਹਮ ਤੁਹਾਨੂੰ ਕੀ ਲੱਗਦਾ ਕਾਲਜ ਲਾਈਫ ਬੈਸਟ ਹੁੰਦੀ ਹੈ ਕਿ ਸਕੂਲ ਲਾਈਫ ਬੈਸਟ ਹੁੰਦੀ ਹੈ ਕੁਕੀ ਹਰਿਗੋ ਬੰਨ ਕਨੇਡਾ ਕਾਲਜ ਉਹ ਯਰ ਸਕੂਲ ਲਾਈਫ ਵਧੀਆ ਸੀ ਯਾਰ ਬਾਬੇ ਉਹ ਫਿਰ ਜਦ ਕਾਲਜ ਨਿਕਲੇ ਉਹ ਯਰ ਕਾਲਜ ਵਧੀਆ ਸੀ ਥੋੜਾ ਪਰਸਨਲ ਪੁਆਇੰਟ ਆਫ ਊ ਕੀ ਆ ਮੈਨੂੰ ਤਾਂ ਯੂਨੀਵਰਸਿਟੀ ਲਾਈਫ ਬਈ ਯੂਨੀਵਰਸਿਟੀ ਤਾਂ ਮਰੋ ਠੀਕ ਉਦਾਂ ਠੀਕ ਸੀਗੀ ਮਤਲਬ ਉਦਾਂ ਯਾਰੀ ਦੋਸਤੀ ਸੀਗੀ ਸਕੂਲ ਚ ਸਾਰਾ ਕੁਝ ਗੁੱਡ ਸੀਗਾ ਬੰਕ ਬੁੰਕ ਜੇ ਵੀ ਵੱਜ ਜਾਂਦੇ ਹੁੰਦੇ ਸੀ ਵਧੀਆ ਸੀ ਸਾਰਾ ਕੁਝ ਬਟ ਜਿੰਨਾ ਟਾਈਮ ਸਕੂਲ ਚ ਸੀ ਨਾ ਮੈਨੂੰ ਬਹੁਤ ਵਧੀਆ ਨਹੀਂ ਲੱਗਦਾ ਹੁੰਦਾ ਸੀ ਪਤਾ ਨਹੀਂ ਮੈਂ ਤੁਸੀਂ ਲਾ ਲਓ ਜਾਂ ਤਾਂ ਉਹ ਪਤਾ ਨਹੀਂ 7ਵੀਂ 8ਵੀਂ ਤੱਕ ਤਾਂ ਫੇਰ ਵੀ ਠੀਕ ਸੀ 9ਵੀਂ ਜੇ ਚ ਆ ਕੇ ਨਾ ਮੈਨੂੰ ਐ ਲੱਗਦਾ ਸੀਗਾ ਵੀ ਯਾਰ ਸਾਲਾ ਪ੍ਰੈਸ਼ਰ ਜਿਆ ਬਹੁਤ ਆ ਪੜਾਈ ਦਾ ਹੂੰ ਉਦੋਂ ਮੈਂ ਹੈਗਾ ਇਹੋ ਜਿਹਾ ਸੀਗਾ ਉੱਤ ਸੱਤ ਟਿਊਸ਼ਨਾਂ ਲਾਈਆਂ ਹੁੰਦੀਆਂ ਸੀ ਮੇਰੀਆਂ ਉਹ ਬੱਲੇ ਉਤੋਂ ਉਹਦਾ ਉਹਦਾ ਸਾਲਾ ਅੱਡ ਮਿਲੋ ਮੈਨੂੰ ਤਾਂ ਉਹ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਸਾਲਾ ਬੜਾ ਹਾਰਰ ਸੁਪਨਾ ਯਾਰ ਕੋਈ ਉਹ 9ਵੀਂ ਦਾ ਮੇਰੀ ਇੱਕ ਤਾਂ ਸਕੂਲ ਚੋਂ ਪੜ ਕੇ ਆਓ ਫੇਰ ਸੱਤ ਟਿਊਸ਼ਨਾਂ ਵੀ ਲਾਓ ਆ ਉਹ ਬੱਲੇ ਉਹ ਤਾਂ ਬਹੁਤ ਖਾਸੀ ਬਈ ਕੰਮ ਮੈਂ ਸ਼ੁਕਰ ਮਨਾਇਆ ਜੀ ਜਨਵਰੀ ਬੜਾ ਬਹੁਤ ਔਖਾ ਸੀ ਅੱਛਾ ਹੁਣ ਫਾਦਰ ਸਾਹਿਬ ਹੁਣੀ ਐਕਟਰ ਦੇ ਨਾਲ ਨਾਲ ਪਹਿਲਾਂ ਐਕਟਰ ਤੋਂ ਪਹਿਲਾਂ ਤਾਂ ਉਹ ਪ੍ਰੋਫੈਸਰ ਨੇ ਨਾ ਹੂੰ ਫਿਰ ਉਤੋਂ ਡਿਪਾਰਟਮੈਂਟਲ ਹੈੱਡ ਆਪਣੇ ਉਤੇ ਐਕਸਟੈਂਸ਼ਨ ਡਿਪਾਰਟਮੈਂਟ ਦੇ ਹੂੰ ਮੰਮਾ ਮੇਰੇ ਫਾਈਨ ਆਰਟਸ ਦੀ ਟੀਚਰ ਮੇਰੇ ਸਕੂਲ 'ਚ ਮੇਰੇ ਬਿਨਾ ਦੱਸਣ ਤੋਂ ਪਹਿਲਾਂ ਮੇਰੇ ਮਤਲਬ ਮੈਂ ਦੱਸਦਾ ਨਹੀਂ ਸੀਗਾ ਵੀ ਕੋਈ ਆਪਣੇ ਪੀਟੀਐਮ ਆ ਜਾਂ ਕੁਝ ਵੀ ਆ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਮੇਰੇ ਸਕੂਲ 'ਚ ਸੀਗੇ ਉਹ ਨੁਕਸਾਨ ਕਿੰਨਾ ਕੁ ਹੋਇਆ ਤੁਹਾਨੂੰ ਬਹੁਤ ਜ਼ਿਆਦਾ ਹੂੰ ਪਰ ਯੂਨੀਵਰਸਿਟੀ ਲਾਈਫ ਮੇਰੀ ਬਹੁਤ ਵਧੀਆ ਰਹੀ ਹੈ ਬਹੁਤ ਜ਼ਿਆਦਾ ਵਧੀਆ ਰਹੀ ਹੈ ਕਿਉਂਕਿ ਯੂਨੀਵਰਸਿਟੀ ਲਾਈਫ ਦੇ ਵਿੱਚ ਕੱਲੀ ਐਸ਼ ਨਹੀਂ ਸੀ ਸਾਡੀ ਯੂਨੀਵਰਸਿਟੀ ਲਾਈਫ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਨੂੰ ਜਨਮ ਦਿੱਤਾ ਯਾਰ ਜਿਗਰੀ ਨੂੰ ਉਹ ਉਹ ਬਣਾਉਣ ਲੱਗਿਆ ਜੋ ਸੁਆਦ ਆਇਆ ਮਤਲਬ ਉਹ ਸਾਡੀਆਂ ਉਸ ਟਾਈਮ 22 23 ਘੰਟੇ ਦੀਆਂ ਸ਼ਿਫਟਾਂ ਹੁੰਦੀਆਂ ਸੀ ਇੱਕ ਵਾਰ ਦੀਆਂ ਬਈ 22 23 ਘੰਟੇ ਲਗਾਤਾਰ ਸਾਡਾ ਦੋਸਤ ਮਨੀ ਲੁਬਾਣਾ ਉਹ ਹੁਣ ਆਸਟ੍ਰੇਲੀਆ ਹੋ ਗਿਆ ਹੂੰ ਹੋ ਗਿਆ ਨਾ ਯਾਰਾਂ ਚੋਂ ਇੱਕ ਆ ਹੂੰ ਤੇ ਆਇਆ ਹੋਇਆ ਸੀ ਹੁਣ ਕੱਲ ਹੀ ਗਿਆ ਵਾਪਸ ਤੇ ਉਹ ਉਹਦਾ ਜਿਹੜਾ ਬਾਈ ਸਾਡਾ ਉਹ ਦਿਖਾਇਆ ਨਾ ਪੀਜੀ ਦਿਖਾਇਆ ਫੌਜੀ ਵਾਲਾ ਉਹਦਾ ਘਰ ਆ ਉਹ ਅੱਛਾ ਉਹਨਾਂ ਦਾ ਆਪਣਾ ਘਰ ਹੈ ਮਨੀ ਦਾ ਘਰ ਆ ਉਹ ਮੇਰੇ ਦੋਸਤ ਦਾ ਅੱਛਾ ਤਾਂ ਉਹਦਾ ਜਿਹੜਾ ਉੱਪਰਲਾ ਪੋਰਸ਼ਨ ਉਹ ਅਸੀਂ ਪੀਜੀ ਦਿਖਾਇਆ ਹੋਇਆ ਸੀ ਉਹਦਾ ਫੌਜੀ ਦਾ ਜਿੱਥੇ ਸ਼ੂਟ ਕੀਤਾ ਉਹ ਤਾਂ ਹੁਣ ਉਦੋਂ ਮਨੀ ਨੇ ਬਾਹਰ ਵੀ ਜਾਣਾ ਸੀ ਸਾਰੇ ਟੱਬਰ ਨੇ ਬਾਹਰ ਜਾਣਾ ਸੀ ਸਾਨੂੰ ਥੋੜਾ ਜਿਹਾ ਉਹ ਸੀਗਾ ਵੀ ਯਾਰ ਸ਼ੂਟ ਵੀ ਅਸੀਂ ਨਵੇੜਨਾ ਛੇਤੀ ਕਿਉਂਕਿ ਇਹਨਾਂ ਨੇ ਬਾਹਰ ਜਾਣਾ ਸਾਰੇ ਟੱਬਰ ਨੇ ਜਾਣਾ ਸੀਗਾ ਫਿਰ ਉਦੋਂ ਅਸੀਂ ਕਾਫੀ ਖਿੱਚਦੇ ਹੁੰਦੇ ਸੀਗਾ ਲਗਾਤਾਰ ਬਾਈ ਬਾਈ ਘੰਟੇ ਕਿਉਂਕਿ ਫਿਰ ਐ ਹੁੰਦਾ ਸੀ ਨਾ ਵੀ ਜਿਵੇਂ ਇੱਕ ਸੀਜ਼ਨ ਇੱਕ ਸੀਜ਼ਨ ਦੇ ਜਿੰਨੇ ਪੀਜੀ ਵਾਲੇ ਸੀ ਇਹਨੇ ਸਾਰੇ ਨਵੇੜੋ ਇੱਕ ਵਾਰਚ ਇੱਕ ਵਾਰ ਚ ਨਹੀਂ ਮਤਲਬ ਜਿੰਨੇ ਇੱਕ ਸ਼ਿਫਟ ਚ ਨਿਭਾ ਸਕਦੇ ਹਾਂ ਨਿਭੜ ਸਕਦੇ ਹਾਂ ਕਿਉਂਕਿ ਸਾਡੇ ਫਿਰ ਕੈਰੈਕਟਰਸ ਬਹੁਤ ਸੀ ਨਾ ਉਹਦੇ ਚ ਇੱਕ ਸੀਨ ਦੇ ਵਿੱਚ 6 6 7 7 ਤੱਕ ਕੈਰੈਕਟਰ ਹੁੰਦੇ ਸੀਗੇ ਸੱਚ ਐ ਫਿਰ ਸਾਰਿਆਂ ਦੇ ਆਪੋ ਆਪਣੇ ਡਾਇਲੋਗ ਸਾਰਿਆਂ ਦੇ ਆਪੋ ਆਪਣੇ ਕਲੋਜ਼ ਆਪੋ ਆਪਣੇ ਮਾਸਟਰ ਮਿਡ ਸ਼ਾਟ ਸਾਰਿਆਂ ਦੇ ਓ ਐਸ ਸਾਰਿਆਂ ਦੇ ਉਹ ਫਿਰ ਟਾਈਮ ਤਾਂ ਲੱਗਦਾ ਸੀ ਨਾ ਉਸ ਚੀਜ਼ ਨੂੰ ਸੱਚ ਅੱਛਾ ਹੁਣ 3 ਦਾ ਹੈਗਾ ਪਲਾਨ ਉਸ ਤੋਂ ਬਾਅਦ ਕਾਫੀ ਲੋਕ ਕੀ ਹੁਣ ਕੱਲ ਪਰਸੋਂ ਮੈਂ ਲਾਈਵ ਹੋ ਰਿਹਾ ਸੀਗਾ ਉਦੋਂ ਵੀ ਬਹੁਤ ਲੋਕਾਂ ਦੇ ਸਵਾਲ ਇਹੀ ਸੀ ਕਿ ਵੀ 3 ਦਾ ਕੀ ਪਲਾਨ ਆ ਕੁਛ ਤਾਂ ਚੱਲ ਰਹੀ ਆ ਗੱਲਬਾਤ ਬਈ ਤੁਰਪੀ ਤੂੰ ਕੁਛ ਤਾਂ ਤੁਰ ਰਹੀ ਆ ਉਹ ਕੋਈ ਪੋਜ਼ਿਟਿਵ ਜੀ ਕਿਰਨ ਆਪਾਂ ਦੇ ਦਈਏ ਵੀ ਹੋ ਸਕਦੀ ਆ ਕੁਛ ਤਾਂ ਹੈ ਜਿਹੜੀ ਤੁਰ ਰਹੀ ਆ ਗੱਲ ਉਹ ਜ਼ਰੂਰ ਆਪਾਂ ਥੋੜੇ ਟਾਈਮ ਤੱਕ ਰਿਵੀਲ ਕਰਾਂਗੇ ਕੁਛ ਨਾ ਕੁਛ ਤਾਂ ਵਾਹ ਕੁਛ ਤਾਂ ਹੈ ਇਹ ਬੰਦ ਹੋਣ ਹੋਣ ਦਾ ਕਾਰਨ ਕੀ ਰਿਹਾ ਬਈ ਯਾਰ ਕਿਉਂਕਿ ਮੈਂ ਬੰਦ ਬੰਦ ਹੋਣ ਦਾ ਏਡਾ ਗੈਪ ਹਾਂ ਗੈਪ ਜ਼ਰੂਰ ਕਹਿ ਸਕਦੇ ਬੰਦ ਨਹੀਂ ਹੋਇਆ ਉਹ ਉਹਦਾ ਕੀ ਸੀਗਾ ਜੀ ਇਹ ਦਰਸਲ ਦੋ ਸੀਜ਼ਨਸ ਸਾਡੇ ਹੋ ਚੁੱਕੇ ਸੀਗੇ ਇਵਨ ਸਾਡਾ ਜਿਹੜਾ ਤੀਜਾ ਸੀਜ਼ਨ ਸੀ ਹੂੰ ਉਹਦਾ 20 30% ਸ਼ੂਟ ਅਸੀਂ ਸੈਕੰਡ ਸੀਜ਼ਨ ਦੇ ਨਾਲ ਹੀ ਕਰ ਲਿਆ ਸੀ 20 30% ਤੀਜੇ ਸੀਜ਼ਨ ਦਾ ਵੀ ਹੋਇਆ ਹੋਇਆ ਸ਼ੂਟ ਓਕੇ ਆਲਰੇਡੀ ਓਕੇ ਬਟ ਉਹਦੇ ਚ ਕੀ ਸੀਗਾ ਉਦੋਂ ਬਾਅਦ ਡੇਟਾਂ ਦਾ ਇੱਕ ਤਾਂ ਚੱਕਰ ਆਇਆ ਬਹੁਤ ਸਾਰਿਆਂ ਦੀ ਜਦੋਂ ਇੱਕ ਜਣਾ ਪੀਂਦਾ ਦੂਜਾ ਨਹੀਂ ਫ੍ਰੀ ਹੁੰਦਾ ਤੀਜਾ ਨਹੀਂ ਫ੍ਰੀ ਹੁੰਦਾ ਫਿਰ ਰੈਬੀ ਨੇ ਤੀਜੀ ਵੀ ਸ਼ੁਰੂ ਕਰਨੀ ਸੀ ਵਿੱਚ ਯਾਰ ਚੱਲੇ ਬਾਅਦ ਵੀ ਸ਼ੁਰੂ ਕਰਨੀ ਸੀ ਹੈਨਾ ਉਹ ਬਹੁਤ ਵਧੀਆ ਗਈ ਆ ਉਹ ਤਾਂ ਹੁਣ ਜਿਹੜੀਆਂ ਬਾਕੀ ਦੀਆਂ ਫਿਰ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਹੁਣ ਜੇ ਅਸੀਂ ਸੋਚਦੇ ਆਂ ਵੀ ਇਹਨੂੰ ਹੋਰ ਵੱਡਾ ਕਰੀਏ ਜਿਵੇਂ ਪਹਿਲੀ ਦੇ ਵਿੱਚ ਬਜਟ ਘੱਟ ਸੀ ਦੂਜੇ ਦੇ ਵਿੱਚ ਅਸੀਂ ਵੱਡਾ ਕੀਤਾ ਉਹ ਦੇਖਿਆ ਵੀ ਹੈਨਾ ਭਾਵੇਂ ਕੁਆਲਿਟੀ ਦੀ ਗੱਲ ਹੋਵੇ ਭਾਵੇਂ ਕੈਮਰਾਜ਼ ਦੀ ਗੱਲ ਹੋਵੇ ਹਰੇਕ ਚੀਜ਼ ਉਹਦੇ ਚ ਅਪਗ੍ਰੇਡ ਕੀਤੀ ਹੁਣ ਜੇ ਸੀਜ਼ਨ 2 ਤੋਂ ਸੀਜ਼ਨ 3 ਦੇ ਵਿੱਚ ਅਪਗ੍ਰੇਡ ਕਰਨੀ ਆ ਉਹਦੇ ਲਈ ਅਸੀਂ ਇੱਕੋ ਦਮ ਅਸੀਂ ਛਾਲ ਮਾਰਨ ਵਾਲਾ ਅਪਗ੍ਰੇਡ ਸੋਚ ਰਹੇ ਹਾਂ ਓਕੇ ਉਹਦੇ ਚ ਛੋਟਾ ਅਪਗ੍ਰੇਡ ਸੀ ਸੀਜ਼ਨ 1 ਸੀਜ਼ਨ 2 ਚ ਇਹਦੇ ਚ ਇੱਕੋ ਦਮ ਵੱਡਾ ਅਪਗ੍ਰੇਡ ਆ ਪ੍ਰੋਫੈਸ਼ਨਲੀ ਹਾਂ ਪ੍ਰੋਫੈਸ਼ਨਲੀ ਤਾਂ ਇਸ ਕਰਕੇ ਉਸ ਚੀਜ਼ ਨੂੰ ਤਾਂ ਵੀ ਟਾਈਮ ਲੱਗ ਰਿਹਾ ਤੇ ਬਟ ਬੰਦ ਨਹੀਂ ਹੋਇਆ ਅੱਛਾ ਜਿਹੜੇ ਲੋਕ ਜਿਹੜੇ ਕਿਰਦਾਰ ਸੀ ਬਾਹਰ ਚਲ ਗਏ ਸੀ ਕਈ ਹੂੰ ਉਹ ਉਹ ਫਿਰ ਹੁਣ ਉਹੀ ਕਿਰਦਾਰ ਆਉਣਗੇ ਕਿ ਨਾ ਨਾ ਉਹ ਉਹ ਕਿਰਦਾਰ ਸੇਮ ਰਹਿਣਗੇ ਕਿਰਦਾਰ ਸੇਮ ਨੇ ਸਟਾਰ ਪਲਸ ਨਹੀਂ ਆ ਬਈ ਇਹ 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 ਬੰਦਾ ਤੇ ਨਹੀਂ ਕਰਦਾ ਹਾਂ ਨਹੀਂ 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 ਕਿਰਦਾਰ ਸੇਮ ਰਹਿਣਗੇ ਕੀ ਬਾਤ ਹੈ ਕਿਉਂਕਿ ਲੋਕ ਜੁੜੇ ਵੀ ਉਸੇ ਕਿਰਦਾਰਾਂ ਨਾਲ ਨੇ ਤੇ ਉਹਨਾਂ ਨੂੰ ਦੇਖਣਾ ਹੀ ਪਸੰਦ ਕਰਦੇ ਉਹ ਉਹੀ ਰਹਿਣਗੇ ਤੁਸੀਂ ਕੋਈ ਵੀ ਇੱਕ ਵੀ ਕਰੈਕਟਰ ਭਾਵੇਂ ਜਿਹਨੇ ਛੋਟਾ ਜਿਹਾ ਵੀ ਕਰੈਕਟਰ ਕੀਤਾ ਹੋਵੇ ਤੁਸੀਂ ਉਹ ਚੇਂਜ ਕਰ ਦੋਗੇ ਉਹਦੇ ਘਰ ਉਹਦੇ ਨਾਲ ਵੀ ਫਰਕ ਪੈਂਦਾ ਹੂੰ ਹੂੰ ਸਾਰੀ ਚੀਜ਼ੀ ਚੇਂਜ ਹੋ ਜਾਂਦੀ ਬਈ ਅੱਛਾ ਤੁਹਾਨੂੰ ਮੋਹਾਲੀ ਦੀ ਲਾਈਫ ਕਿਸ ਤਰੀਕੇ ਦੀ ਲੱਗੀ ਕਿਉਂਕਿ ਮੋਹਾਲੀ ਹੁਣ ਹੱਬ ਹੈ ਤੁਸੀਂ ਵੀ ਇੱਥੇ ਮੂਵ ਕਰ ਗਏ ਆਪਣੀ ਫੈਮਿਲੀ ਦੇ ਨਾਲ ਆ ਤੁਸੀਂ ਚਲੋ ਤੁਹਾਡਾ ਕੰਮ ਸੀਗਾ ਤੁਸੀਂ ਇੱਥੇ ਮੂਵ ਕੀਤਾ ਪਰ ਵੈਸੇ ਤੁਹਾਨੂੰ ਮੋਹਾਲੀ ਦਾ ਮਾਹੌਲ ਕਿਦਾਂ ਲੱਗਿਆ ਲੁਧਿਆਣੇ ਦੇ ਕੰਪੈਰੀਟਿਵ ਐਕਚੁਅਲੀ ਬਾਈ ਜੀ ਪਹਿਲਾਂ ਵੀ ਪਹਿਲਾਂ ਇਦਾਂ ਹੁੰਦਾ ਸੀਗਾ ਵੀ ਹਫਤੇ ਚ ਚਾਰ ਗੇੜੇ ਤਾਂ ਪੱਕੇ ਹੀ ਹੁੰਦੇ ਸੀਗੇ ਮੋਹਾਲੀ ਦੇ ਚੰਡੀਗੜ੍ਹ ਦੇ ਸ਼ੂਟਿੰਗ ਜਿੰਨੀਆਂ ਫਿਲਮਾਂ ਦੀਆਂ ਚੱਲਦੀਆਂ ਹੁੰਦੀਆਂ ਸੀ ਇੱਥੇ ਹੀ ਨੇ ਸਾਰੀਆਂ ਹੂੰ ਹੂੰ ਤੇ ਮੀਟਿੰਗ ਸਾਰੀਆਂ ਇੱਥੇ ਹਾਂ ਉਦੋਂ ਅਸੀਂ ਐਸ਼ ਪ੍ਰਸਤੀ ਜ਼ਿਆਦਾ ਕਰਦੇ ਹੁੰਦੇ ਸੀਗੇ ਕਿਉਂਕਿ ਉਦੋਂ ਐ ਹੁੰਦਾ ਸੀ ਵੀ ਚਲੋ ਚੰਡੀਗੜ੍ਹ ਜਾਣਾ ਸ਼ੂਟ ਵੀ ਆ ਕਰ ਤੋਂ ਬਾਅਦ ਜਾ ਕੇ ਕੰਪਰਾਂਵਾਂ ਨੇ ਨਾਲੇ ਮੜਾ ਮੋਟਾ ਜਾਇਆ ਵਾਂ ਕਲੱਬ ਕਲੱਬ ਜਾਵਾਂਗੇ ਉਦੋਂ ਫਿਰ ਥੋੜੇ ਹੋਰ ਜਵਾਨ ਹੁੰਦੇ ਸੀ ਆਏ ਹਾਏ ਤੇ ਹੁਣ ਇਦਾਂ ਆ ਹੁਣ ਜ਼ਿਆਦਾਤਰ ਅਸੀਂ ਕੀ ਕਰਦੇ ਹੁੰਨੇ ਆ ਮੋਸਟਲੀ ਘਰੇ ਹੁੰਨੇ ਆ ਜਦੋਂ ਫ੍ਰੀ ਹੁੰਨੇ ਆ ਉਦੋਂ ਘਰੇ ਅਸੀਂ ਰਾਤ ਨੂੰ ਜਾਂ ਸ਼ਾਮ ਤੋਂ ਬਾਅਦ ਜਦੋਂ ਥੋੜਾ ਢਲ ਜੇ ਜਾਂਦਾ ਦਿਨ ਤੇ ਪਲੱਸ ਥੋੜਾ ਜਿਹਾ ਹਨੇਰਾ ਜਿਹਾ ਹੋ ਜਾਂਦਾ ਉਦੋਂ ਫਿਰ ਅਸੀਂ ਨਿਕਲਦੇ ਹੁੰਨੇ ਆ ਖਾਣ ਪੀਣ ਲਈ ਕੁਝ ਜਾਂ ਕੁਝ ਬਾਹਰ ਵੀ ਜਿਹੜਾ ਗੱਡੀ 'ਚ ਆ ਜਾਏ ਕੰਮ ਓਕੇ ਵੀ ਬਾਹਰ ਨਾ ਉਤਰਨਾ ਪਵੇ ਅੱਛਾ ਵੀ ਉਹ ਐ ਨਹੀਂ ਵੀ ਬਾਹਰ ਉਤਰਨਾ ਨਹੀਂ ਹੈਗਾ ਪਰ ਉਦਾਂ ਹੀ ਮਤਲਬ ਮੈਨੂੰ ਕੰਫਰਟੇਬਲ ਜਿਹਾ ਲੱਗਦਾ ਉਹ ਵੀ ਗੱਡੀ 'ਚ ਬੈਠੀ ਰਹਿਣਾ ਹਾਂ ਹੂੰ ਤੇ ਲਾਈਫ ਤਾਂ ਬਹੁਤ ਵਧੀਆ ਹੋ ਰਹੀ ਇੱਥੇ ਮਤਲਬ ਹਰ ਅੱਜਕੱਲ ਦਾ ਤੁਹਾਨੂੰ ਹਰ ਭਾਂਦ ਭਾਂਦ ਦਾ ਬੰਦਾ ਮਿਲਦਾ ਹੋਰ ਪੰਜਾਬ ਦੇ ਹਰ ਕੋਨੇ 'ਚੋਂ ਏਵਨ ਪੰਜਾਬ ਵੀ ਛੱਡੋ ਹੁਣ ਤਾਂ ਇੰਡੀਆ ਦੇ ਹਰ ਇੱਕ ਕੋਨੇ 'ਚ ਇੰਡੀਆ ਦੇ ਹਰ ਇੱਕ ਕੋਨੇ 'ਚ ਆ ਕਿਉਂਕਿ ਬਹੁਤ ਹੱਦ ਤੱਕ ਆਪਣਾ ਆਈਟੀ ਸੈਕਟਰ ਬਹੁਤ ਡਵੈਲਪ ਹੋਇਆ ਹੋਰ ਹੈ ਬਿਲਕੁਲ ਤਰੱਕੀ ਬਹੁਤ ਕੀਤੀ ਮਾੜੀ ਨੇ ਅੱਛਾ ਤੁਹਾਨੂੰ ਜਿਵੇਂ ਮੋਹਾਲੀ ਦੇ ਵਿੱਚ ਹੁਣ ਜੋ ਆਪਾਂ ਦੇਖ ਰਹੇ ਹਾਂ ਵੀ ਇੱਥੇ ਸਾਰੇ ਕੰਮ ਕਰ ਰਹੇ ਨੇ ਜੀ ਬੜੇ ਕੰਮ ਚੱਲ ਰਿਹਾ ਹੂੰ ਤੁਹਾਨੂੰ ਅਗਰ ਇਸ ਫੀਲਡ ਤੋਂ ਹਟ ਕੇ ਕੋਈ ਕੰਮ ਕਰਨ ਨੂੰ ਦਿੱਤਾ ਜਾਵੇ ਜਾਂ ਪੁਖਰਾਜ ਤੋਂ ਐਕਟਿੰਗ ਖੋਲ ਹੀ ਜਾਵੇ ਹੂੰ ਤਫੇ ਪੁਖਰਾਜ ਕੀ ਕਰੂਗਾ ਮੇਰੇ ਹਿਸਾਬ ਨਾਲ ਫਿਲਮ ਮੇਕਿੰਗ ਚੀ ਕਰੂਗਾ ਕੁਛ ਇਹ ਦੂ ਇਹ ਫੀਲਡ ਤੋਂ ਬਾਹਰ ਨਹੀਂ ਹੈ ਗੈਸ ਕੁਛ ਕਰਦਾ ਦਾ ਸਕ੍ਰਿਪਟ ਰਾਈਟਿੰਗ ਕਰ ਲੂਗਾ ਕਿਉਂਕਿ ਉਹ ਮੈਂ ਨਾਲ ਨਾਲ ਕਰਦਾ ਵੀ ਆ ਅੱਛਾ ਕਿਉਂਕਿ ਜਿੰਨੇ ਵੀ ਮੈਂ ਮੋਸਟਲੀ ਟਰਾਈ ਕਰਦਾ ਹੁੰਦਾ ਇੱਕ ਤਾਂ ਇੰਪਰੋਵਾਈਜ਼ੇਸ਼ਨ ਦਾ ਚਲੋ ਕਰਦੀ ਕਰਦੇ ਆ ਬਟ ਮੈਂ ਟਰਾਈ ਕਰਦਾ ਹੁੰਦਾ ਵੀ ਜਿਹੜਾ ਸੀਨਸ ਮੈਂ ਨਿਭਾਉਣੇ ਨੇ ਯਾ ਉਈ ਸੀਨズ ਵੀ ਉਹਦੇ ਵਿੱਚ ਆਪਾਂ ਐਡੀਸ਼ਨ ਹੋਰ ਕੀ ਕਰ ਸਕਦੇ ਆ ਤਾਂ ਮੈਂ ਟਰਾਈ ਮੇਰੀ ਇਹੀ ਹੁੰਦੀ ਆ ਵੀ ਮੈਂ ਸ਼ੂਟ ਤੋਂ ਹਫਤਾ 10 ਦਿਨ ਪਹਿਲਾਂ ਸਕ੍ਰਿਪਟ ਮੰਗਾ ਲਾਂ ਸਾਰੀ ਓਕੇ ਤਾਂ ਵੀ ਤੁਸੀਂ ਆਪਣੇ ਮਾਈਂਡ ਚ ਸਾਰਾ ਗੋ ਥਰੂ ਹੋ ਕੇ ਗੋ ਥਰੂ ਇੱਕ ਵਾਰੀ ਤਾਂ ਚਲੋ ਇੱਕ ਦੋ ਵਾਰੀ ਤਾਂ ਪੜ੍ਹ ਲਓ ਸਾਰੀ ਹੂੰ ਪੜ੍ਹ ਕੇ ਕੀ ਹੁੰਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਤਾਂ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਐ ਇਸ ਤੋਂ ਬਾਅਦ ਕਿੱਥੇ ਗਿਆ ਫਿਰ ਕਿੱਥੇ ਗਿਆ ਕੈਰੈਕਟਰ ਹੈ ਨਾ ਉਹ ਸਾਰੀਆਂ ਚੀਜ਼ਾਂ ਕਿੱਥੇ ਚੱਲ ਰਹੀਆਂ ਨੇ ਫਿਰ ਪਲੱਸ ਤੁਸੀਂ ਉਹ ਚੀਜ਼ ਉਹ ਸਾਰੇ ਸੀਨ ਨੂੰ ਚੇਂਜ ਕਰਨਾ ਉਹ ਚੀਜ਼ ਮਤਲਬ ਤੁਹਾਡੇ ਲਈ ਈਜ਼ੀ ਹੋ ਜਾਂਦੀ ਹੈ ਵੀ ਤੁਸੀਂ ਫਿਰ ਤੁਹਾਨੂੰ ਪਤਾ ਹੁੰਦਾ ਵੀ ਜੇ ਮੈਂ ਸੀਨ ਨੰਬਰ 13 A ਦੇ ਵਿੱਚ ਕੁਝ ਚੇਂਜ ਕਰ ਰਿਹਾ ਆ ਉਹਦਾ ਇਫੈਕਟ 62 B ਦੇ ਵਿੱਚ ਤਾਂ ਨਹੀਂ ਪਊਗਾ ਜਾ ਕੇ ਕਿਉਂਕਿ ਤੁਸੀਂ ਦੋ ਵਾਰੀ ਪੜ੍ਹੀ ਹੋਈ ਹੈ ਸਕ੍ਰਿਪਟ ਪਹਿਲਾਂ ਇਹ ਜੇ ਇਹ ਚੀਜ਼ ਹੁੰਦੀ ਹੈ ਨਾ ਤੁਸੀਂ ਪਿੱਛੇ ਚੇਂਜ ਕਰ ਦਿੰਨੇ ਹੋ ਵੀ ਹਾਂ ਯਾਰ ਆ ਵਧੀਆ ਲੱਗ ਰਿਹਾ ਔਰ ਪਰ ਉਹ ਅੱਗੇ ਚੀਜ਼ ਕੌਂਟਰਡਿਕਟ ਹੋ ਰਹੀ ਹੁੰਦੀ ਹੈ ਹੋ ਰਹੀ ਹੁੰਦੀ ਹੈ ਸੋ ਜਦ ਤੁਸੀਂ ਦੋ ਚਾਰ ਵਾਰੀ ਪੜ ਲੈਂਦੇ ਹੋ ਫਿਰ ਤੁਹਾਨੂੰ ਪ੍ਰੋਪਰ ਪਲੱਸ ਮਾਈਨਸ ਪਤਾ ਲੱਗ ਜਾਂਦੇ ਆ ਸਕ੍ਰਿਪਟ ਦਾ ਅੱਛਾ ਤੁਹਾਨੂੰ ਜਿਵੇਂ ਤੁਸੀਂ ਹੁਣ ਬਈ 12 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਹੋ ਤੁਹਾਨੂੰ ਹੁਣ ਤੱਕ ਤੁਹਾਨੂੰ ਕੰਪੀਟੀਸ਼ਨ ਦੇਣ ਵਾਲੀ ਇਸ ਕਿਹੜੀ ਲੱਗੀ ਵੀ ਜਦੋਂ ਪੁਖਰਾਜ ਤੂੰ ਆਹ ਕੰਮ ਕਰੇਗਾ ਨਾ ਉਸ ਦਿਨ ਮੈਂ ਆਪਣੇ ਆਪ ਨੂੰ ਮੰਨੂਗਾ ਵੀ ਤੂੰ ਕੋਈ ਕੰਮ ਕਰ ਲਿਆ ਭਾਈ ਜਿਹੜੇ ਸਬਜੈਕਟ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਮੈਂ ਚੋਣਾ ਕਰਨਾ ਗ੍ਰੇ ਸੀਨਸ ਹਾਂ ਗ੍ਰੇ ਵਾਲੇ ਹੋਗੇ ਜਾਂ ਥ੍ਰਿਲਰ ਹੋਗੇ ਉਹ ਹਾਲਾਂਕਿ ਇੱਕ ਦੋ ਕੀਤੀਆਂ ਨੇ ਮੈਂ ਬਟ ਜਦੋਂ ਮੈਂ ਉਹ ਉਹ ਮੇਰੇ ਪ੍ਰੋਪਰ ਜਿੱਦਾਂ ਦੇ ਮੈਂ ਚੋਣਾ ਨਿਭਾਉਣੇ ਤੇ ਉਹ ਨਿਭਾ ਕੇ ਮੈਂ ਪ੍ਰੋਪਰ ਹਰ ਚੀਜ਼ ਬੀਜੀਐਮ ਤੋਂ ਲੈ ਕੇ ਕਲਰ ਗ੍ਰੇਡ ਤੋਂ ਲੈ ਕੇ ਹਰ ਚੀਜ਼ ਜਦੋਂ ਉਦਾਂ ਦੇ ਉਦਾਂ ਦਾ ਸਿਨੇਮਾ ਮੈਂ ਦੇਣ ਲੱਗ ਜਾਊਗਾ ਤੇ ਉਹ ਅਕਸੈਪਟੈਂਸ ਉਹਦੀ ਹੋਣ ਲੱਗ ਜੂਗੀ ਲੋਕਾਂ ਵੱਲੋਂ ਉੱਦਣ ਮੰਨੂਗਾ ਫਿਰ ਉਦੋਂ ਸ਼ਾਇਦ ਕੁਝ ਹੋਰ ਚੀਜ਼ ਆ ਜਾਏ ਮੇਰੇ ਦਿਮਾਗ 'ਚ ਕਿ ਹੁਣ ਉਦੋਂ ਮੰਨੂਗਾ ਯਾਨੀ ਇਹ ਤਾਂ ਚੱਲਦੀ ਰਹਿੰਦੀ ਹੈ ਨਾ ਚੀਜ਼ ਬੰਦੇ ਦੀ ਤਾਂ ਮੰਆ ਨਹੀਂ ਕਦੇ ਖਤਮ ਹੁੰਦੀ ਵੀ ਬੰਦੇ ਦੀ ਚਾਹ ਨਾਲ ਜਿਹੜੀ ਹੁੰਦੀ ਹੈ ਵੀ ਹੁਣ ਆ ਕਰ ਲਈ ਹੁਣ ਆ ਕਰ ਲਈ ਜਦੋਂ ਤੁਸੀਂ ਕੈਮਰੇ ਲਏ ਹੋਣੇ ਆ ਇਹ ਤੁਹਾਨੂੰ ਹੋਣਾ ਵੀ ਯਾਰ ਇਹਦੇ ਵਿੱਚ ਸਿਰਾ ਹੋ ਜੂਗਾ ਹੁਣ ਹੁਣ ਐ ਹੁੰਦਾ ਵੀ ਉਹ ਵੀ ਚੇਂਜ ਕਰਕੇ ਕੁਝ ਹੋਰ ਲੈ ਜੀ ਇਹ ਤਾਂ ਬੰਦੇ ਦੀ ਵੀ ਉਹਨੂੰ ਯਾਰ ਆਪਾਂ ਮਾਈਕ ਦੂਜੇ ਲੈ ਲਿਆ ਹੈ ਨਾ ਆ ਚੀਜ਼ਾਂ ਹੁੰਦੀਆਂ ਨੇ ਡੈਫੀਨੇਟਲੀ ਹੁੰਦੀਆਂ ਸਮੇਲੇ ਸਾਹਿਬ ਨੂੰ ਬਦਲਣਾ ਵੀ ਚਾਹੀਦਾ ਅੱਛਾ ਜਨਰੇਸ਼ਨ ਗੈਪ ਦੀ ਗੱਲ ਕਰਦੇ ਆ ਬਈ ਬਹੁਤ ਸੋਹਣਾ ਟੋਪਿਕ ਮੇਰੇ ਮਨ ਚ ਨਿਕਲ ਚੱਲਿਆ ਸੀਗਾ ਜਨਰੇਸ਼ਨ ਗੈਪ ਨੂੰ ਘਟਾਇਆ ਕਿਸ ਤਰੀਕੇ ਨਾਲ ਜਾ ਸਕਦਾ ਬਈ ਕੀ ਕੀ ਪੋਸਿਬਿਲਟੀਜ਼ ਨੇ ਕਿਉਂਕਿ ਇਹ ਚੀਜ਼ ਤਾਂ ਵੱਧੀ ਵੱਧੀ ਜਾ ਰਹੀ ਆ ਆਪਾਂ ਅਕਸਰ ਕਹਿੰਦੇ ਨੇ ਜਨਰੇਸ਼ਨ ਗੈਪ ਆ ਯਾਰ ਕਿ ਨਾਰਮਲ ਜੀ ਗੱਲ ਆ ਜਨਰੇਸ਼ਨ ਗੈਪ ਆ ਚਲੋ ਹੁਣ ਆਪਾਂ ਹੀ ਕਰੀਏ ਪਰ ਇਸ ਨੂੰ ਘਟਾਉਣ ਦਾ ਕੋਈ ਤਾਂ ਰੀਜ਼ਨ ਹੋਊਗਾ ਕੋਈ ਤਾਂ ਵੇ ਹੋਊਗਾ ਕੋਈ ਤਾਂ ਤਰੀਕਾ ਹੋਊਗਾ ਕਿ ਤਾਂਕਿ ਇੱਕ ਮਾਂ ਪਿਓ ਜਿਹੜੇ ਸਾਡੇ ਸਾਡੇ ਆਪਾਂ ਜਿਨ੍ਹਾਂ ਨੂੰ ਆਪਾਂ ਪੁਰਾਣੇ ਮਾਪੇ ਕਹਿੰਦੇ ਆ ਤੁਸੀਂ ਤਾਂ 올ਡ ਹੋ ਵੀ ਉਹਨਾਂ ਮਾਪਿਆਂ ਨੂੰ ਵੀ ਸਾਡੀ ਅੱਜ ਦੀ ਸਾਡੇ ਅੱਜ ਦੇ ਯੂਥ ਬਾਰੇ ਥੋੜਾ ਬਹੁਤ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਜਨਰੇਸ਼ਨ ਗੈਪ ਨੂੰ ਖਤਮ ਕੀਤਾ ਜਾ ਸਕਦਾ ਬਈ ਮੇਰੇ ਸਹਾਵ ਨਾਲੇ ਜਿਹੜਾ ਬੰਦਾ 60 50 60 65 ਸਾਲਾਂ ਦੀ ਉਮਰ ਦਾ ਹੋ ਗਿਆ ਹੂੰ ਉਹਨੂੰ ਤੁਸੀਂ ਉਹ ਨਹੀਂ ਕਰ ਸਕਦੇ ਐਕਸਪੈਕਟ ਨਹੀਂ ਕਰ ਸਕਦੇ ਉਤੋਂ ਵੀ ਉਹ ਹੁਣ ਚੇਂਜ ਹੋਊਗਾ ਮੇਰੇ ਸਹਾਵ ਨਾਲ जिने अपने पंजाब 60 ਸਾਲ ਉਮਰ ਹੀ ਗੜਤੀ ਗੜਤੀ ਆਪਾਂ ਨਹੀਂ ਹੋ ਸਕਦੇ ਬਾਈ 28 27 ਦੇ ਆਪਾਂ ਕਿੱਥੋਂ ਹੋ ਜਾਾਂਗੇ ਸੱਚ ਹੈ ਉਹ 60 ਸਾਲ ਦੀ ਉਮਰ ਆਪਾਂ ਨੂੰ ਬਹੁਤ ਔਖਾ ਲੱਗਦਾ ਹੁਣ ਚੇਂਜ ਤੇ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਇੱਕ ਦੂਜੇ ਦੀ ਉਹ ਚੀਜ਼ ਰਿਸਪੈਕਟ ਕਰੋ ਤੇ ਸਮਝੋ ਬਸ ਠੀਕ ਆ ਯਾਰ ਇਹ ਚੀਜ਼ ਹੈਗੀ ਆ ਦਾ ਹੈਗੀ ਹੈ ਹਾਂ ਉਹਨਾਂ ਨੂੰ ਦੱਸ ਦੋ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗ ਰਹੀ ਹੈ ਵੀ ਯਾਰ ਆ ਚੀਜ਼ ਹੈਗੀ ਆ ਵੀ ਇਹਨੂੰ ਚੇਂਜ ਕਰ ਲਓ ਜੇ ਕਰ ਲੈਣ ਤਾਂ ਵੈਲਨ ਗੁੱਡਾ ਤ ਉਹ ਤੁਹਾਨੂੰ ਆਪਣੀ ਦੱਸ ਦੇਣਗੇ ਤੁਸੀਂ ਕਰ ਲਓ ਉਹ ਮਤਲਬ ਇੱਕ ਮਿਡ ਪੁਆਇੰਟ ਜਿਹਾ ਲਿਆ ਉਹ ਨਾ ਹਮ ਬਟ ਮੈਂ ਆਪਣੀ ਗੱਲ ਕਰਾਂ ਮੈਨੂੰ ਡੈਡੀ ਦੇ ਵਿੱਚ ਨਹੀਂ ਹੈਗਾ ਬਿਲਕੁਲ ਵੀ ਜਨਰੇਸ਼ਨ ਗੈਪ ਕੋਈ ਮਤਲਬ ਉਹ ਮੈਨੂੰ ਨਹੀਂ ਕਦੀ ਲੱਗਿਆ ਹਾਂ ਹੋਣੀ ਆ ਕੋਈ ਇੱਕ ਦੋ ਚੀਜ਼ਾਂ ਹੋਣਗੀਆਂ ਜਿਸ ਚ ਲੱਗਦਾ ਹੋਊਗਾ ਪਰ ਉਦਾਂ ਨਹੀਂ ਹੈਗਾ ਹਮ ਹਮ ਭਲਾ ਸਾ ਵੈਸੇ ਅਸਲ ਕਿਰਦਾਰ ਜਿਵੇਂ ਜਮੀ ਆਊਟ ਆਫ ਫੀਲਡ ਦੀ ਆਪਾਂ ਗੱਲ ਕਰੀ ਹਮ ਹਮ ਤਾ ਸਾਰੀ ਚੀਜ਼ਾਂ ਨੂੰ ਛੱਡ ਕੇ ਹਮ ਕਿਰਦਾਰ ਕਿਸ ਤਰੀਕੇ ਦੇ ਨੇ ਬਹੁਤ ਪਾਵਰਫੁਲ ਲਾਦਾ ਸਟਰੋਂਗ ਪਾਵਰਫੁਲ ਤੇ ਉਦੋਂ ਬਹੁਤ ਜਿਹੜਾ ਬੇਸਿਕ ਨੇਚਰ ਉਹਨਾਂ ਦਾ ਬਹੁਤ ਕਾਈਂਡ ਆ ਹੈਲਪਫੁਲ ਕਿਹਦਾ ਹਾਂ ਹੈਲਪਫੁਲ ਹੋ ਗਿਆ ਕਾਈਂਡ ਮਤਲਬ ਦਰਿਆ ਦੇ ਲਈ ਹਾਂ ਉਹ ਹੈਗਾ ਹਮ ਅਜ ਕਦੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਨਿਰਾਸ਼ ਦੇਖਿਆ ਦੁਖੀ ਦੇਖਿਆ ਕਿਉਂਕਿ ਕਈ ਵਾਰ ਨਾ ਆਪਾਂ ਅਕਸਰ ਇੱਕ ਚੀਜ਼ ਨੂੰ ਜੱਜ ਕਰਦੇ ਆਂ ਬਈ ਕਿਉਂਕਿ ਜਿਹੜਾ ਕਿਰਦਾਰ ਕਹਿੰਦੇ ਟੀਵੀ ਤੇ ਜਿਹੜਾ ਕਿਰਦਾਰ ਵੱਡੇ ਪਰਦਿਆਂ ਤੇ ਆਪਾਂ ਨੂੰ ਹਸਾਉਂਦਾ ਆ ਹਮ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਬਹੁਤ ਖੁਸ਼ ਹੋਵੇ ਉਹਦੇ ਜ਼ਿੰਦਗੀ ਦੇ ਵਿੱਚ ਵੀ ਬਹੁਤ ਚੀਜ਼ਾਂ ਐਸੀ ਗਮਸীন ਚੱਲਦੀਆਂ ਹੁੰਦੀਆਂ ਨੇ ਵੀ ਜਿਨ੍ਹਾਂ ਦੇ ਵਿੱਚ ਉਹ ਬਹੁਤ ਉਲਝਿਆ ਹੁੰਦਾ ਪਰ ਉਸ ਚੀਜ਼ ਸਾਰੀ ਚੀਜ਼ਾਂ ਨੂੰ ਪਰੇ ਛੱਡ ਕੇ ਜਿਵੇਂ ਬినੂ ਬਾਈ ਨਾਲ ਮੈਂ ਪੋਡਕਾਸਟ ਕੀਤਾ ਉਹ ਦੱਸ ਰਹੀ ਸੀ ਕਿ ਜਿਹੜਾ ਸ਼ੂਟ ਉਹ ਇੱਕ ਦਿਨ ਕਰ ਰਹੇ ਸੀਗੇ ਆ ਅਮਰਿੰਦਰ ਗਿੱਲ ਬਈਉਣਾ ਨਾ ਮੂਵੀ ਚੱਲ ਰਹੀ ਸੀ ਉਹਨਾਂ ਦੀ ਤੇ ਦੂਸਰੇ ਪਾਸੇ ਉਹਨਾਂ ਦੇ ਫਾਦਰ ਸਾਹਿਬ ਬੈੱਡ ਤੇ ਸੀਗੇ ਬਿਲਕੁਲ ਆਖਰੀ ਮੂਮੈਂਟ ਤੇ ਸੀਗੇ ਤੇ ਕਹਿੰਦੇ ਉਹ ਦ ショ ਮਸਟ ਗੋਨ ਵਾਲਾ ਕੰਮ ਸੀਗਾ ਵੀ ਸਾਨੂੰ ਉਹਨੇ ਨਿਭਾਉਣਾ ਪੈਣਾ ਸੀ ਵੀ ਅਸਲ ਤੌਰ ਤੇ ਕਰੇ ਤੁਸੀਂ ਤੁਹਾਡੇ ਫਾਦਰ ਸਾਹਿਬ ਨੂੰ ਕਿਉਂਕਿ ਹਰ ਇੱਕ ਬੰਦਾ ਕਮੇਡੀਅਨ ਦੇ ਨਾਮ ਤੋਂ ਜਾਣਦਾ ਹੈ ਬਹੁਤ ਵੱਡੇ ਕਮੇਡੀਅਨ ਨੇ ਉਹਨਾਂ ਨੂੰ ਕਦੇ ਦੇਖਿਆ ਉਸ ਰੂਪ ਦੇ ਵਿੱਚ ਦੁਖੀ ਰੂਪ ਦੇ ਵਿੱਚ ਡਾਊਨ ਡੀਮੋਟੀਵੇਟਿਡ ਐਕਚੁਅਲੀ ਇਹ ਤੋ ਸਿੱਕੇ ਜਸਾ ਤੇ ਮੀਰਾ ਵੀ ਪਲਸ ਉਹਨਾਂ ਦਾ ਵੀ ਨੇਚਰ ਹੈਗਾ ਹਮ ਇੱਕ ਹੁੰਦਾ ਜਿਵੇਂ ਯੋਗ ਜੀ ਹੋਣੀ ਨੇ ਯੋਗਰਾਜੀ ਹੋਣੀ ਨੇ ਉਹਨਾਂ ਦਾ ਜਿਵੇਂ ਉਹਨਾਂ ਨੇ ਗੱਲਾਂ ਦੱਸਦੇ ਹੁੰਦੇ ਨੇ ਵੀ ਯਾਰ ਵੀ ਮੈਂ ਤਾਂ ਹੁੰਦਾ ਵੀ ਲਾ ਫੇਰ ਕੀ ਹੋਗਾ ਫੱਟੇ ਚੱਕ ਪਰਵਾਹ ਨਹੀਂ ਕਰਨੀ ਕੋਈ ਚੱਕਰੀ ਆਪਾਂ ਵੀ ਜਿੱਡੀ ਮਰਜ਼ੀ ਮੁਸੀਬਤ ਪਾੜ ਜਿੱਡੀ ਆ ਕੇ ਖੜੀ ਹੋਵੇ ਹਾਂ ਇਹ ਉਹਨਾਂ ਚ ਵੀ ਹੈ ਡੈਡ ਚ ਵੀ ਹੈ ਤੇ ਮੇਰੇ ਚ ਵੀ ਹੈ ਅਸੀਂ ਜਿਵੇਂ ਢੈਲ ਢੈਲੇ ਪੈ ਜਾਂਦੇ ਹਾਂ ਜਿਵੇਂ ਸਮਨ ਲੱਭ ਜੇ ਕੁਝ ਹੋ ਮਤਲਬ ਕੋਈ ਪ੍ਰੋਬਲਮ ਆ ਜੇ ਜਾਂ ਕੁਝ ਹੋ ਜੇ ਨਾ ਹਾਂ ਮਤਲਬ ਹਾਂ ਅੰਦਰੋਂ ਭਾਵੇਂ ਬਿਸ਼ੱਕ ਦੀ ਅਸੀਂ ਕਰੀ ਜਾਈਏ ਵੀ ਹਾਂ ਜਾਂ ਮੂੰਹ ਉੱਪਰੋਂ ਉੱਪਰੋਂ ਕਰੀ ਜਾਈਏ ਵੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਜੂ ਠੀਕ ਕੁਝ ਪਰ ਅੰਦਰੋਂ ਹੁੰਦਾ ਪਰ ਅੰਦਰੋਂ ਉਹ ਬੱਚਾ ਦਾ ਬੱਚਾ ਹੀ ਹਾਂ ਉਹ ਚੀਜ਼ ਹੋ ਜਾਂਦੀ ਹੈ ਹੋ ਜਾਂਦੀ ਹੈ ਕਈ ਵਾਰੀ ਕਈ ਕੋਈ ਸਿਚੁਏਸ਼ਨ ਇਦਾਂ ਦੀ ਆ ਗਈ ਹੋ ਜਾਂਦਾ ਫਿਰ ਆਪਣੇ ਆਪਣੇ ਨੂੰ ਇਕੱਠਾ ਕਿਵੇਂ ਕਰਦੇ ਮੈਨੂੰ ਲੱਗਦਾ ਬਈ ਮੈਂ ਤਾਂ ਹੁਣ ਪਿਛਲੇ ਸਾਲ ਤੋਂ ਪਾਠ ਕਰਨਾ ਸ਼ੁਰੂ ਕੀਤਾ ਲਾਸਟイヤー ਤੋਂ ਮਤਲਬ ਵਾ ਪਹਿਲਾਂ ਮੈਂ ਵਿੱਚੋਂ ਬਹੁਤ ਸਾਲ ਨਹੀਂ ਕਰਦਾ ਹੁੰਦਾ ਸੀ ਹੂੰ ਤੇ ਹੁਣ ਕੰਟੀਨਿਊ ਹੁਣ ਕੰਟੀਨਿਊ ਕਰਦਾ ਰੋਜ਼ ਤੇ ਫਰਕ ਕੀ ਆਇਆ ਜ਼ਿੰਦਗੀ ਪਹਿਲਾਂ ਦੀ ਤੇ ਹੁਣ ਦੀ ਚ ਮਿਲਣਾ ਤਾਂ ਪਾਵਰ ਆ ਜਾਂਦੀ ਏ ਤੁਹਾਡੇ ਚ ਸਹਿਣਸ਼ੀਲਤਾ ਠੰਮਾ ਉਹਦਾ ਸਟੇਬਿਲਟੀ ਆਹ ਨਾ ਪੇਸ਼ੈਂਸ ਆਹ ਨਾ even ਤੁਸੀਂ ਸੈਟ ਤੇ ਜਾਣ ਤੋਂ ਪਹਿਲਾਂ ਮੈਂ ਕਰਕੇ ਜਾਣਾ ਬਾਟ ਜੀ ਜੇ ਕਈ ਵਾਰੀ ਲੇਟ ਲੂਟ ਹੋ ਜੀ ਜਾਂ ਨਹੀਂ ਟਾਈਮ ਮਿਲ ਰਿਹਾ ਫਿਰ ਵੈਂਟਿਚ ਕਰ ਲਈਦਾ ਹੂੰ ਕਰਨਾ ਪੱਕਾ ਦਾ ਮਤਲਬ ਮੈਂ ਟਰਾਈ ਕਰਦਾ ਵੀ ਮੇਰਾ ਬਿਲਕੁਲ ਮਿਸ ਨਾ ਹੋਵੇ ਤਿੰਨ ਪਾਠ ਮੈਂ ਜ਼ਰੂਰ ਕਰਨਾ ਹੀ ਕਰਨੇ ਨੇ ਇੱਕ ਜਪਜੀ ਸਾਹਿਬ ਇੱਕ ਚੌਪਈ ਸਾਹਿਬ ਤੇ ਇੱਕ ਸਰਬਰੋ ਕੋਖਣਾ ਤਿੰਨ ਪੱਕੇ ਨੇ ਮਤਲਬ ਮੈਂ ਟਰਾਈ ਕਰਦਾ ਹੁਣਾਂ ਤੇ ਇਹ ਤੁਹਾਡੇ ਚ ਨਾ ਜਿਵੇਂ એનર્ਜੀ ਕਹਿ ਸਕਦੇ ਹਾਂ ਇੱਕ એનર્ਜੀ ਹੈ ਜਿਹੜੀ ਬੜੀ ਮਤਲਬ ਤੁਹਾਨੂੰ ਹੋਰ ਹੀ ਬੂਸਟ ਅਪ ਜਾਂ ਕਰ ਦਿੰਦੀ ਹੈ ਸਹੀ ਮਾਇਨੇ ਚ ਮਤਲਬ ਪੋਜ਼ਿਟਿਵ ਵੇ ਦੇ ਵਿੱਚ ਹੂੰ ਤੇ ਉਹ ਚੀਜ਼ ਹੈਗੀ ਆ ਬੜੀ ਕਿਉਂਕਿ ਮੈਂ ਪਹਿਲਾਂ ਵੀ ਮੈਂ ਜਿਵੇਂ ਹੁਣ ਜਿਵੇਂ ਕਰਨਾ ਸ਼ੁਰੂ ਕੀਤਾ ਹਨਾ ਉਮੈਸੋ ਹੁੰਦਾ ਸੀ ਯਾਰ ਮੈਂ ਇੰਨੇ ਸਾਲ ਕੀਤਾ ਨਹੀਂ ਹੈਗਾ ਮਤਲਬ ਕੀ ਕਰਦੇ ਵੀ ਮਤਲਬ ਉਹੀ ਵੀ ਲਾ ਲਓ ਮਤਲਬ ਕੀ ਕਿੰਨੇ ਜਪਜੀ ਸਾਹਿਬ ਨੂੰ ਮੇਰੇ ਹਿਸਾਬ ਨਾਲ 7 ਤੋਂ 8 ਮਿੰਟ ਲਾ ਦਿਆ 8 9 ਮਿੰਟ ਹੂੰ ਤੇ ਬਾਕੀਆਂ ਨੂੰ 3 3 4 4 5 5 ਮਿੰਟ ਵੀ ਜੇ ਆਪਣਾ ਜ਼ਿੰਦਗੀ ਦੇ ਵਿੱਚ ਆਪਾਂ ਇੰਨਾ ਕ ਸਮਾਂ ਵੀ ਨਹੀਂ ਕੱਢ ਸਕਦੇ ਹਾਂ ਹੈਨਾ 3 3 4 4 ਮਿੰਟ ਵੀ ਨਹੀਂ ਕੱਢ ਸਕਦੇ ਹਾਂ ਤੋ ਭਾਈ ਇਹ ਕਿਤਨੇ ਕਿਤੇ ਇਹ ਚੀਜ਼ ਰਿਲੇਟ ਵੀ ਕਰਦੇ ਤੁਸੀਂ ਮੰਨਦੇ ਹੋ ਵੀ ਕਿਤਨੇ ਕਿਤੇ ਜਿਹੜਾ ਅੱਜ ਕੱਲ ਡਿਪਰੈਸ਼ਨ ਬਹੁਤ ਆਵੀ ਹੈ ਐਂਗਜ਼ਾਇਟੀ ਬਹੁਤ ਆਵੀ ਹੈ ਲੋਕ ਬਹੁਤ ਛੇਤੀ ਛੇਤੀ ਹਾਈਪਰ ਹੋ ਰਹੇ ਨੇ ਬਹੁਤ ਛੇਤੀ ਛੇਤੀ ਟੈਨਸ਼ਨ ਆ ਰਹੇ ਨੇ ਅਟੈਕਸ ਆ ਰਹੇ ਨੇ ਹਾਂ ਨਾ ਕਿਤਨੇ ਕਿਤੇ ਮੰਨਦੇ ਹੋ ਵੀ ਕਾਰਨ ਇਹ ਵੀ ਕਿਤੇ ਹੈ ਵੀ ਆਪਾਂ ਆਪਣੀ ਹੋਂਦ ਤੋਂ ਰੂਟਸ ਤੋਂ ਜਾਂ ਪਰਮਾਤਮਾ ਤੋਂ ਦੂਰ ਹੋ ਰਹੇ ਹਾਂ ਸ਼ਾਇਦ ਇਹ ਕਾਰਨ ਹੋਵੇ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਵੀ ਆਪਾਂ ਪਾਠ ਕਰਦੇ ਆ ਇਹ ਗੱਲ ਇੱਕੋ ਹੀ ਆ ਤੁਸੀਂ ਪਾਠ ਤੁਸੀਂ ਠੀਕ ਆ ਤੁਸੀਂ ਤੁਹਾਨੂੰ ਪਾਠ ਨਹੀਂ ਆਉਂਦਾ ਤੁਹਾਨੂੰ ਤੁਸੀਂ ਨਹੀਂ ਕਰ ਰਹੇ ਤੁਸੀਂ ਮੈਡੀਟੇਸ਼ਨ ਕਰ ਲਓ ਹਾਂ ਤੁਸੀਂ ਬੈਠ ਕੇ ਵੈਸੇ ਹੀ ਹਾਂ ਸ਼ਾਂਤ ਹੋ ਕੇ ਬੈਠੋ ਹਾਂ ਸ਼ਾਂਤ ਹੋ ਕੇ ਤੁਸੀਂ ਬਸ ਇੱਕ ਫੋਕਸ ਬਣਾ ਲਓ ਆਪਦਾ ਇਹ ਮੇਰੇ ਤੋਂ ਤਾਂ ਵੈਸੇ ਬਹੁਤ ਔਖਾ ਕੰਮ ਹੈ ਮੇਰੇ ਤੋਂ ਨਹੀਂ ਹੁੰਦਾ ਮੈਂ ਸਲਾਹਾਂ ਦੇ ਰਿਹਾ ਜਿਆਦਾ ਅੱਛਾ ਪਰ ਪਰ ਇਹ ਮੇਰੇ ਤੋਂ ਨਹੀਂ ਹੁੰਦਾ ਲਿਟਰਲੀ ਨਹੀਂ ਹੁੰਦਾ ਹੈ ਮੇਰੀ ਵਾਈਫ ਕਰ ਲੈਂਦੀ ਹੈ ਬਈ ਯਾਰੀ ਅੱਛਾ ਪਰ ਮੇਰੇ ਤੋਂ ਬਿਲਕੁਲ ਨਹੀਂ ਹੁੰਦਾ ਤੁਸੀਂ ਕਿੰਨਾ ਕ ਟਾਈਮ ਸ਼ਾਂਤ ਬੈਠ ਜਾਂਦੇ ਹੋ ਉਦਾਂ ਡੇਲੀ ਰੂਟੀਨ ਦੇ ਵਿੱਚ ਕਿੰਨਾ ਕ ਟਾਈਮ ਸ਼ਾਂਤ ਰਹਿੰਦੇ ਹੋ ਤੇ ਕਿੰਨਾ ਕ ਬੋਲਦੇ ਹੋ ਸੌਣ ਲੱਗੇ ਹੀ ਉਹਨਾਂ ਮੈਨੂੰ ਲੱਗਦਾ ਸ਼ਾਂਤ ਉਹ ਤਾਂ ਪਹਿਲਾਂ ਸ਼ਾਂਤ ਹੀ ਹੁੰਦੇ ਸ਼ਾਂਤ ਦਾ ਮਤਲਬ ਇਦਾਂ ਵੀ ਜਿਵੇਂ ਨਹੀਂ ਤਾਂ ਕੁਛ ਨਾ ਕੁਛ ਬੰਦਾ ਕਰ ਹੀ ਰਿਹਾ ਹੁੰਦਾ ਟੀਵੀ ਦੇਖ ਲਿਆ ਫੋਨ ਦੇਖ ਲਿਆ ਕੁਛ ਲਿਖ ਲਿਆ ਹੂੰ ਉਦਾਂ ਮੈਨੂੰ ਤਾਂ ਲੱਗਦਾ ਨਹੀਂ ਮੈਂ ਔਖਾ ਜਾਂ ਪਾਠ ਕਰਨ ਲੱਗਾ ਬਸ ਆਪਾਂ ਨੂੰ ਕਦੇ ਵੀ ਕਿਸੇ ਬੰਦੇ ਪ੍ਰਤੀ ਆ ਕਿਸੇ ਵੀ ਚੀਜ਼ ਪ੍ਰਤੀ ਐਕਸਪੈਕਟੇਸ਼ਨਸ ਰੱਖਣੀਆਂ ਚਾਹੀਦੀਆਂ ਨਹੀਂ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਹੱਕ ਸਮਝਦੇ ਹੋ ਮੈਨੂੰ ਲੱਗਦਾ ਉਹਦੇ ਤੇ ਹੋਣੀ ਚਾਹੀਦੀ ਨੇ ਫਿਰ ਇਹ ਵੀ ਇੰਡੀਵਿਜੂਅਲਸ ਡਿਪੈਂਡ ਆ ਵਿਦਆਉਟ ਜੇ ਜੇ ਤੁਹਾਡਾ ਹੱਕ ਹੈਗਾ ਉਹਦੇ ਤੇ ਜਾਂ ਤੁਸੀਂ ਸਮਝਦੇ ਹੋ ਤੇ ਤੁਹਾਡਾ ਪੁਆਇੰਟ ਆਫ View ਕੀ ਆ ਤੁਖਰਾਜ ਕੀ ਸੋਚਦਾ ਵੀ ਅਗਰ ਮੈਂ ਤੁਹਾਡੇ ਤੇ ਇਹ ਸਿਚੁਏਸ਼ਨ ਲੈ ਕੇ ਆਵਾਂ ਕਿ ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਖਾਸ ਬੰਦਾ ਹੈ ਤੁਹਾਡੇ ਮਨ ਦੇ ਵਿੱਚ ਉਹਦੇ ਲਈ ਕੁਝ ਐਕਸਪੈਕਟੇਸ਼ਨਸ ਹੋਣਗੀਆਂ ਵੀ ਉਹ ਮੇਰੇ ਲਈ ਇਦਾਂ ਕਰੇ ਤੇ ਜਦ ਨਾ ਕਰੇ ਫਿਰ ਉਦੋਂ ਕੀ ਹੁੰਦਾ ਆ ਮੈਂ ਇਦਾਂ ਐਕਚੁਅਲੀ ਸੋਚਿਆ ਨਹੀਂ ਕਦੀ ਪਰ ਮੇਰੇ ਹਿਸਾਬ ਨਾਲ ਆਫਟਰ 올 ਹੈਗੇ ਤਾਂ ਇਨਸਾਨੀਆ ਹੁੰਦੀਆਂ ਹੋਣਗੀਆਂ ਐਕਸਪੈਕਟੇਸ਼ਨ ਪੱਕਾ ਹਮ ਹੈਗੀ ਐ ਜੋ ਮੇਰੇ ਲਈ ਕਰੇ ਇਦਾਂ ਸੋਚੇ ਹਾਂ ਤੇ ਜੇ ਨਾ ਕਰੇ ਫਿਰ ਕਹਦੇ ਬੰਦਾ ਵੀ ਕਰਦੇ ਭਾਈ ਬੀ ਸ਼ਰਮੋਗੇ ਆ ਵੀ ਕਰ ਦੋ ਕੀ ਮੈਨੂੰ ਲੱਗਦਾ ਭਾਈ ਡਿਪੈਂਡ ਕਰਦਾ ਹੈ ਨਾ ਕਿ ਤੁਸੀਂ ਪਾਲਾ ਕੀ ਕਈ ਲੋਕ ਸੋ ਇਹ ਵੀ ਸੋਚ ਕੇ ਰੱਖਦੇ ਨੇ ਵੀ ਯਾਰ ਅਸੀਂ ਕਾਦੇ ਲਈ ਐਵੇਂ ਐਕਸਪੈਕਟੇਸ਼ਨ ਲਾ ਕੇ ਬੈਣੀ ਹੈ ਕਿਸੇ ਨੂੰ ਐਵੇਂ ਕੱਲ ਨੂੰ ਨਹੀਂ ਕੀਤਾ ਵੀ ਅਸੀਂ ਫਿਰ ਬਾਅਦ ਚੌਕੇ ਹੁੰਦੇ ਫਿਰਾਂਗੇ ਸੱਚ ਨਾ ਸੱਚ ਦੋਨੋਂ ਚੀਜ਼ਾਂ ਸਹੀ ਨੇ ਮਤਲਬ ਡਿਪੈਂਡ ਕਰਦਾ ਬਾਕੀ ਦਰਸ਼ਕ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋਇਓ ਸਾਡਾ ਤਕਰੀਬਨ ਜਿਹੜਾ ਪੋਡਕਾਸਟ ਆਇਆ ਉਹ ਆਲਮੋਸਟ ਸਵਾ ਘੰਟੇ ਦਾ ਹੋ ਚੁੱਕਾ ਆ ਤੇ ਬਹੁਤ ਲੰਬਾ ਸਮਾਂ ਥੋੜੀ ਜ਼ਿੰਦਗੀ ਦਾ ਅਸੀਂ ਲੈ ਲਿਆ ਅਗਰ ਤੁਸੀਂ ਸਾਨੂੰ ਟਿਲ ਨਾਓ ਯਾਨੀ ਹੁਣ ਤੱਕ ਪੰਜਾਬੀ ਦੇ ਵਿੱਚ ਕਹਿੰਦੇ ਜਿਹਨੂੰ ਵੀ ਹੁਣ ਤੱਕ ਜੇ ਸਾਨੂੰ ਸੁਣ ਰਹੇ ਹੋ ਸਪੋਟੀਫਾਈ ਤੇ YouTube ਤੇ Facebook ਤੇ Insta ਤੇ ਕਿਤੇ ਵੀ ਸੁਣ ਰਹੇ ਹੋ ਤਾਂ ਤੁਹਾਡਾ तहे ਦਿਲ ਤੋਂ ਸ਼ੁਕਰੀਆ ਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੀਮਤੀ ਸਮੇਂ ਦੇ ਵਿੱਚੋਂ ਬਚਾ ਕੇ ਕੁਝ ਸਮਾਂ ਸਾਡੀ ਇਸ वार्तालाप ਨੂੰ ਸਾਡੀ ਇਸ ਗੱਲਬਾਤ ਨੂੰ ਦਿੱਤਾ ਅੱਛਾ ਤੁਹਾਨੂੰ ਸਾਡੀ ਇਸ ਗੱਲਬਾਤ ਦੇ ਵਿੱਚੋਂ ਜੇ ਕੋਈ ਚੀਜ਼ਾਂ ਪੋਜ਼ਿਟਿਵ ਲੱਗੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਓ ਯਾਰ ਹਰ ਇੱਕ ਬੰਦ 네ਗੇਟਿਵ ਚੀਜ਼ ਪਿੱਛੇ ਭਜਦਾ ਤੇ 네ਗੇਟਿਵ ਚੀਜ਼ ਆਪਾਂ ਨੂੰ ਵੀ ਪਤਾ ਵੀ ਜੇ ਇੱਥੇ ਇੱਕ ਪਾਸੇ ਮੈਂ ਆਪਣਾ ਪੋਡਕਾਸਟ ਪਾ ਦਵਾਵਾਂ ਤੇ ਦੂਸਰੇ ਪਾਸੇ ਜੇ ਮੈਂ ਕੋਈ ਲੜਾਈ ਚੜਾਈ ਵਾਲਾ ਵੀਡੀਓ ਪਾ ਦਵਾਵਾਂ ਤਾਂ 노 ਡਾਊਟ ਉਹ ਲੜਾਈ ਵਾਲੀ ਵੀਡੀਓ ਨੂੰ ਛੇਤੀ ਵਾਇਰਲ ਛੇਤੀ ਵਿਊਜ਼ ਵੱਧ ਆ ਜਾਣਗੇ ਪਰ ਮੈਨੂੰ ਲੱਗਦਾ ਵੀ ਉਸ ਚੀਜ਼ ਦੇ ਵਿੱਚ ਕੋਈ ਤਕ ਨਹੀਂ ਨਿਕਲਣਾ ਅਗਰ ਇਹ ਚੀਜ਼ ਨੂੰ ਆਪਾਂ ਪ੍ਰਮੋਟ ਕਰਦੀ ਅਗਰ ਤੁਹਾਨੂੰ ਸਾਡੀ ਗੱਲਬਾਤ ਦੇ ਵਿੱਚ ਕੋਈ ਚੀਜ਼ 1% ਵੀ ਰਿਲੇਟ ਕਰਦੀ ਲੱਗੀ ਤੁਹਾਨੂੰ ਲੱਗੇ ਵੀ ਯਾਰ ਆ ਤਾਂ ਬਾਈ ਨੇ ਮੇਰੀ ਗੱਲ ਕੱਢ ਕੇ ਮਾਰੀ ਫਿਰ ਇਹਨੂੰ ਸ਼ੇਅਰ ਕਰ ਦਿਓ ਫਿਰ ਉਹਦੇ ਨਾਲ ਤੁਸੀਂ ਦੇਖੋ ਵੀ ਤੁਹਾਨੂੰ ਖੁਸ਼ੀ ਕਿੰਨੀ ਹੋਊਗੀ ਤੇ ਸਾਨੂੰ ਤਾਂ ਜਿਹੜੀ ਖੁਸ਼ੀ ਹੋਣੀ ਉਹ ਹੋਣੀ ਵੀ ਭਾਈ ਸਾਨੂੰ ਤਾਂ ਇੰਨੇ ਲੋਕਾਂ ਨੇ ਸ਼ੇਅਰ ਕਰਤਾ ਉਹ ਤਾਂ ਹੋਣੀ ਹੋਣੀ ਪਰ ਤੁਹਾਨੂੰ ਕਿੰਨੀ ਖੁਸ਼ੀ ਹੋਊਗੀ ਵੀ ਭਾਈ ਮੇਰ ਨਾਲ ਗੱਲ ਰਿਲੇਟ ਕਰਦੀ ਸੀ ਇਹ ਮੇਰੇ ਯਾਰਾਂ ਦੋਸਤਾਂ ਨੂੰ ਭੇਜਦੀ ਮੈਂ ਆ ਮੇਰੇ ਮੇਰੇ ਯਾਰਾਂ ਦੋਸਤਾਂ ਨੂੰ ਟੈਗ ਕਰ ਦਿਓ ਆ ਮੇਰੀ ਮੇਰੀ ਫੈਮਿਲੀ ਨੂੰ ਟੈਗ ਕਰ ਦਿਓ ਹਾਂ ਇੱਕ ਮੈਂ ਜਿਹੜੀ ਚੀਜ਼ ਕਹੀ ਸੀ ਜਿਹੜੀ ਅੱਜ ਕੱਲ ਦੀ ਯੂਥ ਦੇ ਵਿੱਚ ਬਹੁਤ ਹੁੰਦੀ ਜਿਵੇਂ ਵੀਰੇ ਨੇ ਜ਼ਿਕਰ ਕੀਤਾ ਵੀ ਜਾਂਦੇ ਜਾਂਦੇ ਆਪਾਂ ਕਹਿੰਦੇ ਆਹ ਠੀਕ ਹੈ ਡੈਰੀ ਲਵ ਯੂ ਉਹ 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 ਚੀਜ਼ ਵੀ ਤੁਸੀਂ ਕਰੋ ਕੋਸ਼ਿਸ਼ ਕਰੋ ਕਿਉਂਕਿ ਆਪਣੇ ਮਾਂ ਪਿਓ ਦੇ ਨਾਲ ਜਿੰਨਾ ਆਪਾਂ ਖੁੱਲਾਂਗੇ ਨਾ ਆਪਣੇ ਮਾਂ ਪਿਓ ਵਰਗਾ ਯਾਰ ਦੋਸਤ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਮਿਲ ਸਕਦਾ 노 ਡਾਊਟ ਆਪਾਂ ਜਿੰਨੇ ਮਰਜੀ ਮਿੱਤਰ ਭਰਾ ਸਗੇ ਸੰਬੰਧੀ ਆਪਣੇ ਰਿਸ਼ਤੇਦਾਰ ਬਣਾ ਲਈਏ ਪਰ ਮਾਂ ਪਿਓ ਦੀ ਜਗ੍ਹਾ ਕਦੇ ਵੀ ਕੋਈ ਜ਼ਿੰਦਗੀ ਦੇ ਵਿੱਚ ਨਹੀਂ ਖੋ ਸਕਦਾ ਅੱਛਾ ਭਾਈ ਆਪਾਂ ਹੁਣ ਪੋਡਕਾਸਟ ਨੂੰ ਤਕਰੀਬਨ ਐਂਡ ਦੇ ਵੱਲ ਲੈ ਕੇ ਜਾਂਦੇ ਆਂ ਉਹ ਸੀਨ ਵਾਲੇ ਆਉਨੇ ਆ ਤੁਹਾਨੂੰ ਕੀ ਲੱਗਦਾ ਲੋਕ ਜੋ ਅੱਜ ਆਪਣੀ ਲਾਈਫ ਨੂੰ ਜੀ ਰਹੇ ਨੇ ਜਿਉਂ ਰਹੇ ਨੇ ਇਹਨਾਂ ਦਾ ਤਰੀਕਾ ਠੀਕ ਕਿਉਂਕਿ ਆਪਾਂ ਖੁਦ ਵੀ ਇਸ ਚੀਜ਼ ਨੂੰ ਰਿਲੇਟ ਕਰਕੇ ਦੇਖਦੇ ਹਾਂ ਲਾਈਫ ਸਟਾਈਲ ਜੋ ਆਪਣਾ ਹੋ ਰਿਹਾ ਹੂੰ ਸੌਣ ਦਾ ਕੁਝ ਚਲੋ ਇੱਕ ਇੱਕ ਪ੍ਰੋਫੈਸ਼ਨਲ ਫੀਲਡ ਤੋਂ ਹਟ ਕੇ ਵੇਖੀ ਆਪਾਂ ਹੂੰ ਇਸ ਆਰਟਿਸਟ ਫੀਲਡ ਤੋਂ ਹਟ ਜਾਈਏ ਤਾਂ ਉਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਵੀ ਆਪਾਂ ਜੋ ਸਾਡਾ ਲਾਈਫ ਸਟਾਈਲ ਸੀ ਹੂੰ ਜੋ ਪੁਰਾਣਾ ਸੀ ਚਲੋ ਇੱਕ ਸਮੇਂ ਦੇ ਹਿਸਾਬ ਨਾਲ ਬੰਦਾ ਢਲਦਾ ਵੀ ਹੈ ਢਲਣਾ ਵੀ ਚਾਹੀਦਾ ਇੱਕ ਹੱਦ ਤੱਕ ਪਰ ਤੁਹਾਨੂੰ ਲੱਗਦਾ ਵੀ ਇਹ ਚੀਜ਼ ਠੀਕ ਹੋ ਰਹੀ ਹੈ ਮੇਰਾ ਆਫ ਦਾ ਬਹੁਤ ਜਿਆਦਾ ਖਰਾਬ ਸੀ ਜਿਹੜਾ ਸ케ਜੂਲ ਸੀ ਮੈਨੂੰ ਲੱਗਦਾ ਮੈਂ ਪਿਛਲੇ ਉਹੀ 8-9 ਮਹੀਨਿਆਂ ਤੋਂ ਹੀ ਠੀਕ ਕੀਤਾ ਆਪਣਾ ਕੀ ਉਸ ਤੋਂ ਪਹਿਲਾਂ ਕੀ ਸੀ ਉਸ ਤੋਂ ਪਹਿਲਾਂ ਬਈ ਮਤਲਬ ਖਰਾਬ ਇਦਾਂ ਕਹਿ ਸਕਦੇ ਹਾਂ ਵੀ ਪ੍ਰੋਫੈਸ਼ਨਲੀ ਨਹੀਂ ਖਰਾਬ ਸੀ ਬਟ ਉਦਾਂ ਜੇ ਆਪਾਂ ਐਜ਼ ਅ ਹਿਊਮਨ ਦੇਖੀਏ ਤਾਂ ਖਰਾਬ ਸੀ ਵੀ ਉਹ ਵੀ ਰਾਤ ਨੂੰ ਮਤਲਬ ਤੁਸੀਂ ਲੇਟ ਨੇਟ ਜਾਗਣਾ ਹਾਂ ਉਹ ਮੈਨੂੰ ਲੱਗਦਾ ਆਪਣੀ ਸਾਰੀ ਜਨਰੇਸ਼ਨ ਹੀ ਕਰਦੀ ਆ ਇਦਾਂ ਹੀ ਆ ਹਨਾ ਬਟ ਮੈਂ ਹੁਣ ਕਾਫੀ ਹੱਦ ਤੱਕ ਠੀਕ ਕਰ ਲਿਆ ਮੈਂ ਹਾਲਾਂਕਿ ਹੈਗਾ ਤਾਂ ਲੇਟ ਆ ਹਜੇ ਵੀ ਖੁਦ ਹੀ ਸਖਾਇਆ ਆਪਣੇ ਆਪ ਨੂੰ ਕਿ ਕਿਸ ਨੇ ਟੋਕਿਆ ਮੈਂ ਐਕਚੁਅਲੀ ਲਾਸਟ ਈਅਰ ਕੈਨੇਡਾ ਅਮਰੀਕਾ ਗਿਆ ਹੋਇਆ ਸੀਗਾ ਤਾਂ ਉੱਥੋਂ ਜਦੋਂ ਆਇਆ ਨਾ ਮੈਂ ਤਾਂ ਮੇਰਾ ਆਲਰੇਡੀ ਸਾਈਕਲ ਠੀਕ ਸੀ ਹਾਂ ਉਹ ਫਰਕ ਪੈਂਦਾ ਹਨਾ ਇਹ ਬਾਹਰ ਜਾ ਕੇ ਤਾਂ ਮੈਂ ਉਹ ਖਰਾਬ ਹੋਣ ਹੀ ਨਹੀਂ ਦਿੱਤਾ ਆ ਕੇ ਓਕੇ ਸਹੀ ਰੱਖਿਆ ਮੈਂ ਹੂੰ ਆ ਕੇ ਮੈਨੂੰ ਟੈਂਸ਼ਨ ਨਹੀਂਦਾ ਕਿ ਮੈਂ ਸੌ ਗਿਆ ਦੋ ਦਿਨ ਜਿ ਛੇਤੀ ਉੱਠ ਗਿਆ ਪਰ ਉਹ ਜਿਵੇਂ ਹੁਣ ਇਦਾਂ ਆ ਵੀ ਜਿਵੇਂ ਜਦੋਂ ਵਿਹਲੇ ਹੁੰਨੇ ਆ ਅੱਜ ਤੱਕ ਚਲੋ ਹੁਣ ਜਿਵੇਂ ਕੰਮਕੁਮ ਚੱਲ ਰਹੇ ਨੇ ਉਦੋਂ ਫਿਰ 6 6 7 7 ਵਜੇ ਉੱਠਣਾ ਹੀ ਆ ਪਰ ਜਿਵੇਂ ਨਾਰਮਲੀ ਜਦੋਂ ਘਰੇ ਆ ਤਾਂ ਉਦੋਂ ਮੈਂ ਤਕਰੀਬਨ ਅੱਜ ਕੱਲ ਉੱਠ ਜਾਂਦਾ ਆਪਾਂ 10 ਵਜੇ 10 11 ਵਜੇ ਨਹੀਂ ਤਾਂ ਮੇਰਾ ਤਾਂ 2 2 3 3 ਵਜੇ ਦੇ ਹੁੰਦੇ ਸੀਗੇ ਦੁਪਹਿਰ ਦੀ ਹਾਂ ਸਾਰਾ ਦਿਨ ਹੀ ਕੱਢ ਦਿੰਦੇ ਸੀ ਕਿਉਂਕਿ ਫਿਰ ਰਾਤ ਨੂੰ ਸਾਡਾ ਸਲੀਪਿੰਗ ਦਾ ਚੱਲਦਾ ਸੀ ਨਾ ਜੀ ਹੂੰ ਜਦੋਂ ਪਹਿਲਾਂ 40 ਡਿਗਰੀ ਦੀ ਡਬਿੰਗ ਚੱਲਦੀ ਹੁੰਦੀ ਸੀ ਉਦੋਂ ਵੀ ਸਾਰੀ ਰਾਤ ਚੱਲਦੀ ਹੁੰਦੀ ਸੀਗੀ ਹੂੰ ਜਾਂ ਸ਼ੂਟਸ ਵੇਲੇ ਉਹ ਹੀ ਹੈ ਨਾ ਹੁਣ ਕਿਉਂਕਿ ਜਿਹੜੀ ਹੁਣ ਮੇਰੀ ਫਿਲਮ ਚੱਲ ਰਹੀ ਆ ਇਹ ਮੇਰੇ ਸ케ਜੂਲ ਹੀ ਸਾਰੇ ਰਾਤ ਦਿਨ ਇਹ ਫੇਰ ਖਰਾਬ ਹੋਇਆ ਹੋਇਆ ਮੇਰਾ ਹੁਣ ਸਰਕਲ ਹੂੰ ਅੱਛਾ ਜ਼ਿੰਦਗੀ ਚ ਬਈ ਹਰ ਇੱਕ ਬੰਦਾ ਸਕਸੈਸਫੁਲ ਹੋਣਾ ਚਾਹੁੰਦਾ ਜੀ ਸਕਸੈਸ ਦੇ ਹਰ ਇੱਕ ਦੇ ਮਾਇਨੇ ਵੀ ਆ ਡਟਨੇ ਹੂੰ ਕੋਈ ਕਿਸੇ ਚੀਜ਼ ਨੂੰ ਸக்ஸੈਸ ਮੰਨਦਾ ਕੋਈ ਕਿਸੇ ਚੀਜ਼ ਨੂੰ ਸக்ஸੈਸ ਮੰਨਦਾ ਹੈ ਕੋਈ ਕਹਿੰਦਾ ਮੇਰੇ ਕੋਲ ਵੱਧ ਪੈਸਾ ਜੇ ਮੈਂ ਸக்ஸੈਸਫੁਲ ਹਾਂ ਕੋਈ ਕਹਿੰਦਾ ਮੇਰੀ ਇਮੇਜ ਵੱਡੀ ਬਣ ਜੇ ਮੈਂ ਉਹ ਸக்ஸੈਸਫੁਲ ਹਾਂ ਤੁਹਾਨੂੰ ਕੀ ਲੱਗਦਾ ਅਸਲ ਚ ਸக்ஸੈਸਫੁਲ ਬੰਦਾ ਕੀ ਹੁੰਦਾ ਸக்ஸੈਸ ਕਹਿੰਦੇ ਕੀ ਨੂੰ ਨੇ ਕੋਈ ਮਾਇਨਾ ਤਾਂ ਦੇਖੋ ਆ ਡਾਡੀ ਨੇ ਸਾਰਿਆਂ ਦੇ ਬਟ ਮੇਰੇ ਸਹ ਨਾਲ ਤੁਹਾਡੇ ਕੋਲ ਤੇ ਨਾ ਟਾਈਮ ਦੀ ਵਧੀਆ ਰੋਟੀ ਆ ਡੀਸੈਂਟ ਗੱਡੀ ਆ ਡੀਸੈਂਟ ਘਰ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਪਰਿਵਾਰ ਆ ਤੁਹਾਡਾ ਉਹ ਬਹੁਤ ਖੁਸ਼ ਆ ਹਾਂ ਤੁਹਾਡੇ ਤੋਂ ਸੰਤੁਸ਼ਟ ਆ ਤੇ ਇੱਕ ਦੋ ਆਪਣੇ ਸ਼ੌਂਕ ਪਗਾ ਸਕਦੇ ਹੋ ਸਰਾ ਕੰਮ ਉਹ ਸਕਸੈਸਫੁਲ ਲਾਈਫ ਆ ਬਹੁਤ ਰਾ ਸਕਸੈਸਫੁਲ ਹੋਣ ਨਹੀਂ ਨਹੀਂ ਮੈਂ ਤਾਂ ਹਜੇ ਹੋਰ ਕੁਝ ਕਰਨਾ ਹੈ ਹਰ ਤੱਕ ਆ खासा ਕੁਝ ਹੈਗਾ ਬਟ ਇਹ ਇਹ ਜਿਵੇਂ ਪਤਾ ਕੀ ਹੈ ਬਾਈ ਜਿਵੇਂ ਆਪਾਂ ਹੁਣ ਨੋਰਮਲ ਗੱਲ ਕਰਦੇ ਆਂ ਵੀ ਵੀ ਸਕਸੈਸਫੁਲ ਹੋਣਾ ਹੈ ਨਾ ਗੱਲ ਤਾਂ ਉਹੀ ਜੇ ਆਪਾਂ ਆਪਣੇ ਫੀਲਡ ਦੀ ਗੱਲ ਕਰਦੀਏ ਮੈਂ ਤਾਂ ਉਹੀ ਗੱਲਾਂ ਕਹੂੰਗਾ ਵੀ ਯਾਰ ਮੈਂ ਵੱਡੀਆਂ ਵੱਡੀਆਂ ਫਿਲਮਾਂ ਦੇਣੀਆਂ ਨੇ ਮੈਂ ਉਹ ਬਲੌਕਬਸਟਰ ਦੇਣਾ ਹਾਂ ਮੈਂ ਪਰ ਦੇਣੀਆਂ ਉਹਨੇ ਜਿੱਦਾਂ ਦੀਆਂ ਮੈਚ ਆਉਣਾ ਤੇ ਉਸੇ ਚੀਜ਼ ਨੂੰ ਕਮਰਸ਼ੀਅਲ ਬਣਾਉਣਾ ਚਾਹਣਾ ਵੀ ਉਹ ਅੱਜ ਦੀ ਡੇਟ 'ਚ ਹਜੇ ਕਮਰਸ਼ੀਅਲ ਉਡੀ ਵੱਡੀ ਨਹੀਂ ਹੈਗੀ ਪਰ ਲਿਆਉਣੀ ਹੈ ਅੱਜ ਦੀ ਰੇਟ ਤੇ ਰਾਮ ਕਾਮ ਤੇ ਆਊਟ ਐਂਡ ਆਊਟ ਕਾਮੇਡੀ ਕਮਰਸ਼ial ਹੈ ਬਿਲਕੁਲ ਬਟ ਮੈਂ ਚਾਹਣਾ ਵੀ ਓਦਾਂ ਦੇ ਜਨਰ ਬਾਈ ਜੇ ਹੁਣ ਆਪਾਂ ਬ੍ਰੇਕਿੰਗ ਬੈਡ ਵਰਗਾ ਸੀਰੀਜ਼ ਹੋਗੀ ਮਨੀ ਹਾਈਸਟਰ ਕੀ ਸੀਰੀਜ਼ ਹੋਗੀ ਅਗਰ ਉਹ ਤੇ ਵਰਕ ਕਰੀਏ ਬਾਈ ਵੀ ਜੇ ਓਦਾਂ ਦੀਆਂ ਸੀਰੀਜ਼ ਵਰਲਡ ਵਾਈਡ ਇੰਨੀਆਂ ਜਿਆਦਾ ਹਿੱਟ ਨੇ ਤਾਂ ਜੇ ਆਪਾਂ 19 ਛਿੱਦ ਦੇ ਨਾਲ ਤੇ ਪਲੱਸ ਓਨੇ ਵੱਡੇ ਪ੍ਰੋਡਕਸ਼ਨ ਦੇ ਨਾਲ ਓਡਾ ਹੀ ਵੱਡਾ ਆਪਣੇ ਪੰਜਾਬ ਰੀਜਨ ਦਾ ਬਣਾਈਏ ਤਾਂ ਕਿਉਂ ਕਉ ਨਹੀਂ ਜਲੂਆ ਹੈ ਨਾ ਕੱਲ ਉਹੀ ਹੈ ਨਾ ਤੁਹਾਡਾ ਪ੍ਰੋਡਕਟ ਰਾਈਟ ਹੋਣਾ ਚਾਹੀਦਾ ਹਾਂ ਟਾਈਮ ਟਾਈਮ ਕੋਈ ਉੱਪਰ ਥੱਲੇ ਨਹੀਂ ਹੁੰਦਾ ਭਾਈ ਅਰਦਾਸ ਤੇ ਲਾਪਜਾਬ ਇੱਕੋ ਦਿਨ ਆਈਆਂ ਸੀ ਸੱਚ ਹੈ ਭਾਈ ਦੇਖੋ ਕਿੱਡੇ ਵੱਡੇ ਐਗਜ਼ਾਮਪਲ ਦੋਨਾਂ ਦੀ ਓਪਨਿੰਗ ਦੇਖਣ ਵਾਲੀ ਹਾਂ ਅੱਛਾ ਆਖਰੀ ਸਵਾਲ ਭਾਈ ਜੀ ਭਾਈ ਸਕੂਨ ਜ਼ਿੰਦਗੀ ਦੇ ਵਿੱਚ ਕਿੰਨਾ ਕ ਹੈ ਹੂੰ ਕਿਹਾ ਸਕਦੇ ਹੋ ਵੀ ਹਾਲ 50% ਲਾ ਸਕਦਾ ਕਿਉਂਕਿ 50% ਲੱਗ ਰਿਹਾ ਵੀ ਹਾਂ ਠੀਕ ਆ ਮੈਂ ਆਪਣਾ ਕੰਮ ਕਰੀ ਜਾ ਰਿਹਾ ਹਾਂ ਠੀਕ ਆ ਸਾਰਾ ਕੁਝ ਓਕੇ ਆ ਘਰ ਪਰਿਵਾਰ ਸਾਰਾ ਠੀਕ ਆ ਓਕੇ ਆ ਸਾਰਾ ਕੁਝ ਬਟ 50 ਹਜੇ ਇਸ ਕਰਕੇ ਨਹੀਂ ਆ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਚਾਹਨਾ ਉਹ ਹਜੇ ਕਰਨੀਆਂ ਨੇ ਜਿਹੜੀਆਂ ਸੰਤੁਸ਼ਟੀ ਕਰਕੇ ਫੇਰ ਆਉਗੀ ਹਾਂ ਮਤਲਬ ਵੀ ਉਹਦੇ ਨਾਲ ਇਹ ਹੋ ਜਾਊਗਾ ਨਾ ਵੀ ਹਾਂ ਵੀ ਕੁਝ ਪੱਟਿਆ ਤੁਸੀਂ ਕਰ ਲਿਆ हां ਜਿਹੜਾ ਤੂੰ ਕਹਿੰਦਾ ਸੀ ਕਰਨ ਦਾ ਉਹ ਕਰ ਲਿਆ ਮੈਂ ਜੀ ਕੀ ਬਾਤ ਹੈ ਅੱਛਾ ਭਾਈ ਜਾਂਦੇ ਜਾਂਦੇ ਜਿਹੜੇ ਸਾਡੇ ਦਰਸ਼ਕ ਸਰੋਤੇ ਆਪਾਂ ਨੂੰ ਸੁਣ ਰਹੇ ਨੇ ਉਹਨਾਂ ਦੇ ਲਈ ਕੋਈ ਮੈਸੇਜ ਬਾਕੀ ਤੁਹਾਡੀ ਫਿਲਮ ਆ ਰਹੀ ਆ ਭਾਈ ਜੀ ਉਹਦੇ ਲਈ ਮੈਸੇਜ ਇਹੀ ਹੈ ਜੀ ਮੇਰੇ ਵੱਲੋਂ ਕਿ ਸਾਰੇ ਜਣੇ ਖੁਸ਼ ਰਹਿਆ ਕਰੋ ਜਿਵੇਂ ਅਸੀਂ ਅੱਜ ਗੱਲਾਂ ਬਾਤਾਂ ਕੀਤੀਆਂ ਨੇ ਫੈਮਿਲੀ ਨੂੰ ਲੈ ਕੇ ਜਾਂ ਪੋਜ਼ਿਟਿਵਿਟੀ ਨੂੰ ਲੈ ਕੇ ਹਨਾ ਉਹ ਸਾਰੀਆਂ ਚੀਜ਼ਾਂ ਕੋਸ਼ਿਸ਼ ਕਰਿਓ ਕਿ ਅਪਲਾਈ ਕਰਿਓ ਆਪਣੀ ਲਾਈਫ ਦੇ ਵਿੱਚ ਬਾਕੀ ਜਿਹੜਾ ਮੈਸੇਜ ਹੈ ਜੀ ਉਹ ਹੈਗਾ ਜੀ ਕਿ 21 ਜੂਨ 2024 ਨੂੰ ਸਾਡੀ ਫਿਲਮ ਆ ਰਹੀ ਹੈ ਜੀ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਹਾਂ ਤੇ ਉਹ ਜ਼ਰੂਰ ਆਪਣੇ ਬਿਜ਼ੀ ਸਕੇਡਿਊਲਸ ਦੇ ਵਿੱਚੋਂ ਟਾਈਮ ਕੱਢ ਕੇ ਉਹ ਦੇਖਣ ਜਾਇਓ ਤੇ ਜ਼ਰੂਰ ਸਾਨੂੰ ਰਿਵਿਊਜ਼ ਦੇ ਓਕੇ ਤੁਹਾਨੂੰ ਸਾਡਾ ਜਿਹੜਾ ਪ੍ਰੋਡਕਟ ਹੈ ਕਿਦਾਂ ਦਾ ਲੱਗਿਆ ਥੈਂਕ ਯੂ ਵੈਰੀ ਮਚ ਬਹੁਤ ਚੰਗਾ ਲੱਗਾ ਵੀਰੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਉਮੀਦ ਕਰਦਾ ਛੇਤੀ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਪੌਡਕਾਸਟ ਨਾਲ ਪੱਕਾ ਸੋ ਤੁਹਾਨੂੰ ਸਾਡਾ ਇਹ ਪੌਡਕਾਸਟ ਕਿਵੇਂ ਦਾ ਲੱਗਿਆ ਮਿੱਤਰੋ ਭਾਈ ਤੁਹਾਨੂੰ ਦੱਸ ਦਿਓ ਕਮੈਂਟਾਂ ਦੇ ਵਿੱਚ ਆ ਜਾਓ ਫਿਰ ਲੈਨ ਲਾ ਲਈ ਆਪਾਂ ਸਾਰੇ ਜਾਨੀ ਆਪਣੇ ਅਟੈਂਡੈਂਸ ਲਾ ਦਿਓ ਕਿਹੜਾ ਰੋਲ ਨੰਬਰ ਕਿਹੜੀ ਜਗ੍ਹਾ ਤੋਂ ਕਿੱਥੋਂ ਬੋਲ ਰਿਹਾ ਆ ਤੇ ਮੈਂ ਕੋਸ਼ਿਸ਼ ਕਰੂੰਗਾ ਕੱਲੇ ਕੱਲੇ ਕਮੈਂਟ ਨੂੰ ਪੜਨ ਦੀ ਹਾਂ ਸਾਡੀ ਟੀਮ ਸਾਰੀ ਬੜੀ ਖੁਸ਼ ਹੁੰਦੀ ਐ ਇਸ ਚੀਜ਼ ਦੇ ਵਿੱਚ ਕਿ ਅਸੀਂ ਜਦ ਕਮੈਂਟਾਂ ਨੂੰ ਪੜਦੇ ਆ ਨਾ ਵੀ ਭਾਈ ਫਲਾਣੀ ਜਗ੍ਹਾ ਤੋਂ ਵੀ ਕਮੈਂਟ ਆ ਗਿਆ ਫਲਾਣੀ ਜਗ੍ਹਾ ਤੋਂ ਵੀ ਕਮੈਂਟ ਆ ਗਿਆ ਸਾਨੂੰ ਖੁਸ਼ੀ ਹੁੰਦੀ ਐ ਬਾਕੀ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ ਕਿਉਂਕਿ ਇਹ ਚੀਜ਼ ਮੈਂ ਇਸ ਕਰਕੇ ਕਹਾਂ ਨਾ ਕਹਿੰਦਾ ਇਹਦੇ ਨਾਲ ਤੁਹਾਡੇ ਸਬਸਕ੍ਰਾਈਬਰ ਜੇ ਵੱਧ ਜਾਂਦੇ ਨੇ ਵੱਧੇ ਨਾ ਵੱਧੇ ਬਾਅਦ ਦੀ ਗੱਲ ਐ ਮੈਨੂੰ ਪਤਾ ਜੇ ਤੁਹਾਨੂੰ ਚੰਗੀ ਚੀਜ਼ ਲੱਗੀ ਤੁਸੀਂ ਵੈਸੇ ਹੀ ਸਬਸਕ੍ਰਾਈਬ ਕਰ ਲੈਣਾ ਹੈਨਾ ਕਹਿਣ ਦੀ ਗੱਲ ਨਹੀਂ ਪਰ ਫੇਰ ਵੀ ਮੈਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਹੈ ਉਹਦੇ ਵੀ ਕਲਿੱਕ ਕਰਦੇ ਹੋ ਨੂੰ ਆਲ ਤੇ ਕਰਦੇ ਹੋ ਤਾਂ ਕਿ ਜਦ ਵੀ ਸਾਡਾ ਕੋਈ ਪ੍ਰੋਡਕਟ ਹੈ ਸਾਡਾ ਕੋਈ ਐਪੀਸੋਡ ਤੁਹਾਡੇ ਤੱਕ ਆਵੇ ਤਾਂ ਤੁਹਾਨੂੰ ਤੁਹਾਡੇ ਫੋਨ ਤੇ ਟਣੰਗ ਨੋਟੀਫਿਕੇਸ਼ਨ ਆ ਜਵੇ ਵੀ ਭਾਈ ਕੁਦਰਤ ਵਾਲੇ ਆਗੇ ਵੈਸੇ ਹਰੇ ਹਰੇਕ ਬੁੱਧਵਾਰ ਤੇ ਹਰੇਕ ਸ਼ਨੀਵਾਰ ਸ਼ਾਮੀ ਸ਼ਾਮੀ 6:30 ਵਜੇ ਤੁਹਾਡੇ ਘਰ ਅਸੀਂ ਆ ਜਾਣੇ ਹਾਂ ਤੁਹਾਨੂੰ ਸਾਡਾ ਇਹ ਪੋਡਕਾਸਟ ਚੰਗਾ ਲੱਗਿਆ ਇਹਦੇ ਵਿੱਚੋਂ ਜੇ 1% ਵੀ ਚੀਜ਼ ਪਸੰਦ ਆਈ ਨਾ ਤਾਂ ਜ਼ਰੂਰ ਸ਼ੇਅਰ ਕਰਿਓ ਹਾਂ ਇੱਕ ਜ਼ਰੂਰ ਖਾਸ ਕਰ ਜਿਨ੍ਹਾਂ ਨੇ ਸਾਰਾ ਪੋਡਕਾਸ ਆਪਣੀ ਫੈਮਲੀ ਨਾਲ ਬੈਠ ਕੇ ਇਹ ਪੋਡਕਾਸਟ ਨੂੰ ਜ਼ਰੂਰ ਸੁਣਿਓ ਕਾਰਨ ਕਿਉਂਕਿ ਕਈ ਗੱਲਾਂ ਤੁਹਾਡੇ ਪਰਿਵਾਰ ਕਈ ਨਹੀਂ ਮੇਰੇ ਖਿਆਲ ਨਾਲ 70% ਗੱਲਾਂ ਤਾਂ ਤੁਹਾਡੇ ਪਰਿਵਾਰ ਦੀਆਂ ਕੀਤੀਆਂ ਨੇ ਅਸੀਂ ਕਿ ਜਿਹੜੀਆਂ ਮੈਨੂੰ ਲੱਗਦਾ ਹਰ ਇੱਕ ਬੰਦਾ ਹਰ ਇੱਕ ਬੰਦਾ ਜਿਹੜਾ ਆ ਉਹ ਆਪਣਾ ਰਿਲੇਟ ਕਰੂਗਾ ਕਿਉਂਕਿ ਵੀਰੇ ਦੀ ਲਾਈਫ ਹੈ ਮੇਰੀ ਲਾਈਫ ਹੈ ਤੇ ਜਿਹੜੇ ਸਾਡਾ ਦਰਸ਼ਕ ਸਰੋਤੇ ਵੇਖ ਰਹੇ ਨੇ ਉਹਨਾਂ ਦੀ ਲਾਈਫ ਹੈ ਹਰ ਇੱਕ ਦੀ ਲਾਈਫ ਦੇ ਵਿੱਚ ਕਈ ਪਾਰਟ ਐਸੇ ਹੁੰਦੇ ਨੇ ਜਿਹੜੇ ਇੱਕ ਦੂਸਰੇ ਨਾਲ ਰਿਲੇਟ ਕਰਦੇ ਨੇ ਲਿੰਕ ਕਰਦੇ ਨੇ ਕਿ ਹਾਂ ਆਹ ਚੀਜ਼ ਤਾਂ ਮੇਰੇ ਨਾਲ ਵੀ ਹੋਈ ਸੀ ਯਾਰ ਆਹ ਚੀਜ਼ ਤਾਂ ਮੇਰੇ ਨਾਲ ਵੀ ਹੋਈ ਸੀ ਪਰ ਅਗਰ ਤੁਸੀਂ ਉਸ ਪੁਆਇੰਟ ਤੇ ਇਸ ਪੋਡਕਾਸਟ ਨੂੰ ਸੁਣਿਆ ਤਾਂ ਤੁਹਾਨੂੰ ਕਈ ਚੀਜ਼ਾਂ ਐਸੀਆਂ ਦਿਖਣਗੀਆਂ ਕਿ ਹਾਂ ਇਹ ਚੀਜ਼ਾਂ ਮੈਂ ਵੀ ਇਦਾਂ ਕਰਦਾ ਸੀ ਇਦਾਂ ਕੀਤੀਆਂ ਜਾ ਸਕਦੀਆਂ ਨੇ ਜਿਵੇਂ ਪੁਖਰਾਜ ਬਾਈ ਨੇ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਠੰਮਾ ਹੋਣਾ ਪੇਸ਼ੈਂਸ ਹੋਣਾ ਸਟੇਬਿਲਿਟੀ ਹੋਣੀ ਬਹੁਤ ਜ਼ਰੂਰੀ ਹੈ ਹਰ ਇੱਕ ਚੀਜ਼ ਦੇ ਪਿੱਛੇ ਦੌੜਨਾ ਵੀ ਮਾੜਾ ਹੈ ਹਰ ਇੱਕ ਚੀਜ਼ ਪਿੱਛੇ ਅਨਿਵਾ ਪੈਣਾ ਵੀ ਮਾੜਾ ਹੈ ਜਿਵੇਂ ਕਰਦਾਰ ਨੂੰ ਨਿਭਾਉਣਾ ਹੋਵੇ ਤਾਂ ਕਰਦਾਰ ਦੇ ਵਿੱਚ ਦੋ-ਦੋ ਮਹੀਨੇ ਲਾਉਣੇ ਤਿੰਨ ਦਿਨ ਮਹੀਨੇ ਲਾਉਣੇ ਉਹ ਵੀ ਕਿਤੇ ਨਾ ਕਿਤੇ ਇੱਕ ਮਾੜੀ ਗੱਲ ਹੈ ਠੀਕ ਗੱਲ ਹੈ ਚਲੋ ਆਪਣਾ ਪੁਆਇੰਟ ਆਫ View ਹੁੰਦਾ ਪਰ ਪਰ ਇੱਕ ਚੀਜ਼ ਸਿੱਖਣ ਵਾਲੀ ਇਹ ਹੈ ਕਿ ਕੋਈ ਵੀ ਕੀਤਾ ਤੁਹਾਡਾ ਕੋਈ ਵੀ ਕੀਤਾ ਉਹਦੇ ਵਿੱਚ ਪ੍ਰੋਫੈਸ਼ਨਲਿਜ਼ਮ ਕਿਸ ਤਰੀਕੇ ਨਾਲ ਲੈ ਕੇ ਆਇਆ ਜਾਵੇ ਉਹ ਬਹੁਤ ਜ਼ਰੂਰੀ ਹੈ ਤੁਸੀਂ ਕੋਈ ਵੀ ਕਿੱਤੇ ਦੇ ਵਿੱਚੋਂ ਜਿਵੇਂ ਸਾਡਾ ਇਹ ਪੇਸ਼ਾ ਤੁਹਾਡਾ ਵੀ ਕੋਈ ਪੇਸ਼ਾ ਹੋਊਗਾ ਤੁਸੀਂ ਉਸ ਪੇਸ਼ੇ ਦੇ ਵਿੱਚ ਆਪਣਾ ਬੈਸਟ ਦਿਓ ਤਾਂ ਤੁਹਾਨੂੰ ਕੋਈ ਵੀ ਸਮਾਂ ਨਹੀਂ ਰੋਕ ਸਕਦਾ ਤੁਹਾਡੀ ਤਰੱਕੀ ਨੂੰ ਉੱਤੇ ਲੱਗ ਜਾਣਾ ਵਾਸਤੇ ਜਿਵੇਂ ਵੀਰੇ ਨੇ ਕਿਹਾ ਨਾ ਵੀ ਕੋਈ ਸਮਾਂ ਉੱਪਰ ਥੱਲੇ ਨਹੀਂ ਹੁੰਦਾ ਤੁਹਾਡੇ ਪ੍ਰੋਡਕਟ ਦੇ ਵਿੱਚ ਤੁਹਾਡੀ ਮਿਹਨਤ ਦੇ ਵਿੱਚ ਉਹ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਹਾਂ ਸਮਾਂ ਖੁਦ ਆਵੇ ਕਿ ਨਹੀਂ ਇਹਦੀ ਮਿਹਨਤ ਦਾ ਸਮਾਂ ਆ ਗਿਆ ਜਾਂ ਸਮਾਂ ਦੇਖ ਕੇ ਮਿਹਨਤ ਆਵੇ ਸਾਮਝ ਰੋ ਗੱਲ ਪੋਡਕਾਸਟ ਚੰਗਾ ਲੱਗਿਆ ਸ਼ੇਅਰ ਕਰ ਦਿਓ ਬਾਈ ਪੁਖਰਾਜ ਵੀਰੇ ਉਹਨਾਂ ਨੂੰ ਪਿਆਰ ਕਰਨ ਵਾਲੇ ਥੱਲੇ ਕਮੈਂਟ ਕਰ ਦਿਓ ਵੀਰੇ ਦੀ ਕਿਹੜੀ ਕਿਹੜੀ ਬਾਕੀ ਹਾਂ ਮੂਵੀ ਆ ਰਹੀ ਹੈ ਬਈ ਛੇਤੀ ਛੇਤੀ ਉਹ ਵੀ ਥੱਲੇ ਕਮੈਂਟ ਕਰ ਦਿਓ ਤੁਸੀਂ ਦੇਖ ਕੇ ਜਦ ਤੱਕ ਮੂਵੀ ਆਣੀ ਫਿਰ ਤੁਸੀਂ ਰਿਵਿਊ ਸਾਨੂੰ ਇਸ ਪੋਡਕਾਸਟ ਦੇ ਵਿੱਚ ਵੀ ਦੇਣਾ ਠੀਕ ਹੈ ਬਾਕੀ ਨਵਾਂ ਪੋਡਕਾਸਟ ਬਹੁਤ ਜਲਦ ਤਦ ਤੱਕ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ